ਮੁਹੰਮਦ ਹੋਵੇ ਜਿਹੜਾ ਗਰੀਬਾਂ ਨੂੰ ਸੀਨੇ ਲਾ ਲੈਂਦਾ ਮੁਹੰਮਦ ਹੋਵੇ ਕਮਲੀ ਵਾਲਾ ਹੋਵੇ ਮੇਰੇ ਨਬੀ ਜ਼ਮੀਨਾਂ ਨਹੀਂ ਵੇਂਦੇ ਹਜ਼ੂਰ ਮਾਲ ਨਹੀਂ ਵੇਂਦੇ ਹਜ਼ੂਰ ਮਕਾਨ ਨਹੀਂ ਵੇਂਦੇ ਪਿੱਛੇ ਪਿੱਛੇ ਰੋਈ ਜਾ ਰਿਹਾ ਏ ਰੋਈ ਜਾ ਰਿਹਾ ਏ ਹੰਡਾ ਕਮਲੀ ਵਾਲੀ ਆ ਇੱਕ ਵਾਰੀ ਮੇਰੇ ਵੇੜੇ ਆ ਜਾ ਸੋਹਣਿਆ ਇੱਕ ਵਾਰੀ ਮੇਰਾ ਮਹਿਮਾਨ ਬਣ ਜਾ ਹਜ਼ੂਰ ਮਾਲ ਵੀ ਕੋਈ ਨਹੀਂ ਹਜ਼ੂਰ ਜ਼ਰ ਵੀ ਕੋਈ ਨਹੀਂ ਹੈ ਕੋਟਲੀ ਫਰੀਦ ਵਾਲੀ ਉਹ ਮੇਰੇ ਵੱਲ ਵੇਖੀ ਆ ਰਹੇ ਪਿੱਛੇ ਪਿੱਛੇ ਰੋਂਦਾ ਪਿਆ ਆਉਂਦਾ ਏ ਅਚਾਨਕ ਨਬੀ ਦੀ ਉਠਣੀ ਨੇ ਕਲੀ ਦਾ ਮੋੜ ਮੁੜਿਆ ਏ ਸਾਹਮਣੇ ਇੱਕ ਦਰਵਾਜ਼ਾ ਏ ਹਜ਼ੂਰ ਦੀ ਉਠਣੀ ਨੇ ਸੱਜੇ ਵੇਖਿਆ ਖੱਬੇ ਵੇਖਿਆ ਏ ਤਾਰੀਖਾਂ ਲਿਖਦੀਆਂ ਨੇ ਨਬੀ ਦੀ ਉਠਣੀ ਕਸਬਾ ਉਠਣੀ ਏ ਜਿਹਦੇ ਤੇ ਨਬੀ ਸਵਾਰ ਨੇ ਉਠਣੀ ਜ਼ਮੀਨ ਤੇ ਪਈ ਜਾਂਦੀ ਏ ਲੋਕੀ ਉਹ ਸਹਾਬੀ ਵੇ ਲੱਭਦੇ ਨੇ ਆਂਦੇ ਨੇ ਓਏ ਮਦੀਨੇ ਵਾਲਿਓ ਅਯੂਬ ਨੂੰ ਬੁਲਾ ਲੋ ਮੁਕੱਦਰੀ ਚਮਕ ਗਿਆ ਅਯੂਬ ਅਨਸਾਰੀ ਨੂੰ ਬੁਲਾ ਲੋ ਉਹਨੂੰ ਆਖੋ ਆ ਜਾ ਨਬੀ ਤੇਰਾ ਮਹਿਮਾਨ ਬਣ ਗਿਆ ਅੱਲਾ ਦਾ ਯਾਰ ਤੇਰੇ ਵੇੜੇ ਉਤਰ ਗਿਆ ਅੱਲਾ ਦਾ ਮਹਬੂਬ ਨਬੀ ਤੇਰਾ ਮਹਿਮਾਨ ਬਣ ਰਿਹਾ ਓ ਕੋਟਲੀ ਫਰੀਦ ਵਾਲੀ ਆ ਜੁਮਲੇ ਜ਼ਾਇਆ ਨਾ ਕਰ ਯਾਰ ਇੱਕ ਬੰਦੇ ਨੇ ਜਾ ਕੇ ਜਨਾਬੀ ਅਯੂਬ ਅਨਸਾਰੀ ਦੇ ਬਾਜ਼ੂ ਤੂੰ ਫੜਿਆ ਏ ਆਂਦਾ ਕਿਉਂ ਰੋਨਾ ਏ ਆਂਦਾ ਰੋਨਾ ਵਾ ਨਬੀ ਵੇੜੇ ਆ ਜਾਣ ਫਰਮਾਇਆ ਕਿਸਮਤ ਦੇ ਨਾ ਕਰੀ ਜਿਹਨੂੰ ਬੁਲਾਣਾ ਪਿਆ ਏ ਸੋਹਣਾ ਆ ਗਿਆ ਬਾਬਾ ਜੀ ਇਹ ਜਿਹੜੀਆਂ ਅਸੀਂ ਮਹਿਫਲਾਂ ਕਰਵਾਉਂਦੇ ਹਾਂ ਨਾ ਹਰ ਮਹੀਨੇ ਯਕੀਨਨ ਖਰਚਾ ਹੁੰਦਾ ਐਂ ਤਾਂ ਨਹੀਂ ਨਾ ਹੁੰਦਾ ਲੰਗਰ ਪਕਾਇਆ ਜਾਂਦਾ ਫਿਰ ਜਿਸ ਉਲਾਮਾ ਨੂੰ ਤੁਸੀਂ ਬੁਲਾਉਣਾ ਉਹਦੀ ਵੀ ਖਿਦਮਤ ਕਰਨੀ ਹੈ ਬਹੁਤ ਸਾਰੇ ਨਿਜ਼ਾਮ ਆਉਂਦੇ ਨੇ ਮੈਨੂੰ ਕੋਟਲੀ ਫਰੀਦ ਵਾਲਿਓ ਇਹ ਤਿੰਨ ਕੈਮਰੇ ਲੱਗੇ ਨੇ ਇੱਕ ਨਹੀਂ ਲੱਗਾ ਇੱਕ ਕੈਮਰਾ ਜਿਹੜਾ ਉਹਦੇ ਕੋਲ ਬਚਣਾ ਔਖਾ ਹੁੰਦਾ ਅਤੇ ਤਿੰਨ ਕੈਮਰੇ ਲੱਗੇ ਨੇ ਅਤੇ ਇਹ ਤਿੰਨ ਕੈਮਰੇ ਬੰਦੇ ਤੇ ਜਿਹੜੇ ਨਾ ਪੂਰੀ ਦੁਨੀਆ 'ਤੇ ਵੀਡੀਓ ਜਾਣੀ ਹੈ ਸਿਰਫ ਇਹ ਕੋਟਲੀ ਫਰੀਦ ਦੀ ਮਸਜਿਦ ਤੱਕ ਨਹੀਂ ਰਹਿਣੀ ਅਤੇ ਬੜਾ ਮੁਖਤਾਤ ਹੋ ਕੇ ਬੰਦਾ ਤਕਰੀਰ ਕਰਦਾ ਵੀ ਕੋਈ ਬੰਦਾ ਗੱਲ ਫੜ ਨਾ ਲਵੇ ਵੀ ਗੱਲ ਤੁਸੀਂ ਕਿੱਥੋਂ ਕੀਤੀ ਹੈ ਕਿਸ ਤਰ੍ਹਾਂ ਕੀਤੀ ਹੈ ਕਿਉਂਕਿ ਮੈਨੂੰ ਇੰਨਾ ਡਰ ਤੁਹਾਡਾ ਨਹੀਂ ਜਿੰਨਾ ਕੈਮਰਿਆਂ ਦਾ ਜਿਹੜਾ ਬੰਦੇ ਸੋਸ਼ਲ ਮੀਡੀਆ ਦੇ ਨਾਲ ਮੁਨਸਲਿਕ ਨੇ ਉਹਨਾਂ ਨੂੰ ਪਤਾ ਕਿ ਫਿਰ ਹਰ ਬੰਦਾ ਸੁਣਦਾ ਉਹ ਚੈੱਕ ਕਰਦਾ ਕਿ ਯਾਰ ਇਹ ਮੌਲਵੀ ਸਾਹਿਬ ਕੀ ਗੱਲ ਪੇ ਕਰਦੇ ਨੇ ਕਿੱਥੋਂ ਗੱਲ ਪੇ ਕਰਦੇ ਨੇ ਔਰ ਜੀ ਜੀ ਅੱਲਾ ਪਾਕ ਸਲਾਮਤੀ ਅਤਾ ਫਰਮਾਏ ਔਰ ਮੈਂ ਅਲਲ ਐਲਾਨ ਤੁਹਾਡੀ ਮਸਜਿਦ 'ਚ ਮਿੰਬਰ 'ਤੇ ਬੈਠਾ ਹੈ ਕੈਮਰੇ ਲੱਗੇ ਨੇ ਅਲਲ ਐਲਾਨ ਕਹਿਣਾ ਇਹ ਮੇਰੀ ਕੋਈ ਬਹਾਦਰੀ ਨਹੀਂ ਇਹ ਅੱਲਾ ਦਾ ਫਜ਼ਲ ਹੈ ਮਦੀਨੇ ਵਾਲੇ ਦਾ ਕਰਮ ਹੈ ਕਿਸੇ ਬੰਦੇ ਨੂੰ ਤੁਹਾਡੀ ਆ ਜਿੰਨੇ ਮਸਜਿਦ 'ਚ ਬੈਠੋ ਕਿਸੇ ਬੰਦੇ ਨੂੰ ਕੋਈ ਡਾਊਟ ਹੋਵੇ ਕਿਸੇ ਮੌਜੂ 'ਤੇ ਮੈਂ ਫਿਰ ਕਹਿ ਰਿਹਾ ਇਹ ਮੇਰਾ ਕਮਾਲ ਨਹੀਂ ਇਹ ਅੱਲਾ ਦਾ ਫਜ਼ਲ ਹੈ ਮਦੀਨੇ ਵਾਲੇ ਦਾ ਕਰਮ ਜਿਸ ਦਾ ਬੰਦੇ ਦਾ ਜਿਹੜਾ ਦਿਲ ਕਰਦਾ ਉਹ ਮੈਨੂੰ ਮੌਜੂ ਦੇਵੇ ਇੱਥੇ ਆ ਕੇ ਦੇਵੇ ਐ ਨਹੀਂ ਵੀ ਪਹਿਲਾਂ ਦੇਵੇ ਵੀ ਤਕਰੀਰ ਤੁਸੀਂ ਯਾਦ ਕਰਕੇ ਆਵੋ ਜਿਸ ਬੰਦੇ ਦਾ ਦਿਲ ਕਰਦਾ ਜਿਹੜਾ ਮੌਜੂ ਦੇਣਾ ਜੇ ਮੈਂ ਇੱਥੇ ਇਨਸ਼ਾਅੱਲਾ ਬਿਆਨ ਕਰਾਂਗਾ ਅਤੇ ਅੱਲਾ ਦੇ ਫਜ਼ਲ ਨਾਲ ਕਰਾਂਗਾ ਮਦੀਨੇ ਵਾਲੇ ਦੇ ਕਰਮ ਨਾਲ ਕਰਾਂਗਾ ਇਸ ਤੋਂ ਵੱਡੀ ਗੱਲ ਤਾਂ ਕੋਈ ਨਹੀਂ ਫਿਰ ਦੂਸਰੀ ਗੱਲ ਸੁਣੋ
ਜੇ ਕਿਸੇ ਨੂੰ ਕੋਈ ਮਸਲਾ ਵੀ ਹੋਵੇ ਪੁੱਛਣਾ ਹੋਵੇ ਤਾਂ ਵੀ ਤੁਸੀਂ ਤਕਰੀਰ ਦੇ ਵਿੱਚ ਵੀ ਪੁੱਛ ਸਕਦੇ, ਅਗਰ ਬਾਅਦ ਵਿੱਚ ਵੀ ਪੁੱਛਣਾ ਹੋਵੇ ਫਿਰ ਵੀ ਤੁਸੀਂ, ਮੈਂ ਹਾਜ਼ਰ ਹਾਂ ਜਿੰਨਾ ਅੱਲਾ ਨੇ ਮੈਨੂੰ ਇਲਮ ਅਤਾ ਫਰਮਾਇਆ, ਜੇ ਮੈਨੂੰ ਪਤਾ ਹੋਇਆ ਤਾਂ ਮੈਂ ਤੁਹਾਨੂੰ ਦੱਸ ਛੱਡਾਂਗਾ ਅਤੇ ਜੇ ਨਾ ਪਤਾ ਹੋਇਆ ਤਾਂ ਮਾਜ਼ਰਤ ਕਰ ਲਵਾਂਗਾ। ਔਰ ਇੱਕ ਗੱਲ ਤੁਹਾਨੂੰ ਬੜੀ ਵੱਡੀ ਗੱਲ ਸੁਣਾਵਾਂ, ਜਿਸ ਚੀਜ਼ ਦਾ ਇਲਮ ਨਾ ਨਾ ਹੋਵੇ ਉਹਦੇ 'ਤੇ ਬਹਿਸ ਨਹੀਂ ਕਰਨੀ। ਇਹ ਮੇਰੀ ਗੱਲ ਯਾਦ ਰੱਖਿਓ, ਇਹ ਜਿੰਨੇ ਤੁਸੀਂ ਬੈਠੇ ਹੋ, ਮੈਂ ਵੀ ਤਾਲਬ ਇਲਮ ਹਾਂ, ਤੁਸੀਂ ਤਾਂ ਮੇਰੇ ਤੋਂ ਆਲਾ ਲੋਕ ਬਜ਼ੁਰਗ ਬੈਠੇ ਹੋ ਚਿੱਟੀਆਂ ਦਾੜੀਆਂ ਵਾਲੇ ਪੜ੍ਹੇ ਲਿਖੇ, ਮੈਂ ਇੱਕ ਅਨਪੜ੍ਹ ਜਿਹਾ ਬੰਦਾ ਵਾਂ, ਤਾਲਬ ਇਲਮ ਜਿਹਾ ਬੰਦਾ ਵਾਂ। ਜਿਸ ਚੀਜ਼ ਦਾ ਬੰਦੇ ਨੂੰ ਪਤਾ ਨਾ ਨਾ ਹੋਵੇ ਤਾਂ ਬੰਦੇ ਨੂੰ ਉਲਮਾ ਕੀ ਫਰਮਾਉਂਦੇ ਨੇ, ਇਮਾਮ ਗਜ਼ਾਲੀ ਵਰਗੇ ਆਪ ਫਰਮਾਉਂਦੇ ਨੇ ਕਿ ਜਿਸ ਮਸਲੇ ਦਾ ਪਤਾ ਨਾ ਨਾ ਹੋਵੇ ਉਹਦੇ 'ਤੇ ਆੜ ਨਹੀਂ ਜਾਈਦਾ, ਅਗਲੇ ਨੂੰ ਆਖੀ ਦੇਵੇ ਮੈਨੂੰ ਨਹੀਂ ਪਤਾ ਅਤੇ ਮੈਂ ਵੇਖ ਕੇ ਤਾਂ ਤੁਹਾਨੂੰ ਦੱਸ ਦਿਆਂਗਾ। ਕੋਈ ਇੱਜ਼ਤ ਨਹੀਂ ਜੇ ਘੱਟਦੀ, ਕਸਮ ਖੁਦਾ ਦੀ ਕੋਈ ਇੱਜ਼ਤ ਨਹੀਂ ਜੇ ਘੱਟਦੀ। ਤੁਸੀਂ ਗਲਤ ਦੱਸ ਛੱਡੋ ਉਹ ਮੁਜਰਮ ਹੋ ਜਾਓਗੇ, ਅਤੇ ਤੁਸੀਂ ਸਿੱਧਾ ਅਗਲੇ ਨੂੰ ਕਹੋ ਜੀ ਮੈਨੂੰ ਨਹੀਂ ਪਤਾ, ਅਤੇ ਅਗਲਾ ਵੀ ਨਾ ਆਖਿਆ ਵੀ ਤੂੰ ਕਾਹਦਾ ਮੌਲਵੀ ਬਣਿਆ ਜੇ ਤੈਨੂੰ ਨਹੀਂ ਪਤਾ। ਤਾਂ ਬੰਦਾ ਸਾਰੀ ਜ਼ਿੰਦਗੀ ਵੀ ਮੁਕੰਮਲ ਨਹੀਂ ਹੋ ਸਕਦਾ। ਔਰ ਇਲਮ ਦਾ ਇਹ ਉਹ ਸਮੁੰਦਰ ਹੈ, ਇੱਧਰ ਤਵੱਜੋ ਕਰੋ, ਇਲਮ ਦਾ ਇਹ ਉਹ ਸਮੁੰਦਰ ਹੈ, ਸਾਰੀ ਜ਼ਿੰਦਗੀ ਵੀ ਬੰਦਾ ਇਲਮ ਹਾਸਲ ਕਰਦਾ ਰਹੇ ਅਤੇ ਬੰਦਾ ਮੁਕੰਮਲ ਹੋ ਸਕਦਾ? ਬੋਲੋ ਯਾਰ, ਹੋ ਸਕਦਾ? ਬੰਦਾ ਮੁਕੰਮਲ ਨਹੀਂ ਹੋ ਸਕਦਾ। ਔਰ ਦੂਸਰੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਨਸ਼ਾਅੱਲਾ ਜਿਹੜਾ ਅੱਜ ਬਿਆਨ ਹੋਵੇਗਾ ਮੈਂ ਕੋਸ਼ਿਸ਼ ਕਰਾਂਗਾ ਕਿ ਮੇਰੀ ਗੱਲ ਤੁਹਾਡੇ ਦਿਲਾਂ ਤੱਕ ਪਹੁੰਚੇ। ਇੱਕ ਗੱਲ ਹੁੰਦੀ ਕੰਨ ਤੱਕ ਪਹੁੰਚਾਉਣੀ, ਅਤੇ ਉਲਾਮਾ ਫਰਮਾਉਂਦੇ ਨੇ ਕੰਨ ਦੇ ਵਿੱਚ ਜਿਹੜੀ ਗੱਲ ਪਵੇ ਉਹਦਾ ਖਤਰਾ ਹੁੰਦਾ, ਉਹ ਨਿਕਲ ਜਾਂਦੀ। ਇੱਕ ਕੰਨ ਤੋਂ ਬੰਦਾ ਸੁਣੇ ਤਾਂ ਦੂਸਰੇ ਕੰਨ ਤੋਂ ਨਿਕਲ ਜਾਂਦੀ, ਪਰ ਬਾਬਾ ਜੀ ਜਿਹੜੀ ਗੱਲ ਬੰਦਾ ਦਿਲੋਂ ਸੁਣੇ ਨਾ ਉਹ ਦਿਲ ਵਿੱਚ ਵੱਸ ਜਾਂਦੀ ਹੈ, ਉਹ ਦਿਲ ਵਿੱਚ ਘਰ ਘਰ ਜਾਂਦੀ ਹੈ, ਉਹ ਨਿਕਲਦੀ ਕੋਈ ਨਹੀਂ। ਇੱਧਰ ਤਵੱਜੋ ਫਰਮਾਇਆ ਜੇ, ਇਹਨਾਂ ਮਹਿਫਲਾਂ ਦਾ ਮਕਸਦ ਕੀ ਹੈ ਕਿਬਲਾ ਸਾਹਿਬ? ਕਿ ਤਕਰੀਬਨ ਕੋਈ ਕਿੰਨੇ ਸਾਲ ਸਾਲ ਤੋਂ ਉੱਤੇ ਹੀ ਹੋ ਚੱਲਾ ਅਰਸਾ ਇਹ ਮਹਿਫਲ ਆਉਂਦੇ ਆ। ਹੁਣ ਤੁਸੀਂ ਵੀ ਬੈਠੇ ਹੋ, ਚਲੋ ਆਪਸ 'ਚ ਬੈਠੇ ਹਾਂ, ਸਾਰੇ ਬੈਠੇ ਹਾਂ, ਜ਼ਰਾ ਸੋਚੋ ਤਾਂ ਸਹੀ ਵੀ ਅਸੀਂ ਇਹ ਭਾਈ ਹਰੀ ਇੰਨਾ ਖਰਚਾ ਕਰਦੇ ਨੇ, ਤੁਸੀਂ ਕਰਦੇ ਇੰਤਜ਼ਾਮ ਕਰਦੇ ਹੋ, ਇਹ ਕਿਬਲਾ ਸਾਹਿਬ ਤੁਹਾਡੇ ਨਾਲ ਨੇ ਅਤੇ ਫਿਰ ਹੀ ਇੰਤਜ਼ਾਮ ਹੁੰਦਾ, ਨਹੀਂ ਤਾਂ ਮਸਜਿਦ ਦੇ ਮੌਲਵੀ ਵੀ ਵਿਗੜ ਜਾਣ ਅਤੇ ਮਹਿਫਲਾਂ ਨਹੀਂ ਜਾਂਦੀਆਂ। ਮੈਂ ਗੱਲ ਸੱਚੀ ਬਿਆਨਦਾ, ਰੋਜ਼ਾਨਾ ਦਾ ਕੰਮ ਹੈ ਬਾਬਾ ਜੀ, ਕਸਮ ਖੁਦਾ ਦੀ ਇਹਨਾਂ ਦੀ ਮਿਹਰਬਾਨੀ ਹੈ, ਤੁਸੀਂ ਤੁਹਾਡੇ ਨਾਲ ਪੇ ਚੱਲਦੇ ਨੇ, ਤੁਸੀਂ ਉਹਨਾਂ ਦੇ ਨਾਲ ਚੱਲਦੇ ਪਏ, ਸੋਹਣਾ ਨਿਜ਼ਾਮ ਪੇ ਕਰਦੇ ਹੋ। ਲੇਕਿਨ ਜਿਹੜੀ ਤੁਸੀਂ ਮਿਹਨਤ ਪੇ ਕਰਦੇ ਹੋ ਉਹਦਾ ਰਿਜ਼ਲਟ ਕੀ ਆ ਰਿਹਾ? ਗੁੱਸਾ ਤਾਂ ਨਹੀਂ ਕਰ ਗਏ? ਪਤਾ ਨਹੀਂ, ਹੁਣ ਤੁਸੀਂ ਬੁਲਾਓ ਨਾ ਬੁਲਾਓ ਮੈਨੂੰ ਕੋਈ ਨਹੀਂ ਗੱਲ ਅੱਗੇ ਵੀ ਮੈਂ ਕਦੀ ਨਹੀਂ ਕਿਸੇ ਨੂੰ ਕਿਹਾ ਵੀ ਮੈਨੂੰ ਬੁਲਾਓ, ਐਪ ਸਾਹਮਣੇ ਬੈਠਣ ਪੁੱਛ ਲਵੋ। ਉਹ ਮੌਲਵੀ ਹੋਰ ਨੇ ਜਿਹੜੇ ਫੋਨ ਕਰਕੇ ਆਉਂਦੇ ਨੇ ਕਦੋਂ ਮੈਂ ਜੀ ਤੁਹਾਡਾ ਪ੍ਰੋਗਰਾਮ, ਇੱਧਰ ਤਵੱਜੋ ਕਰੋ ਬਾਬਾ ਜੀ, ਤੁਸੀਂ ਰਿਜ਼ਲਟ ਕੱਢੋ। ਇਹ ਸਰਜੀਕਲ ਦਾ ਕੰਮ ਕਰਦੇ ਨੇ, ਸੁਬਾਹ ਤੋਂ ਲੈ ਕੇ ਸ਼ਾਮ ਤੱਕ ਕਰਦੇ ਨੇ, ਇਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਮੈਂ ਕੀ ਕੀਤਾ ਅਤੇ ਮੇਰੇ ਮਜ਼ਦੂਰਾਂ ਨੇ ਕੀ ਕੀਤਾ ਅਤੇ ਸ਼ਾਮ ਨੂੰ ਮੈਂ ਕਿੰਨੇ ਪੈਸੇ ਕਮਾਏ ਨੇ। ਅਸੀਂ ਹਾਂ ਅਤੇ ਸਾਨੂੰ ਨਹੀਂ ਪਤਾ ਵੀ ਜੇ ਮੈਂ ਅੱਜ ਤਕਰੀਰ ਕੀਤੀ ਤਾਂ ਮੈਂ ਕੀ ਦੇ ਕੇ ਆਇਆ ਅਤੇ ਜੇ ਸੁਬਾਹ ਕਰਨੀ ਹੈ ਤਾਂ ਮੈਂ ਕੀ ਦੇ ਕੇ ਆਇਆ, ਮੇਰਾ ਰਿਜ਼ਲਟ ਕੀ ਹੈ? ਬਾਬਾ ਜੀ ਜਿਹੜਾ ਬੰਦਾ ਅਗਰ ਬੱਚਾ ਮਿਹਨਤ ਕਰਦਾ ਸਾਰਾ ਸਾਲ ਮਿਹਨਤ ਕਰਦਾ ਉਹ ਪਾਸ ਹੋਵੇ ਤਾਂ ਉਹਦੀ ਥਕਾਵਟ ਲੱਥ ਜਾਂਦੀ ਹੈ, ਉਹ ਰਾਤ ਨੂੰ ਜਾਗਦਾ ਵੀ ਹੋਵੇ ਤਾਂ ਉਹਦੀ ਥਕਾਵਟ ਲੱਥ ਜਾਂਦੀ, ਉਹ ਕਹਿੰਦਾ ਮੈਂ ਅੱਬਾ ਜੀ ਪਾਸ ਹੋ ਗਿਆ ਜੇ, ਮੈਂ ਅੰਮਾ ਜੀ ਪਾਸ ਹੋ ਗਿਆ ਜੇ। ਅਤੇ ਜੇ ਕੋਟਲੀ ਫਰੀਦ ਵਾਲਿਓ ਗੁੱਸਾ ਨਾ ਕਰਿਓ, ਜੇ ਤੁਸੀਂ 20 ਸਾਲ ਵੀ ਮਹਿਫਲਾਂ ਕਰਵਾਉਂਦੇ ਰਹੇ ਤਾਂ ਬੰਦਾ ਇੱਕ ਵੀ ਨਾ ਸੁਧਰਿਆ। ਤਵੱਜੋ ਕਰਿਓ ਮਿਹਰਬਾਨੀ, ਬੰਦਾ ਇੱਕ ਵੀ ਨਮਾਜ਼ੀ ਨਹੀਂ ਬਣਿਆ ਵੀ, ਜਿਹੜਾ ਨਹੀਂ ਸੀ ਨਮਾਜ਼ ਪੜ੍ਹਦਾ ਉਹ ਨਮਾਜ਼ੀ ਨਹੀਂ ਬਣਿਆ। ਕੋਈ ਇੱਕ ਬੱਚੇ ਨੂੰ ਵੀ ਪਤਾ ਨਹੀਂ ਲੱਗਾ ਵੀ ਮੈਂ ਅੱਬੇ ਨਾਲ ਗੱਲ ਕਿਵੇਂ ਕਰਨੀ ਹੈ, ਮੈਂ ਅੰਮਾ ਨਾਲ ਗੱਲ ਕਿਵੇਂ ਕਰਨੀ ਹੈ, ਮੈਂ ਮਸਜਿਦ 'ਚ ਬਹਿਣਾ ਕਿਵੇਂ ਵੇ, ਮੈਂ ਉੱਠਣਾ ਕਿਵੇਂ ਵੇ। ਕੋਈ ਇੱਕ ਭਰਾ
ਇੰਨੇ ਸਾਲਾਂ ਦੀਆਂ ਹਰ ਮਹੀਨੇ ਦੀਆਂ ਮਹਿਫਲਾਂ ਸੁਣ ਕੇ ਸੱਕੇ ਭਰਾ ਨਾਲ ਸੁਲਾ ਨਹੀਂ ਉਹਨੇ ਕੀਤੀ, ਮਸਜਿਦ 'ਚ ਵੀ ਆਉਂਦਾ ਰਿਹਾ, ਜ਼ਮੀਨ 'ਤੇ ਕਬਜ਼ਾ ਕੀਤਾ ਸੀ, ਜ਼ਮੀਨ ਨਹੀਂ ਸੂ ਛੱਡੀ। ਮੈਨੂੰ ਇਮਾਨਦਾਰੀ ਨਾਲ ਦੱਸੋ ਕੁਝ ਫਾਇਦਾ ਹੈ ਵੇ? ਉੱਚੀ ਬੋਲੋ ਨਾ ਸਾਰੇ, ਭਾਵੇਂ ਤੁਸੀਂ ਗੁੱਸੇ ਨਾਲ ਵੇਖੋ ਅਤੇ ਜਿਵੇਂ ਮਰਜ਼ੀ ਵੇਖੋ, ਮੈਂ ਤਾਂ ਹੱਕ ਬਿਆਨ ਕਰਨਾ। ਇਹ ਤਵੱਜੋ ਕਰੋ ਬਾਬਾ ਜੀ, ਮਕਸਦ ਪੂਰਾ ਨਹੀਂ ਹੋ ਰਿਹਾ, ਰਿਜ਼ਲਟ ਸਹੀ ਨਹੀਂ ਆ ਰਿਹਾ, ਇੱਧਰ ਤਵੱਜੋ ਕਰੋ। ਮੈਂ ਗੱਲ ਬੜੀ ਵੱਡੀ ਦੇਣ ਲੱਗਾ, ਰਿਜ਼ਲਟ ਮਕਸਦ ਪਤਾ ਕਦੋਂ ਹੋਵੇਗਾ? ਇਹ ਕਿਬਲਾ ਤਸ਼ਰੀਫ ਫਰਮਾਨ ਹੈ, ਇਹ ਮਿੰਬਰ ਹੈ, ਇਹ ਮਿੰਬਰੇ ਰਸੂਲ ਹੈ, ਇਹ ਸਾਹਮਣੇ ਮਿੰਬਰੇ ਰਸੂਲ ਹੈ। ਜਿਹੜੀ ਤਬਲੀਗ ਮਿੰਬਰੇ ਰਸੂਲ ਤੋਂ ਹੋਣੀ ਹੈ ਨਾ, ਅਗਰ ਤਬਲੀਗ ਕਰਨ ਵਾਲਾ ਖੁਦ ਬਾ ਅਮਲ ਹੋਵੇਗਾ ਤਾਂ ਉਹਦੀ ਗੱਲ ਅਗਲੇ ਤੇ ਅਸਰ ਕਰੇਗੀ, ਕਰੇਗੀ ਕਿ ਨਹੀਂ ਕਰੇਗੀ? ਹੁਣ ਕਾਰੀ ਸਾਹਿਬ ਬੰਦੇ ਪਰੇਸ਼ਾਨ ਹੋ ਗਏ ਨੇ ਵੀ ਮੌਲਵੀ ਸਾਹਿਬ ਕਿੱਦਾਂ ਤੁਰ ਪਏ ਨੇ, ਅਸੀਂ ਕਹਿੰਦੇ ਕੋਈ ਮੀਆਂ ਸਾਹਿਬ ਦੇ ਸ਼ੇਰ ਸੁਣਾਓ, ਕੋਈ ਸੁਲਤਾਨ ਬਾਹੂ ਦੀ ਕੁਛ ਸੁਰ ਲਾਓ ਅਤੇ ਅਸੀਂ ਬੱਲੇ ਬੱਲੇ ਕਰੀਏ, ਇਹ ਗੱਲਾਂ ਜ਼ਰੂਰੀ ਨੇ। ਇਹ ਤੁਹਾਡੇ ਬੱਚੇ ਬੈਠੇ ਨੇ, ਅਸਾਂ ਟੁਰ ਜਾਣਾ ਕਬਰਸਤਾਨ, ਪਤਾ ਨਹੀਂ ਥੋੜ੍ਹਾ ਜਿਹਾ ਟਾਈਮ ਰਹਿ ਗਿਆ, ਜ਼ਿਆਦਾ ਗੁਜ਼ਾਰ ਲਿਆ ਥੋੜ੍ਹਾ ਜਿਹਾ। ਇਹ ਬੱਚੇ ਨੇ ਕੱਲ੍ਹ ਨੇ ਇਹਨਾਂ ਨੂੰ ਜਵਾਨ ਹੋ ਕੇ ਤਾਂ ਇੱਥੇ ਮਸਜਿਦ 'ਚ ਇਹਨਾਂ ਨੇ ਨਮਾਜ਼ ਪੜ੍ਹਨੀ ਹੈ, ਅਤੇ ਜੇ ਇਹ ਹੀ ਮਹਿਫਲਾਂ ਸੁਣ ਕੇ ਅਤੇ ਇਹਨਾਂ ਦੇ ਦਿਲ ਵਿੱਚ ਸ਼ੌਕ ਨਾ ਪੈਦਾ ਹੋਇਆ, ਇਹਨਾਂ ਨੂੰ ਪਤਾ ਨਾ ਲੱਗਾ ਕਿ ਯਾਰ ਸਾਡੀ ਮਸਜਿਦ 'ਚ ਹਰ ਮਹੀਨੇ 11ਵੀਂ ਦਾ ਖਤਮ ਹੁੰਦਾ ਸੀ, ਮਹਿਫਲ ਹੁੰਦੀ ਸੀ ਅਤੇ ਮੌਲਵੀ ਸਾਹਿਬ ਆਉਂਦੇ ਸਨ ਅਤੇ ਇਹ ਗੱਲ ਬਿਆਨ ਕਰਦੇ ਸਨ, ਅਤੇ ਜੇ ਮੌਲਵੀ ਸਾਹਿਬ ਜਿਹੜੇ ਬਿਆਨ ਕਰਦੇ ਪਏ ਨੇ ਉਹਨਾਂ ਨੂੰ ਵੀ ਸਮਝ ਨਾ ਆਵੇ ਅਤੇ ਅਗਲਿਆਂ ਨੂੰ ਵੀ ਸਮਝ ਨਾ ਆਵੇ, ਫਿਰ ਕਿੱਧਰ ਜਾਓਗੇ? ਇਹ ਗੱਲਾਂ ਜਿਹੜਾ ਸਖਤ ਨੇ ਤਾਂ ਵਾਸਤੇ ਬੰਦੇ ਖਾਮੋਸ਼ ਹੋ ਗਏ ਨੇ। ਗੱਲਾਂ ਦਵਾਈ ਕੌੜੀ ਏ, ਇਨਸ਼ਾਅੱਲਾ ਅਸਰ ਕਰੇਗੀ। ਬਾਬਾ ਕੋਈ ਬੰਦੇ ਨਮਾਜ਼ੀ ਬਣਾਓ, ਕੋਈ ਮਿਹਨਤ ਕਰੋ, ਤੁਹਾਡਾ ਮੱਲਾ ਨਮਾਜ਼ੀ ਬਣ ਜਾਏ। ਜੇ ਬੰਦੇ ਫਜਰ ਟਾਈਮ ਤੁਹਾਡਾ ਮਸਲਨ 20 ਬੰਦੇ ਸਨ ਨਾ, ਅਤੇ ਤੁਸੀਂ ਮਹਿਫਲ ਕਰਾਈ ਅਤੇ ਅਗਲੇ ਦਿਨ ਮਹਿਫਲ ਵਾਲੇ ਦਿਨ ਅਗਲੇ ਦਿਨ ਫਜਰ ਟਾਈਮ ਕਮ ਸੇ ਕਮ 35 ਤਾਂ ਹੋਣੇ ਚਾਹੀਦੇ ਨੇ ਕਿ ਨਹੀਂ? ਉਹ ਜ਼ਿਆਦਾ ਨਹੀਂ ਅਤੇ 35 ਤਾਂ ਹੋਣੇ ਚਾਹੀਦੇ ਨੇ। ਅਤੇ ਜਿੰਨਾ 12 ਵਜੇ ਤੱਕ ਮਹਿਫਲ ਕਰਨੀ ਅਤੇ ਸੁਬਹਾ 3:30 ਉੱਠ ਕੇ ਜਾਣ ਕਿਹਨੇ ਕਹਿਣੀ ਹੈ, ਅਤੇ 4 ਵਜੇ ਉੱਠ ਕੇ ਜਮਾਤ ਨਾਲ ਨਮਾਜ਼ ਕਿਹਨੇ ਪੜ੍ਹਨੀ ਹੈ? ਇਹ ਮੇਰੀ ਗੱਲ ਯਾਦ ਰੱਖਿਓ। ਅਗਰ ਤੁਸੀਂ ਲੰਗਰ ਖਾਣ ਵਾਸਤੇ ਮਸੀਤੇ ਆ ਗਏ, ਵੀ 11ਵੀਂ ਦਾ ਲੰਗਰ ਅਤੇ ਸ਼ਿਫਾ ਹੈ, ਉਹ ਲੰਗਰ ਜਿਹੜਾ ਨਾ ਉਹ ਸ਼ਿਫਾ ਵੀ ਹਰ ਬੰਦੇ ਨੂੰ ਨਹੀਂ ਦਿੰਦਾ, ਜਿਹੜਾ ਦੀਨ ਇਸਲਾਮ 'ਤੇ ਚੱਲਦਾ ਹੋਵੇ ਲੰਗਰ ਸ਼ਿਫਾ ਉਹਨੂੰ ਦਿੰਦਾ। ਸੁਭਾਨ ਅੱਲਾਹ, ਸੁਭਾਨ ਅੱਲਾਹ। ਇਹ ਮੇਰੀ ਗੱਲ ਯਾਦ ਰੱਖਿਓ, ਜਿਹੜਾ ਬੰਦਾ ਬੇਨਮਾਜ਼ੀ ਹੈ, ਇਹ ਮੇਰੀ ਗੱਲ ਯਾਦ ਰੱਖੋ, ਅਲਲ ਐਲਾਨ ਕਹਿ ਰਿਹਾ, ਪੂਰੀ ਦੁਨੀਆ ਦੇ ਵਾਸਤੇ ਕਹਿ ਰਿਹਾ, ਜਿਹੜਾ ਬੰਦਾ ਬੇਨਮਾਜ਼ੀ ਹੈ, ਜਿਹੜਾ ਨਮਾਜ਼ ਨਹੀਂ ਪੜ੍ਹਦਾ, ਸਹੀ ਮੁਸਲਿਮ ਇਬਨੇ ਮਾਜਾ ਅਬੂ ਦਾਊਦ ਮਿਸ਼ਕਾਤੁਲ ਮਸਾਬੀ ਦੇ ਅੰਦਰ ਮੁਤਫਕੁਨ ਅਲੈਹ ਹਦੀਸ ਮੌਜੂਦ ਹੈ, ਨਬੀ ਪਾਕ ਨੇ ਫਰਮਾਇਆ ਬੇਨਮਾਜ਼ੀ ਦੀ ਅੱਲਾ ਕੋਈ ਵੀ ਨੇਕੀ ਕਬੂਲ ਨਹੀਂ ਕਰਦਾ। ਦੱਸੋ ਹੁਣ ਕਿੱਧਰ ਜਾਵਾਂਗੇ ਜੀ? ਨਮਾਜ਼ ਪੜ੍ਹੀ ਕੋਈ ਨਹੀਂ, ਨਾਰੇ ਮਾਰ ਲਏ, ਨਮਾਜ਼ ਪੜ੍ਹੀ ਕੋਈ ਨਹੀਂ, ਮਹਿਫਲ ਕਰਵਾ ਲਈ, ਨਮਾਜ਼ ਪੜ੍ਹੀ ਕੋਈ ਨਹੀਂ, ਲੰਗਰ ਤਕਸੀਮ ਕਰ ਛੱਡਿਆ। ਨਹੀਂ ਬਾਬਾ, ਇਹਦਾ ਰਿਜ਼ਲਟ ਕੋਈ ਨਹੀਂ ਆਉਣਾ। ਇਹ ਜਿੰਨੇ ਨੌਜਵਾਨ ਬੈਠੇ ਹੋ ਯਾਰ, ਇਹ ਮੈਂ ਹੱਥ ਬੰਨ ਕੇ ਪੈ ਕਹਿੰਦਾ ਜੇ, ਸਾਡੇ 'ਤੇ ਪਰੇਸ਼ਾਨੀਆਂ ਪਤਾ ਕਦੋਂ ਆਈਆਂ ਨੇ? ਜਦੋਂ ਅਸਾਂ ਮਸਜਿਦ ਤੋਂ ਮੂੰਹ ਮੋੜਿਆ, ਜਦੋਂ ਅਸਾਂ ਇਸਲਾਮ ਤੋਂ ਮੂੰਹ ਮੋੜਿਆ। ਇਹ ਮਸਜਿਦ ਕਿਹਦਾ ਘਰ ਹੈ? ਤੁਹਾਡੇ ਵਿੱਚੋਂ ਤਾਂ ਨਹੀਂ ਕਿਸੇ ਦਾ, ਕਾਰੀ ਸਾਹਿਬ ਦਾ ਤਾਂ ਨਹੀਂ, ਮੇਰਾ ਤਾਂ ਨਹੀਂ। ਮਸਜਿਦ ਕਿਹਦਾ ਘਰ ਹੈ? ਅੱਲਾ ਦਾ ਘਰ ਹੈ ਨਾ। ਇੱਧਰ ਤਵੱਜੋ ਕਰਿਓ, ਜ਼ਰਾ ਨੁਕਤਾ ਸਮਝਿਓ, ਮਸਜਿਦ ਕਿਹਦਾ ਘਰ ਹੈ? ਬਾਬਾ ਜੀ ਮੇਰੇ ਵੱਲ ਤਵੱਜੋ ਕਰੋ, ਬੰਦੇ ਨੂੰ ਕਿਸੇ ਨਾਲ ਕੰਮ ਹੋਵੇ, ਉਹਨੂੰ ਆਪਣੇ ਘਰ ਬੁਲਾਉਂਦਾ ਜਾਂ ਉਹਦੇ ਘਰ ਜਾਂਦਾ? ਉੱਚੀ ਬੋਲੋ ਜ਼ਰਾ। ਉਹ ਇੰਜ ਦੀ ਵੀ ਕੋਈ ਤਬਲੀਗ ਸੁਣ ਲੈਂਦੇ ਹੋ ਕਿ ਕੋਈ ਨਹੀਂ? ਇੱਧਰ ਤਵੱਜੋ ਕਰੋ ਯਾਰ, ਅਸਲ ਪਤਾ ਕਿ ਆਦਤ ਹੋਰ ਬਣ ਗਈ ਹੈ ਨਾ ਜੀ, ਫਿਰ ਇਹੋ ਜਿਹੀ ਗੱਲ ਜਿਹੜੀ ਉਹ ਫਿਰ ਨਹੀਂ ਠੀਕ ਰਹਿੰਦੀ। ਇੱਧਰ ਤਵੱਜੋ ਕਰਿਓ, ਬਾਬਾ ਜੀ ਮੈਨੂੰ
ਕਿਬਲਾ ਨਾਲ ਕੋਈ ਕੰਮ ਹੈ ਅਤੇ ਮੈਂ ਕਿਬਲਾ ਨੂੰ ਫੋਨ ਕਰਕੇ ਕੀ ਆਖਾਂਗਾ, ਮੇਰੇ ਕੋਲ ਆਓ। ਉਹਨਾਂ ਕਹਿਣਾ ਕੰਮ ਤੁਹਾਨੂੰ ਵੇ, ਮੈਂ ਮਿਸਾਲ ਦੇ ਰਿਹਾ, ਮੇਰੇ ਵੱਲ ਤਵੱਜੋ ਕਰੀ। ਅਗਰ ਤਕਰੀਰ ਹੈ ਹੀ ਤਕਰੀਰ, ਅਗਰ ਤੇਰੇ ਸਮਝ ਵਿੱਚ ਆ ਗਈ ਤਾਂ ਤੇਰੀ ਮਹਿਫਲ ਦਾ ਮਕਸਦ ਪੂਰਾ ਹੋਵੇਗਾ। ਇੱਕ ਬੱਚੇ ਨੂੰ ਵੀ ਸਮਝ ਆ ਗਈ, ਇੱਕ ਨੌਜਵਾਨ ਨੂੰ ਵੀ ਸਮਝ ਆ ਗਈ। ਬਾਬਾ ਜੀ ਮੈਨੂੰ ਕੰਮ ਹੈ ਕਾਰੀ ਸਾਹਿਬ ਨਾਲ, ਮੈਂ ਕਾਰੀ ਸਾਹਿਬ ਦੇ ਘਰ ਜਾਵਾਂਗਾ, ਮੈਂ ਅੱਧੀ ਰਾਤ ਨੂੰ ਵੀ ਜਾਵਾਂਗਾ, ਮੈਂ ਫਜਰ ਵੇਲੇ ਵੀ ਜਾਵਾਂਗਾ। ਮੈਨੂੰ ਇਹ ਆਖਣਗੇ ਕਿ ਰਾਤ ਦੇ 2 ਵਜੇ ਆ ਅਤੇ ਤੈਨੂੰ 20,000 ਰੁਪਇਆ ਲੱਭ ਜਾਏਗਾ, ਮੈਂ ਸਾਰੀ ਰਾਤ ਨਹੀਂ ਸੌਵਾਂਗਾ, ਮੈਂ ਸਾਰੀ ਰਾਤ ਨਹੀਂ ਆਖ ਲਾਵਾਂਗਾ। ਮੈਂ ਆਪਣੀ ਬੀਵੀ ਨੂੰ ਬੱਚਿਆਂ ਨੂੰ ਕਹਾਂਗਾ ਮੈਨੂੰ ਬਿਠਾ ਦਿਓ, ਕਾਰੀ ਸਾਹਿਬ ਨੇ 2 ਵਜੇ ਦਾ ਟਾਈਮ ਦਿੱਤਾ, ਕਾਰੀ ਸਾਹਿਬ ਕਿਤੇ ਨਿਕਲ ਨਾ ਜਾਣ। ਉਹ ਰਾਤ ਦੇ 2 ਵਜੇ ਵੀ ਮੈਨੂੰ ਪਤਾ ਲੱਗੇ ਨਾ ਵੀ ਮੇਰਾ ਕੰਮ ਹੋ ਜਾਣਾ ਅਤੇ ਬੰਦੇ ਨੂੰ ਨੀਂਦ ਆਉਂਦੀ, ਬੰਦੇ ਨੂੰ ਨੀਂਦ ਆਉਂਦੀ, ਇੱਧਰ ਤਵੱਜੋ ਫਰਮਾਓ। ਮੈਨੂੰ ਇਹਨਾਂ ਨਾਲ ਕੰਮ ਹੈ ਅਤੇ ਮੈਨੂੰ ਇਹਨਾਂ ਦੇ ਘਰ ਜਾਣਾ ਚਾਹੀਦਾ ਕਿ ਇਹਨਾਂ ਨੂੰ ਮੇਰੇ ਘਰ ਆਉਣਾ ਚਾਹੀਦਾ? ਇੱਧਰ ਮੇਰੇ ਵੱਲ ਤਵੱਜੋ ਕਰੋ ਬੱਚਿਓ, ਪੁੱਤਰ ਗੱਲ ਸਮਝਿਓ। ਜਿਹੜਾ ਬੰਦਾ ਪਿਆਸਾ ਹੁੰਦਾ ਉਹ ਖੂਹ ਦੇ ਕੋਲ ਜਾਂਦਾ ਕਿ ਖੂਹ ਚੱਲ ਕੇ ਪਿਆਸੇ ਦੇ ਘਰ ਹੁੰਦਾ? ਮਿਹਰਬਾਨੀ ਕਰੋ ਕੋਟਲੀ ਫਰੀਦ ਵਾਲੇ, ਅੱਜ ਕੁਝ ਲੈ ਕੇ ਜਾਣਾ ਯਾਰ, ਇਹ ਹੱਥ ਪਿਆ ਬੰਨਣਾ। ਮੈਂ ਕੋਈ ਮੌਲਵੀ ਨਹੀਂ ਜੇ ਕੋਈ ਆਲਿਮ ਨਹੀਂ ਕੋਈ ਖਤੀਬ ਨਹੀਂ, ਇਹ ਗੁਨਾਹਗਾਰ ਜਿਹਾ ਬੰਦਾ ਤਬਲੀਗ ਲੈ ਜਾਓਗੇ ਤਾਂ ਮੇਰੀ ਵੀ ਬਖਸ਼ਿਸ਼ ਦਾ ਸਮਾਨ ਬਣ ਜਾਏਗਾ। ਬਾਬਾ ਜੀ ਮੈਨੂੰ ਕੰਮ ਹੈ ਅਤੇ ਮੈਨੂੰ ਇਹਨਾਂ ਦੇ ਬੂਹੇ 'ਤੇ ਜਾਣਾ ਪੈਣਾ, ਮੈਨੂੰ ਪਿਆਸ ਲੱਗੀ ਹੈ ਮੈਨੂੰ ਨਲਕੇ 'ਤੇ ਜਾਣਾ ਪੈਣਾ, ਮੈਨੂੰ ਨਲਕਾ ਘੇੜਨਾ ਪੈਣਾ, ਮੈਨੂੰ ਪਿਆਸ ਲੱਗੀ ਹੈ ਮੈਨੂੰ ਖੂਹ 'ਤੇ ਜਾਣਾ ਪੈਣਾ। ਉਹ ਬਾਬਾ ਜੀ ਸਾਰੇ ਪਿਆਂ 'ਤੇ ਉਹ ਜਾਣਾ ਪੈਣਾ, ਜਿਹਦੇ ਨਾਲ ਕੰਮ ਹੋਵੇ ਉਹਦੇ ਘਰ ਜਾਣਾ ਪੈਂਦਾ। ਫਿਰ ਪਿਆਨਾ, ਜਿਹਦੇ ਨਾਲ ਕੰਮ ਹੋਵੇ ਉਹਦੇ ਘਰ ਜਾਣਾ ਪੈਂਦਾ ਕਿ ਨਹੀਂ ਪੈਂਦਾ? ਬਾਬਾ ਜੀ ਜਿਹਦੇ ਨਾਲ ਕੰਮ ਹੋਵੇ ਉਹਦੇ ਘਰ ਜਾਣਾ ਪੈਂਦਾ। ਅਤੇ ਮੈਂ ਕਿਹਾ ਜੀ ਅੱਲਾ ਨਾਲ ਕੰਮ ਹੈ ਤਾਂ ਫਿਰ ਉਹਦੇ ਘਰ ਕਿਉਂ ਨਹੀਂ ਆਉਂਦਾ? ਸੁਭਾਨ ਅੱਲਾ, ਤੁਸੀਂ ਤਵੱਜੋ ਕੀਤੀ, ਜ਼ਰਾ ਤਵੱਜੋ ਕਰਿਓ। ਉਹ ਬਾਬਾ ਜੀ ਰਿਜ਼ਕ ਚਾਹੀਦਾ ਹੀ, ਮਾਲ ਚਾਹੀਦਾ ਹੀ, ਆਖੋਗੇ ਚਾਹੀਦਾ, ਅਤੇ ਜਿਹੜਾ ਮਾਲ ਦੇਣ ਵਾਲਾ ਉਹਦੇ ਘਰ ਕਿਉਂ ਨਹੀਂ ਆਉਂਦੇ? ਨੁਕਤੇ ਨੇ ਸਮਝਿਓ, ਮਿਹਰਬਾਨੀ ਕਰਿਓ, ਸਾਰਾ ਨਿਚੋੜ ਜੇ। ਬਾਬਾ ਜੀ ਔਲਾਦ ਚਾਹੀਦੀ ਆ, ਆਂਦਾ ਚਾਹੀਦੀ ਹੈ, ਤੇ ਮੈਂ ਕਿਹਾ ਜਿਹੜਾ ਅਲਾ ਕੁੱਲੀ ਸ਼ੈਨ ਕਦੀਰ, ਉਹਦੇ ਘਰ ਕਦੀ ਤੇ ਆਇਆ ਨਹੀਂ। ਪੀਰਾਂ ਕੋਲ ਦੌੜਦਾ ਜਾਣਾ, ਦਮ ਕਰਵਾਉਣਾ, ਉਹ ਆਂਦਾ ਮੇਰੇ ਘਰ ਆ ਜਾਓ। ਕਾਰੀ ਸਾਹਿਬ ਕਿੰਨੀ ਸ਼ਰ੍ਹਾਂ ਨਮਾਜ਼ੀਆਂ ਦੀ। ਇੱਕ ਬੰਦਾ ਮੈਨੂੰ ਕਹਿਣ ਲੱਗਾ ਮੈਂ ਬੜਾ ਪਰੇਸ਼ਾਨ ਰਹਿਣਾ, ਇੱਧਰ ਤਵੱਜੋ ਕਰਿਓ। ਮੈਂ ਕਿਹਾ ਕੀ ਗੱਲ? ਕਹਿੰਦਾ ਕਾਰੋਬਾਰ ਜਿਹੜਾ ਕਰਨਾ ਉਹ ਹੀ ਪਿੱਛੇ ਪੈਂਦਾ, ਜੋ ਵੀ ਕਰਨਾ ਉਹ ਹੀ ਪਿੱਛੇ ਪੈਂਦਾ। ਉਹਨਾਂ ਦੇ ਪਿੰਡ ਅਸੀਂ ਗਏ ਕਿਬਲਾ, ਇਹ ਗੱਲ ਬੜੀ ਸੁਣਨ ਵਾਲੀ, ਅਤੇ ਉਹ ਨਮਾਜ਼ ਦਾ ਵੇਲਾ ਹੋ ਗਿਆ ਅਤੇ ਉਹਦੇ ਘਰ ਬੈਠੇ ਅਤੇ ਉਹ ਆਪਣੀ ਕਹਾਣੀ ਸੁਣਾਇਆ ਪਿਆ ਦੁੱਖ ਭਰੀ। ਉਹ ਜਦੋਂ ਮੇਰੇ ਨਾਲ ਆਇਆ ਅਤੇ ਜਾਣ ਦਾ ਟਾਈਮ, ਮੈਂ ਮਸਜਿਦ 'ਚ ਆ ਗਿਆ ਅਤੇ ਉਹ ਨਾਲ ਦੀ ਗਲੀ ਪੈ ਗਿਆ। ਮੈਂ ਕਿਹਾ ਕੀ ਹੋਇਆ, ਮਸੀਤੇ ਨਹੀਂ ਆਉਣਾ? ਆਂਦਾ ਨਹੀਂ ਕਾਰੀ ਸਾਹਿਬ ਮੈਨੂੰ ਜ਼ਰਾ ਕੰਮ ਹੈ। ਅਤੇ ਮੈਂ ਕਿਹਾ ਇਹ ਜਿਹੜਾ ਕੰਮ ਹੈ ਉਸ ਤੋਂ ਵੀ ਵੱਡਾ ਕੰਮ ਹੈ। ਉਹ ਮੈਨੂੰ ਦੱਸੋ ਕੋਟਲੀ ਫਰੀਦ ਵਾਲਿਓ, ਨਮਾਜ਼ ਤੋਂ ਵੀ ਵੱਡਾ ਕੋਈ ਕੰਮ ਹੈ ਵੇ? ਬੋਲੋ ਤਾਂ ਸਹੀ, ਨਮਾਜ਼ ਤੋਂ ਵੱਡਾ ਕੋਈ ਕੰਮ ਹੈ ਜੇ? ਇੱਧਰ ਤਵੱਜੋ ਕਰੋ, ਇਹ ਐਡੇ ਹੀ ਨਮਾਜ਼ ਦੀ ਅਹਿਮੀਅਤ ਹੈ, ਬਹੁਤ ਵੱਡਾ ਕੰਮ ਹੈ ਕਾਬੇ ਦਾ ਤਵਾਫ ਕਰਨਾ। ਇੱਧਰ ਵੇਖੋ, 24 ਘੰਟੇ ਕਾਬੇ ਦਾ ਤਵਾਫ ਪਿਆ ਹੁੰਦਾ, ਨਮਾਜ਼ ਦੇ ਵੇਲੇ ਉਹ ਵੀ ਬੰਦ ਹੋ ਜਾਂਦਾ। ਤੂੰ ਕਿਹੜਾ ਕੰਮ ਲੈ ਕੇ ਬੈਠਾ ਜੀ? ਮੈਂ ਕਿਹਾ ਤਾਂ ਹੀ ਤਾਂ ਤੇਰੀਆਂ ਮੁਸ਼ਕਲਾਂ ਹੱਲ ਨਹੀਂ ਹੁੰਦੀਆਂ। ਜਿਹਨੇ ਮੁਸ਼ਕਲਾਂ ਹੱਲ ਕਰਨੀਆਂ ਸਨ, ਜਿਹੜਾ ਮੁਸ਼ਕਲ ਕੋਈ ਸ਼ਾਹ ਸੀ ਉਹਦੇ ਬੂਹੇ 'ਤੇ ਤੂੰ ਆਇਆ ਕੋਈ ਨਹੀਂ। ਮੈਨੂੰ ਇਮਾਨਦਾਰੀ ਨਾਲ ਦੱਸੋ, ਜਿੰਨੇ ਤੁਸੀਂ ਬੈਠੇ ਹੋ ਯਾਰ, ਸਾਹਬਾ ਇਕਰਾਮ ਦਾ ਪਤਾ ਕੀ ਤਰਜ਼ ਅਮਲ ਸੀ? ਤੁਹਾਡਾ ਨਾਮ ਮੈਨੂੰ ਭੁੱਲ ਗਿਆ ਹੈ ਬਾਈ ਰਿਆਜ਼ ਸਾਹਿਬ। ਸਾਹਬਾ ਇਕਰਾਮ ਦਾ ਪਤਾ ਕੀ ਤਰਜ਼ ਅਮਲ ਹੈ? ਕਿਬਲਾ ਬੈਠੇ ਨੇ, ਹੁਣੇ ਪੁੱਛ ਲਓ ਮੇਰੇ ਸਾਹਮਣੇ ਵੀ ਅਤੇ ਬਾਅਦ 'ਚੋਂ ਪੁੱਛ ਲਿਓ। ਬੁਖਾਰੀ ਸ਼ਰੀਫ ਦੇ ਅੰਦਰ ਸਾਹਬਾ ਇਕਰਾਮ ਨੂੰ ਅਗਰ ਨਮਕ ਦੀ ਲੋੜ ਪੈਂਦੀ ਸੀ ਨਾ, ਨਮਕ ਦੀ, ਤਵੱਜੋ ਕਰਿਓ, ਅਗਰ ਲੂਣ ਦੀ ਲੋੜ, ਮੈਂ ਪੰਜਾਬੀ 'ਚ ਪੈਦਾ ਸੀ ਨਾ, ਅਗਰ ਲੂਣ ਦੀ ਲੋੜ ਵੀ ਸਾਹਬਾ ਇਕਰਾਮ ਨੂੰ ਪਈ ਹੈ ਨਾ,
ਤੇ ਸਹਾਬਾ ਨੇ ਕੀ ਕੀਤਾ, ਮਸਜਿਦ 'ਚ ਜਾ ਕੇ ਵੁਜ਼ੂ ਕਰਕੇ ਦੋ ਨਫਲ ਅਦਾ ਕੀਤੇ ਨੇ। ਹੁਣ ਇਸ ਮਹਿਫਲ ਵਿੱਚੋਂ ਸਿੱਖ ਕੇ ਜਾਈਂ, ਸਿੱਖ ਕੇ ਜੇ ਤੇਰੇ 'ਤੇ ਪਰੇਸ਼ਾਨੀ ਆ ਗਈ, ਮੁਸੀਬਤ ਆ ਗਈ ਹੈ, ਕਿਤੇ ਦੌੜਨ ਦੀ ਲੋੜ ਨਹੀਂ, ਵੁਜ਼ੂ ਕਰ, ਮਸਜਿਦ 'ਚ ਆ ਜਾ। ਜ਼ੁਹਰ ਹੋ ਰਹੀ ਹੈ, ਮਸਜਿਦ 'ਚ ਆ ਜਾ। ਅਸਰ ਹੋ ਰਹੀ ਹੈ, ਮਸਜਿਦ 'ਚ ਆ ਜਾ। ਮਗਰਬ ਹੋ ਰਹੀ ਹੈ, ਮਸਜਿਦ 'ਚ ਆ ਜਾ। ਵੁਜ਼ੂ ਕਰਕੇ ਦੋ ਨਫਲ ਪੜ ਤੇ ਪੜ੍ਹ ਕੇ ਉਹਦੀ ਪਾਕ ਬਾਰਗਾਹ ਵਿੱਚ ਡਿੱਗ ਪੈ ਤੇ ਆਖ, ਮੌਲਾ ਮੈਂ ਸਿਰ ਤੇਰੀ ਪਾਕ ਬਾਰਗਾਹ ਵਿੱਚ ਝੁਕਾ ਦਿੱਤਾ ਹੀ, ਮੈਂ ਕਿਸੇ ਦੇ ਬੂਹੇ 'ਤੇ ਨਹੀਂ ਜਾਣਾ, ਤੂੰ ਹੀ ਮੇਰਾ ਪਰਵਰਦਿਗਾਰ ਹੈ ਅਤੇ ਮੈਂ ਤੇਰਾ ਬੰਦਾ ਵਾਂ, ਹੁਣ ਤੂੰ ਜਾਣੇ ਅਤੇ ਤੇਰਾ ਕੰਮ ਜਾਣੇ। ਅੱਲਾਹ ਦੀ ਕਸਮ ਉਠਾ ਕੇ ਨਾ ਕੋਟਲੀ ਫਰੀਦ ਵਾਲਿਆ, ਜੇ ਸਜਦੇ ਮੁੱਕਣ ਤੋਂ ਪਹਿਲਾਂ ਅੱਲਾਹ ਤੇਰੀ ਮੁਸ਼ਕਲ ਦੂਰ ਨਾ ਕੀਤੀ ਤਾਂ ਗੱਲ ਕਰੀ। ਸਿਰਫ ਗੱਲਾਂ ਕਰਨ ਨਾਲ ਨਹੀਂ ਹੁੰਦਾ ਕੰਮ, ਅਮਲ ਕਰੋ। ਅੱਜ ਨੀਅਤ ਕਰੋ ਕਿ ਅਸਾਂ ਜੋ ਮੰਗਣਾ ਕਿਹਦੇ ਕੋਲੋਂ ਮੰਗਣਾ, ਉੱਚੀ ਬੋਲੋ ਕਿਹਦੇ ਕੋਲੋਂ ਮੰਗਣਾ, ਅਤੇ ਅੱਲਾਹ ਕੋਲ ਮੰਗਣਾ ਕਿਵੇਂ, ਘਰ ਸੌ ਕੇ ਮੰਗਣਾ, ਘਰ ਬਹਿ ਕੇ, ਦੁਕਾਨ ਤੇਰੀ ਖੁੱਲ੍ਹੀ, ਅਜ਼ਾਨ ਹੋ ਗਈ ਹੈ, ਤੂੰ ਅੱਲਾਹ ਕੋਲ ਮੰਗਣਾ ਪਿਆ, ਇਹ ਨਹੀਂ ਮੰਗਣ ਦਾ ਤਰੀਕਾ। ਅੱਲਾਹ ਫਰਮਾਉਂਦਾ ਜੇ ਤੂੰ ਮੇਰੇ ਕੋਲ ਮੰਗਦਾ, ਮੇਰਾ ਬੁਲਾਵਾ ਆਇਆ ਸੀ, ਅੱਲਾਹੁ ਅਕਬਰ, ਅੱਲਾਹੁ ਅਕਬਰ, ਹਈਆ ਅਲਾ ਸਲਾ, ਕਿਹਦਾ ਬੁਲਾਵਾ, ਉੱਚੀ ਬੋਲੋ, ਹਈਆ ਅਲਾ ਫਲਾ, ਕਿਹਦਾ ਬੁਲਾਵਾ, ਆਓ ਕਾਮਯਾਬੀ ਦੀ ਤਰਫ। ਤੇ ਜਿਹੜਾ ਬੰਦਾ ਮਸੀਦ ਦੇ ਬੂਹੇ ਅੱਗੇ ਦੁਕਾਨ ਨਾ ਬੰਦ ਕਰੇ ਤੇ ਉਹ ਕਾਮਯਾਬ ਹੋ ਸਕਦਾ? ਜਿਹੜਾ ਮਸਜਿਦ ਦੇ ਬੂਹੇ ਦੇ ਅੱਗੋਂ ਦੀ ਲੰਘ ਜੇ ਤੇ ਆਖੇ ਜੀ ਮੇਰੇ ਤੇ ਫਜ਼ਲ ਨਹੀਂ ਹੁੰਦਾ, ਮੇਰੇ ਤੇ ਅੱਲਾ ਰਾਜ਼ੀ ਨਹੀਂ ਹੁੰਦਾ, ਮੈਂ ਕਿਹਾ ਤੇਰੇ ਤੇ ਰੱਬ ਰਾਜ਼ੀ ਕਿਵੇਂ ਹੋਵੇ, ਤੂੰ ਤੇ ਉਹਦਾ ਘਰ ਛੱਡ ਕੇ ਅਗਲੇ ਦੇ ਘਰ ਪਿਆ ਵੜਨਾ, ਤੇ ਜਿਹੜਾ ਉਹਦਾ ਘਰ ਛੱਡ ਕੇ ਕਿਸੇ ਦੇ ਘਰ ਵੜ ਜਾਏ, ਅੱਲਾ ਫਰਮਾਉਂਦਾ ਲਾ ਲੈ ਦੌੜ ਜਿੰਨੀ ਲਾਣੀ ਆ। ਫਰਮਾਇਆ ਇੱਕ ਦਿਨ ਮੇਰੇ ਬੂਹੇ ਤੇ ਆਉਣਾ ਤੇ ਤੇਰੀ ਗੱਲ ਬਣਨੀ ਆ, ਆਉਣਾ ਪੈਣਾ ਜੇ ਬਾਬਾ ਜੀ, ਜੇ ਨਾ ਆਵੋਗੇ ਤੇ ਮੁਸ਼ਕਲਾਂ ਦੂਰ ਨਹੀਂ ਆਉਣੀਆਂ, ਕਾਰੋਬਾਰ 'ਚ ਬਰਕਤ ਨਹੀਂ ਆਉਣੀ। ਮਸਜਿਦ 'ਚ ਡਿੱਗ ਪਵੋ, ਆ ਕੇ ਡਿੱਗ ਪਵੋ। ਇਹ ਪਰਿਆ ਬਹਿੰਦੀ ਹੈ ਨਾ ਜੀ, ਇੱਧਰ ਮੇਰੇ ਵੱਲ ਤਵੱਜੋ, ਸਮਝ ਆ ਰਹੀ ਗੱਲਾਂ ਦੀ ਕਿ ਨਹੀਂ? ਇਹ ਪਰਿਆ ਬੈਠੀ ਹੁੰਦੀ ਹੈ ਨਾ ਬਾਈ ਜਾਣ, ਅਤੇ ਲੋਕ ਪਤਾ ਕੀ ਕਹਿੰਦੇ, ਜਿਹਦੀ ਗਲਤੀ ਹੋਏ ਨਾ ਲੋਕ ਕਹਿੰਦੇ ਪੈਰ ਫੜ ਲੈ, ਆਏ ਹਾਏ ਹਾਏ ਕੀ ਫੜ ਲੈ, ਇਹਦਾ ਕੀ ਮਕਸਦ ਹੈ ਬਾਬਾ ਜੀ? ਇੱਧਰ ਤਵੱਜੋ ਕਰੋ, ਸਖਤ ਤੋਂ ਸਖਤ ਦਿਲ ਵੀ ਬੰਦਾ ਹੋਵੇ ਨਾ, ਮਦਈ ਹੋਵੇ, ਬੰਦਾ ਉਹਦੇ ਪੈਰਾਂ 'ਚ ਡਿੱਗ ਪਏ ਨਾ, ਅਤੇ ਬੜਾ ਵੀ ਸਖਤ ਦਿਲ ਹੋਵੇ ਨਾ, ਉਹਦੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਯਾਰ ਬੰਦਾ ਆਜਜ਼ ਹੋ ਕੇ, ਇਨਕਿਸਾਰ ਹੋ ਕੇ ਤੇਰੇ ਬੂਹੇ 'ਤੇ ਡਿੱਗ ਪਿਆ, ਤੇਰੇ ਘਰ ਤੇਰੇ ਦਰਵਾਜ਼ੇ 'ਤੇ ਆ ਗਿਆ, ਤੇਰੇ ਕਦਮਾਂ 'ਚ ਡਿੱਗ ਪਿਆ, ਅਤੇ ਹੁਣ ਮਾਫ਼ ਨਹੀਂ ਕਰ ਦਿੰਦਾ। ਬਾਬਾ ਬੜਾ ਵੀ ਸਖਤ ਦਿਲ ਹੋਵੇ ਤਾਂ ਉਹ ਵੀ ਬੰਦੇ ਨੂੰ ਚੁੱਕ ਕੇ ਸੀਨੇ ਲਾ ਲੈਂਦਾ, ਅਤੇ ਮੈਨੂੰ ਇਮਾਨਦਾਰੀ ਨਾ ਦੱਸ, ਕੋਈ ਇੱਕ ਬੰਦਾ ਹੋਵੇ ਮੇਰੇ ਜਿਹਾ ਭੈੜਾ ਅਤੇ ਚਿਕਰ ਬੜਾ, ਉਹਦੇ ਪੈਰਾਂ 'ਚ ਕੋਈ ਡਿੱਗ ਪਏ ਅਤੇ ਉਹਨੂੰ ਤਰਸ ਆ ਜਾਂਦਾ, ਅਤੇ ਜਿਹੜਾ 70 ਮਾਵਾਂ ਤੋਂ ਵੀ ਜ਼ਿਆਦਾ ਪਿਆਰ ਕਰਦਾ ਹੈ। ਇੱਕ ਵਾਰੀ ਬੋਲ ਸੁਭਾਨ ਅੱਲਾਹ, ਜਿਹੜਾ 70 ਮਾਵਾਂ ਤੋਂ ਵੀ ਜ਼ਿਆਦਾ ਪਿਆਰ ਕਰਦਾ ਬਾਬਾ, ਉਹਨੂੰ ਕਿੰਨਾ, ਉਹ ਕਿੰਨਾ ਕਰਮ ਕਰਦਾ ਬੰਦੇ। ਅੱਲਾਹ ਫਰਮਾਉਂਦਾ ਆਓ ਤਾਂ ਸਹੀ, ਅਸੀਂ ਆਨੇ ਅਸਾਂ ਨਹੀਂ ਆਉਣਾ। ਉਹ ਫਜਰ ਵੇਲੇ ਆਉਂਦਾ ਆ ਜਾਓ, ਅਸੀਂ ਆਨੇ ਨਹੀਂ ਆਉਣਾ, ਕੀ ਕਰ ਲਏਗਾ, ਅਸੀਂ ਸੁੱਤੇ ਹਾਂ। ਉਹ ਆਉਂਦਾ ਚਲੋ ਜ਼ੁਹਰ ਵੇਲੇ ਆ ਜਾਓ, ਅਸੀਂ ਆਨੇ ਨਹੀਂ, ਸਾਡਾ ਕੰਮ ਬੜਾ। ਉਹ ਅਸਲ ਟਾਈਮ ਆ ਜਾਓ, ਨਹੀਂ ਇਸ ਟਾਈਮ ਕੰਮ ਦਾ ਰਸ਼ ਬੜਾ, ਦੁਕਾਨ 'ਤੇ ਰਸ਼ ਬੜਾ। 5 ਵਕਤ ਅੱਲਾ ਬੁਲਾਉਂਦਾ ਅਤੇ ਅਸੀਂ ਨਹੀਂ ਆਏ, 5 ਵਕਤ ਉਹਨੇ ਬੁਲਾਇਆ। ਕਿਬਲਾ ਮੈਨੂੰ ਇਮਾਨਦਾਰੀ ਨਾਲ ਦੱਸੋ, ਤੁਹਾਡਾ ਵੀ ਬਾਪ, ਮੇਰਾ ਵੀ ਬਾਪ ਆ, ਤੁਸੀਂ ਬੈਠੇ ਹੋ, ਇੱਕ ਵਾਰੀ ਪਿਓ ਆਵਾਜ਼ ਮਾਰੇ ਨਾ ਪੁੱਤਰ ਨੂੰ, ਅਤੇ ਪੁੱਤਰ ਨਾ ਆਵੇ ਤਾਂ ਦੂਸਰੀ ਵਾਰੀ ਆਉਂਦਾ, ਓਏ ਸੁਣਿਆ ਨਹੀਂ ਹੂੰ, ਅਤੇ ਬੰਦਾ ਫਿਰ ਨਾ ਨਾ ਆਵੇ, ਅਤੇ ਤੀਸਰੀ ਵਾਰੀ ਪਿਓ ਜੁੱਤੀ ਫੜਦਾ, ਬੂਟ ਲਾਂਦਾ, ਖੁੱਸਾ ਲਾਂਦਾ, ਤਾਂ ਉਹਦੇ ਸਿਰ 'ਚ ਮਾਰ ਕੇ ਆਉਂਦਾ, ਓਏ ਕੀ ਸਮਝਣਾ, ਮੈਂ ਤੇਰਾ ਨੌਕਰ ਹਾਂ, ਮੁਲਾਜ਼ਮ ਹਾਂ। ਅੱਬਾ ਕੀ ਹੋਇਆ ਜੀ? ਆਉਂਦਾ 3 ਵਾਰੀ ਤੈਨੂੰ ਬੁਲਾਇਆ ਅਤੇ ਤੂੰ ਨਹੀਂ ਆਇਆ, 3 ਵਾਰੀ ਤੈਨੂੰ ਬੁਲਾਇਆ। ਇਹ ਜੁਮਲਾ ਜ਼ਾਇਆ ਨਾ ਕਰਿਓ, ਮਿਹਰਬਾਨੀ ਕਰਕੇ, ਮਕਸਦ ਪੂਰਾ ਕਰਨਾ ਇਸ ਮਹਿਫਲ ਦਾ, ਇਸਲਾਹ ਹੋ ਜਾਏ ਕਿਸੇ ਦੀ।
ਕੋਈ ਬੰਦਾ ਸਿੱਧੇ ਰਸਤੇ 'ਤੇ ਆ ਜਾਏ, ਕਿੱਥੇ ਟੁਰੀ ਫਿਰਦੇ ਪਿਓ ਯਾਰ, ਕਿੱਥੇ ਕਿਹੜੀਆਂ ਕਾਮਯਾਬੀਆਂ ਨਮਾਜ਼ ਤੋਂ ਇਲਾਵਾ, ਕਿਹੜੀ ਜਨਾਬੇ ਵਾਲਾ ਸ਼ੋਹਰਤ ਮਸਜਿਦ ਤੋਂ ਇਲਾਵਾ ਕੋਈ ਨਹੀਂ। ਇੱਧਰ ਤਵੱਜੋ ਫਰਮਾਓ, ਤਿੰਨ ਵਾਰੀ ਬਾਪ ਨੇ ਬੁਲਾਇਆ, ਗੱਲ ਬੜੀ ਸੁਣਨ ਵਾਲੀ ਜੇ ਮੇਰੇ ਵੱਲ ਵੇਖੋ ਜੀ, ਤਿੰਨ ਵਾਰੀ ਬਾਪ ਨੇ ਬੁਲਾਇਆ, ਪੁੱਤਰ ਨਹੀਂ ਆਇਆ। ਕਿਬਲਾ, ਪਿਓ ਨੇ ਉਹਨੂੰ ਜੁੱਤੀ ਮਾਰੀ ਤੇ ਉਹਨੂੰ ਪੁੱਛਿਆ ਵੀ ਮੈਂ ਜਦੋਂ ਤੈਨੂੰ ਬੁਲਾਇਆ ਸੀ ਤੂੰ ਮੇਰੀ ਆਵਾਜ਼ ਨਹੀਂ ਸੁਣੀ? ਇਹ ਗੱਲ ਸੁਣਿਓ। ਤੇ ਜੇ ਪੁੱਤਰ ਆਖੇ ਅੱਬਾ ਜੀ ਮੈਂ ਤੁਹਾਡੀ ਆਵਾਜ਼ ਨਹੀਂ ਸੁਣੀ, ਤੇ ਫਿਰ ਬੱਚਤ ਹੋ ਸਕਦੀ? ਗੱਲ ਨਹੀਂ ਸਮਝਦੇ ਪਏ? ਕਿਬਲਾ, ਜੇ ਪੁੱਤਰ ਆਖੇ ਨਾ ਵੀ ਮੈਂ ਅੱਬਾ ਤੇਰੀ ਆਵਾਜ਼ ਮੇਰੇ ਕੰਨਾਂ ਤੱਕ ਨਹੀਂ ਆਈ, ਤੇ ਫਿਰ ਬੱਚਤ ਥੋੜ੍ਹੀ ਹੋ ਸਕਦੀ ਵੀ ਅੱਬੇ ਨੂੰ ਵੀ ਤਰਸ ਆ ਜਾਣ ਵੀ ਇਹਨੇ ਕਿਹੜੀ ਗੱਲ ਸੁਣੀ ਹੈ। ਤੇ ਜੇ ਪੁੱਤਰ ਪਿਓ ਦੇ ਸਾਹਮਣੇ ਖਲੋ ਕੇ ਆਖੇ ਅੱਬਾ ਤਿੰਨੇ ਵਾਰੀ ਮੈਂ ਸੁਣਿਆ ਤੂੰ ਮੈਨੂੰ ਬੁਲਾਉਂਦਾ ਰਿਹਾ, ਤੇ ਬਾਪ ਨੂੰ ਡਬਲ ਗੁੱਸਾ ਚੜ੍ਹਦਾ, ਉਹ ਆਉਂਦਾ ਇੱਕ ਤੂੰ ਮੇਰੀ ਆਵਾਜ਼ ਸੁਣੀ ਹੈ ਤੇ ਆਵਾਜ਼ ਸੁਣ ਕੇ ਵੀ ਤੂੰ ਨਹੀਂ ਆਇਆ। ਹੁਣ ਕਿੱਥੇ ਗੱਲਾਂ ਕਰੀਏ ਤੇ ਕਿਹੜੇ ਮਜਮੇ ਨੂੰ ਦੱਸੀਏ, ਸਾਡਾ ਤਾਂ ਮਿਆਰ ਹੀ ਹੋਰ ਹੋ ਗਿਆ ਨਾ। ਉਹ ਬੰਦੇ ਬੁਲਾਓ ਜੇ ਮੌਜ ਕਰੋ ਤੇ ਡਮ ਡਮ ਕਰੋ ਤੇ ਚਲੋ ਘਰ ਨੂੰ ਚਲੀ ਮੁੱਕ ਗਈ। ਬਾਬਾ ਤਿੰਨ ਵਾਰੀ ਬਾਪ ਬੁਲਾਇਆ, ਪੁੱਤਰ ਨੇ ਅੱਬੇ ਦੀ ਗੱਲ ਸੁਣੀ ਵੀ ਹੈ, ਆਵਾਜ਼ ਸੁਣੀ ਹੈ ਤੇ ਬਾਪ ਕੋਲ ਨਹੀਂ ਗਿਆ। ਅੱਬੇ ਨੇ ਆਖਿਆ ਚੱਲ ਬੋਰੀ ਬਿਸਰਾ ਚੁੱਕ ਬਾਹਰ ਨਿਕਲ, ਤੂੰ ਸੁਣ ਕੇ ਵੀ ਨਹੀਂ ਆਇਆ। ਉਹ ਜਿਹੜਾ ਅੱਬੇ ਦੀ ਗੱਲ ਸੁਣ ਕੇ ਨਾ ਜਾਵੇ ਤੇ ਅੱਬਾ ਉਹਨੂੰ ਕਾਲਾ ਵੇਸਣ ਦੇ ਛੱਡਦਾ, ਘਰੋਂ ਕੱਢ ਛੱਡਦਾ, ਤੇ ਜਿਹੜਾ ਅੱਲਾ ਦੀ ਪੰਜ ਵਾਰੀ ਆਵਾਜ਼ ਸੁਣ ਕੇ ਮੱਸੇ 'ਚ ਨਾ ਜਾਵੇ। ਹੁਣ ਜ਼ਰਾ ਇੱਕ ਮਿੰਟ ਸੋਚਣਾ, ਤੇਰਾ ਕਿਹੜਾ ਕੰਮ ਹੈ ਐਸਾ ਜਿਹੜਾ ਨਮਾਜ਼ ਤੋਂ ਅੱਗੇ? ਕੋਈ ਮੈਨੂੰ ਦੱਸੋ ਨਾ, ਗੁਜ਼ਰ ਰੱਖੋ ਮੇਰੇ ਸਾਹਮਣੇ ਕਿ ਕਾਰੀ ਸਾਹਿਬ ਮੇਰਾ ਕੰਮ ਬੜਾ ਹੁੰਦਾ, ਕੋਈ ਐਸਾ ਦੱਸੋ। ਸਹਾਬਾ ਇਕਰਾਮ ਤੋਂ ਤੁਹਾਡੇ ਜ਼ਿਆਦਾ ਕੰਮ ਨੇ? ਸਹਾਬਾ ਇਕਰਾਮ ਦੀ ਸੀਰਤ ਪੜ੍ਹ ਕੇ ਵੇਖੋ ਬਾਬਾ ਜੀ, ਤਿੰਨ ਤਿੰਨ ਦਿਨ ਤੱਕ ਕੋਈ ਚੀਜ਼ ਨਹੀਂ ਖਾਧੀ ਸਾਹਬਾ ਨੇ। ਹਜ਼ਰਤ ਅਬੂ ਬਕਰ ਸਦੀਕ ਪੂਰਾ ਪੂਰਾ ਹਫ਼ਤਾ ਕਦੀ ਕੋਈ ਚੀਜ਼ ਨਹੀਂ ਸੀ ਖਾਧੀ, ਇੰਨਾ ਫਕਰ ਸੀ। ਅਤੇ ਨਮਾਜ਼ ਕਦੀ ਛੱਡੀ ਸੀ? ਕਦੀ ਛੱਡੀ ਸੀ? ਸਾਡੇ ਤਾਂ ਇੱਕ ਦਿਨ ਪਰੇਸ਼ਾਨੀ ਆ ਜਾਏ ਨਾ, ਫੋਤਗੀ ਹੋ ਜਾਏ ਨਾ ਕਿਸੇ ਦੇ ਘਰ, ਤੇ ਫੋਤਗੀ ਵਾਲੇ ਸਾਰੇ ਨਹੀਂ ਨਮਾਜ਼ ਪੜ੍ਹਦੇ। ਕੀ ਹੋਇਆ ਜੀ, ਫੋਤਗੀ ਹੋ ਗਈ ਜੀ? ਉਹ ਮੈਂ ਕਿਹਾ ਤੁਹਾਨੂੰ ਤੇ ਮਸਜਿਦ 'ਚ ਮਰ ਜਾਣਾ ਚਾਹੀਦਾ ਸੀ, ਅੰਦਰ ਵੜ ਜਾਣਾ ਚਾਹੀਦਾ ਸੀ, ਉਹ ਤੁਸੀਂ ਫੋਤਗੀ ਹੋਈ ਤੇ ਤੁਸੀਂ ਨਮਾਜ਼ ਹੀ ਛੱਡ ਦਿੱਤੀ। ਤੇ ਜੇ ਹਾਜੀ ਸਾਹਿਬ ਦੇ ਪੁੱਤਰ ਦੀ ਸ਼ਾਦੀ ਤੇ ਹਾਜੀ ਸਾਹਿਬ ਨਮਾਜ਼ ਪੜ੍ਹਨ ਹੀ ਨਹੀਂ ਆਏ, ਕੀ ਹੋਇਆ ਜੀ? ਪੁੱਤਰ ਦੀ ਸ਼ਾਦੀ ਸੀ। ਮੈਂ ਕਿਹਾ ਹਾਜੀ ਸਾਹਿਬ ਉਹ ਕਿਹੜੀ ਖੁਸ਼ੀ ਹੈ ਜਿਹਨੇ ਤੁਹਾਨੂੰ ਨਮਾਜ਼ ਤੋਂ ਰੋਕ ਛੱਡਿਆ? ਉਹ ਕਿਹੜਾ ਗਮ ਹੈ ਜਿਹੜਾ ਮੋਮਿਨ ਬੰਦੇ ਨੂੰ ਨਮਾਜ਼ ਤੋਂ ਰੋਕ ਛੱਡੇ? ਇਹ ਸਾਰੀ ਤਕਰੀਰ ਦਾ ਖੁਲਾਸਾ ਤੇ ਨਿਚੋੜ ਆਵੇ। ਜੇ ਤੁਸੀਂ ਬੇਨਮਾਜ਼ੀ ਹੋ ਤਾਂ ਮੈਂ ਤੁਹਾਡਾ ਕੁਝ ਨਹੀਂ ਕਰ ਸਕਦਾ, ਜੇ ਤੁਸੀਂ ਬੇਨਮਾਜ਼ੀ ਹੋ ਕਿਬਲਾ ਤੁਹਾਡਾ ਕੁਝ ਨਹੀਂ ਕਰ ਸਕਦੇ, ਜੇ ਤੁਸੀਂ ਬੇਨਮਾਜ਼ੀ ਹੋ ਤੁਹਾਡਾ ਬਾਪ ਤੁਹਾਡਾ ਕੁਝ ਨਹੀਂ ਕਰ ਸਕਦਾ, ਤੁਹਾਡਾ ਪੀਰ ਤੁਹਾਡਾ ਕੁਝ ਨਹੀਂ ਕਰ ਸਕਦਾ ਅਗਰ ਤੁਸੀਂ ਬੇਨਮਾਜ਼ੀ ਹੋ। ਗੱਲ ਉਦੋਂ ਬਣਨੀ ਹੈ ਜਦੋਂ ਅੱਲਾ ਦੇ ਬੂਹੇ ਤੇ ਆਉਣਾ, ਜਦੋਂ ਅੱਲਾ ਦੇ ਬੂਹੇ ਤੇ ਆਉਣਾ ਤੇ ਗੱਲ ਫਿਰ ਬਣਨੀ ਹੈ। ਜੇ ਨਹੀਂ ਨਮਾਜ਼ ਪੜ੍ਹਦਾ ਜੇ ਅੱਜ ਨੀਯਤ ਕਰਕੇ ਉੱਠ, ਰਾਤ ਨੂੰ ਸੌਣ ਲੱਗਿਆ ਨੀਯਤ ਕਰਿਆ ਕਰੋ ਮੈਂ ਫਜਰ ਪੜ੍ਹਨੀ ਹੈ। ਮੈਂ ਇੱਕ ਬੰਦੇ ਨੂੰ ਆਖਿਆ, ਮੈਂ ਕਿਹਾ ਨੀਯਤ ਕਰਨਾ, ਕਹਿੰਦਾ ਮੇਰੇ ਜ਼ਿਹਨ 'ਚ ਨਹੀਂ ਰਹਿੰਦੀ। ਸ਼ੈਤਾਨ ਹੈ ਨਾ ਬਾਬਾ ਜੀ, ਭੁਲਾ ਛੱਡਦਾ, ਹਰ ਚੀਜ਼ ਯਾਦ ਰਹਿੰਦੀ ਹੈ। ਬੰਦਾ ਦੁਕਾਨ ਦਾ ਹਿਸਾਬ ਕਰਕੇ ਸੌਂਦਾ ਰਾਤ ਨੂੰ ਕਿ ਕੀ ਮੈਨੂੰ ਬੱਚਤ ਹੋਈ ਹੈ ਅਤੇ ਕੀ ਮੈਨੂੰ ਨੁਕਸਾਨ ਹੋਇਆ। ਸਿਰਫ ਅਗਰ ਹਿਸਾਬ ਨਹੀਂ ਕਰਦਾ ਤਾਂ ਉਹ ਨਮਾਜ਼ ਦਾ ਨਹੀਂ ਕਰਦਾ ਵੀ ਅੱਜ ਕਿੰਨੀਆਂ ਪੜ੍ਹੀਆਂ ਨੇ ਅਤੇ ਕਿੰਨੀਆਂ ਛੁੱਟੀਆਂ ਨੇ। ਮੈਂ ਵੱਡੇ ਵੱਡੇ ਬੰਦੇ ਵੇਖੇ ਜੀ ਬਾਬਾ ਜੀ, ਵੱਡੇ ਵੱਡੇ ਬੰਦੇ, ਉਹ ਨਮਾਜ਼ ਨਹੀਂ ਜੀ ਛੱਡਦੇ। ਇੱਧਰ ਮੇਰੇ ਵੱਲ ਤਵੱਜੋ ਕਰੋ, ਅਸੀਂ ਆਉਂਦੇ ਨਾ ਫਲਾਣਾ ਚੌਧਰੀ ਤੇ ਫਲਾਣਾ ਐਂ ਤੇ ਫਲਾਣਾ ਇੰਜ, ਉਹ ਨਮਾਜ਼ ਦੇ ਪਾਬੰਦ ਨੇ, ਨਮਾਜ਼ ਨੂੰ ਉਹਨਾਂ ਲਾਜ਼ਮ ਕਰ ਲਿਆ। ਜਿੱਡੇ ਮਰਜ਼ੀ ਵੀ ਜ਼ਰੂਰੀ ਕੰਮ ਹੋਣ, ਤੇਰੇ ਕੋਈ ਬੰਦਾ ਬੈਠਾ ਅਜ਼ਾਨ ਹੋ ਗਈ, ਤੂੰ ਕਹਿ ਬਸ ਜੀ ਚਲੋ ਨਮਸੇ, ਚਲੋ ਨਮਾਜ਼ ਪੜ੍ਹਨ ਜਾਈਏ। ਮੈਂ ਅੱਲਾ ਦੀ ਕਸਮ ਉਠਾ ਗਿਆ ਨਾ, ਜੇ ਤੇਰੇ ਵਿਗੜੇ ਕੰਮ ਅੱਲਾ ਨਾ ਬਣਾਵੇਗਾ ਤਾਂ ਮੈਨੂੰ ਗਿਰੇਬਾਨ ਤੂੰ ਫੜ ਕੇ ਥੱਲੇ ਲਾ ਲੈ। ਇਸ ਤੋਂ ਅੱਗੇ ਗੱਲ ਤਾਂ ਕੋਈ ਨਹੀਂ। ਇਹ ਵੇਖੋ ਮਹਿਫਲ ਹੈ ਨਾ, ਕਿੰਨੇ ਬੰਦੇ ਆ ਗਏ ਨੇ, ਮਹਿਫਲ ਆ ਗਏ ਨੇ ਨਾ, ਕਰ ਸਾਹਿਬ ਇੱਕ ਫਰਜ਼ ਵਾਜਬ ਤਾਂ ਨਹੀਂ?
ਇਹ ਕੋਈ ਫਰਜ਼ ਵਾਜਬ ਤਾਂ ਨਹੀਂ, ਆ ਗਏ ਹੋ ਨਾ ਅਤੇ ਨਮਾਜ਼ ਟਾਈਮ ਕਿੱਥੇ ਜਾਂਦੇ ਹੋ? ਤੁਸੀਂ ਗੁੱਸਾ ਬੜਾ ਕਰਦੇ ਪਏ ਮੇਰੇ 'ਤੇ ਬੰਦੇ ਵਿੱਚ ਵਿੱਚ ਜਿਹੜੇ ਨਾ ਅਤੇ, ਪਰ ਕੋਈ ਗੱਲ ਨਹੀਂ, ਗੁੱਸਾ ਕਰੋ, ਮੇਰੀ ਕਬਰ 'ਚ ਕਿਹੜਾ ਤੁਸੀਂ ਪੈਣਾ, ਮੈਂ ਇਕੱਲਿਆਂ ਹੀ ਜਾਣਾ ਭਾਅ ਜੀ, ਪਤਾ ਨਹੀਂ ਤੁਸੀਂ ਜਨਾਜ਼ੇ 'ਤੇ ਵੀ ਕਿਸੇ ਆਉਣਾ ਕਿ ਨਹੀਂ ਆਉਣਾ, ਵੀ ਐਡੀ ਦੂਰ ਮੌਲਵੀ ਸਾਹਿਬ ਦੇ ਜਨਾਜ਼ੇ 'ਤੇ ਕਿੱਥੇ ਜਾਈਏ, ਪਰ ਅਲਲ ਐਲਾਨ ਆਣਾ, ਜੇ ਆਪਣੀ ਜ਼ਿੰਦਗੀ ਬਦਲਣੀ ਆ ਤਾਂ ਤੇਰਾ ਕੁਝ ਬਣਨਾ ਹੀ। ਫਿਰ ਉਹ ਮੌਲਵੀ, ਉਹ ਆਲਿਮ ਜਿਹੜਾ ਖੁਦ ਬਾਮਲ ਹੋਵੇ ਤਾਂ ਉਹਦੀ ਗੱਲ ਤੇਰੇ ਸੀਨੇ 'ਤੇ ਅਸਰ ਕਰੇ। ਕੁਰਾਨ ਕਹਿ ਰਿਹਾ ਇਨ ਸਲਾਤ ਤਨਹਾ ਅਨਿਲ ਫਹਸ਼ਾਈ ਵਲ ਮੁਨਕਰ, ਫਰਮਾਇਆ ਬੇਸ਼ੱਕ ਨਮਾਜ਼ ਇਨਸਾਨ ਨੂੰ ਬੇਹਯਾਈ ਅਤੇ ਬੁਰਿਆਂ ਕੰਮਾਂ ਤੋਂ ਬੁਰਿਆਂ ਕੰਮਾਂ ਤੋਂ ਰੋਕਦੀ ਹੈ। ਤੇ ਜੇ ਮੈਂ 20-25 ਮਿੰਟ ਤੁਹਾਡੇ ਨਮਾਜ਼ ਦਾ ਸ਼ਾਨ ਬਿਆਨ ਕੀਤੀ ਹੈ, ਨਮਾਜ਼ ਦਾ ਤੁਹਾਨੂੰ ਦੱਸਿਆ ਅਤੇ ਬੰਦੇ ਫਿਰ ਵੀ ਨਮਾਜ਼ ਵਾਸਤੇ ਨਾ ਆਉਣ ਅਤੇ ਅਗਲੀ ਮਹਿਫਲ 'ਤੇ ਨਾ ਆਇਆ ਜੀ, ਮੈਂ ਬੜੀ ਵੱਡੀ ਗੱਲ ਪਿਆ ਦਿੰਦਾ ਜੀ। ਜੇ ਸੁਣ ਕੇ ਵੀ ਤੁਸੀਂ ਅਮਲ ਨਹੀਂ ਕਰਨਾ ਤਾਂ ਫਿਰ ਆਉਣ ਦਾ ਕੀ ਫਾਇਦਾ? ਫਿਰ ਉਦੋਂ ਆਇਆ ਕਰੋ ਜਦੋਂ ਦੇਗ ਪੱਕ ਜੇ ਬਾਹਰ ਚੌਲਾਂ ਦੀ, ਫਿਰ ਬਾਹਰੋਂ ਚਾਵਲ ਲਵੋ ਤਾਂ ਟੁਰ ਜਾਓ। ਜੇ ਅੰਦਰ ਆਉਣਾ ਤਾਂ ਫਿਰ ਗੱਲ ਸੁਣਨੀ ਹੈ ਤਾਂ ਫਿਰ ਅਮਲ ਕਰਨਾ ਪੈਣਾ। ਜੇ ਅਮਲ ਨਹੀਂ ਕਰਨਾ ਕਿਉਂਕਿ ਗੱਲ ਤੁਹਾਡੇ ਤੱਕ ਪਹੁੰਚ ਗਈ ਕਿਬਲਾ, ਅਗਰ ਮਸਲੇ ਦਾ ਪਤਾ ਨਾ ਹੋਵੇ ਬੰਦਾ ਕੰਮ ਕਰਦਾ ਰਹੇ ਤਾਂ ਉਹਦੀ ਛੂਟ ਹੋ ਸਕਦੀ ਹੈ, ਕੋਈ ਮਸਲੇ ਦਾ ਪਤਾ ਨਹੀਂ ਸੀ। ਅਤੇ ਜੇ ਇੱਕ ਮਸਲੇ ਦਾ ਪਤਾ ਲੱਗ ਗਿਆ ਤਾਂ ਬੰਦਾ ਫਿਰ ਜਾਣ ਬੁੱਝ ਕੇ ਗੁਨਾਹ ਕਰੇ ਤਾਂ ਫਿਰ ਡਬਲ ਗੁਨਾਹ। ਅੱਲਾ ਫਰਮਾਉਂਦਾ ਇੱਕ ਤੈਨੂੰ ਇਲਮ ਹੁੰਦਿਆਂ, ਇੱਕ ਇਲਮ ਨਹੀਂ ਸੀ ਤਾਂ ਕੋਈ ਨਹੀਂ ਸੀ, ਇੱਕ ਇਲਮ ਹੋਇਆ ਤਾਂ ਫਿਰ ਗੁਨਾਹ ਕੀਤਾ। ਅਲਲ ਐਲਾਨ ਪਿਆ ਵਾ, ਜਿਹਨੂੰ ਪਤਾ ਲੱਗ ਗਿਆ ਅਤੇ ਨਮਾਜ਼ ਨਾ ਛੱਡਿਓ, ਮਸਜਿਦ ਨਾ ਛੱਡਿਓ, ਇਹ ਅੱਲਾ ਦਾ ਬੂਹਾ ਜੇ। ਇਹ ਕਿੰਨਾ ਸਕੂਨ ਮਿਲਦਾ ਕਾਰੀ ਸਾਹਿਬ ਇੱਥੇ, ਇਹ ਵੇਖੋ ਏਸੀ ਲੱਗੇ ਨੇ, ਠੰਡ ਵਿੱਚ ਤੁਸੀਂ ਬੈਠੇ ਹੋ, ਇਹ ਇੰਤਜ਼ਾਮੀਆ ਜਿਹੜੀ ਮਸਜਿਦ ਦੀ ਹੈ, ਮੈਂ ਉਹਨਾਂ ਨੂੰ ਸਲਾਮ ਪੇਸ਼ ਕਰਨਾ, ਐਡੀ ਸੋਹਣੀ ਮਸਜਿਦ ਬਣਾਈ ਨੇ, ਏਸੀ ਲਾਏ ਨੇ, ਠੰਡੀ ਜਗ੍ਹਾ 'ਤੇ ਤੁਹਾਨੂੰ ਬਿਠਾਇਆ ਨੇ, ਅਤੇ ਬਿਜਲੀ ਦਾ ਬਿੱਲ ਵੀ ਦੇਣਾ ਨੇ, ਬੜੀ ਹਿੰਮਤ ਹੈ। ਮੈਂ ਦੁਆ ਕਰਨਾ ਅੱਲਾ ਪੂਰੇ ਪਿੰਡ ਨੂੰ ਸਲਾਮਤੀ ਅਤਾ ਫਰਮਾਏ, ਆਮੀਨ। ਤੇ ਯਾਰ ਜ਼ਿਹਨ ਹੈ ਲੈ ਕੇ ਆਇਆ ਕਰੋ ਕਿ ਯਾਰ ਅਸੀਂ ਕੋਈ ਗੱਲ ਸੁਣ ਕੇ ਤੁਹਾਡੇ 'ਤੇ ਅਮਲ ਕਰਨਾ, ਅਤੇ ਜੇ ਅਮਲ ਨਹੀਂ ਕਰਨਾ ਤਾਂ ਫਾਇਦਾ ਕੋਈ ਨਹੀਂ। ਅਮਲ ਸੇ ਜ਼ਿੰਦਗੀ ਬਣਤੀ ਹੈ, ਜੰਨਤ ਵੀ ਜਹੰਨਮ ਵੀ, ਕਿ ਸ਼ੇਰਾਂ ਨਾਲ ਕਿ ਤਕਰੀਰਾਂ ਨਾਲ, ਅਮਲ ਸੇ ਜ਼ਿੰਦਗੀ। ਅੱਲਾ ਨੇ ਤੈਨੂੰ ਪੁੱਛਣਾ ਵੀ ਦਸ ਨਾਰੇ ਨਹੀਂ ਮਾਰੇ, ਇਹ ਦਸ ਵੀ ਕੀਤਾ ਕੀ ਆ, ਨਮਾਜ਼ਾਂ ਕਿੰਨੀਆਂ ਪੜੀਆਂ ਨੀ, ਦਾੜੀ ਚਿਹਰੇ 'ਤੇ ਤੈਨੂੰ ਸੋਹਣੀ ਨਹੀਂ ਸੀ ਲੱਗਦੀ, ਅੱਜ ਵਡੇਰੇ ਬਾਬੇ ਹੋ ਗਏ ਨੇ ਅਤੇ ਉਹ ਉਸ ਤਰ੍ਹਾਂ ਫਰਾਂਦੇ ਪਏ ਨੇ। ਅਗਲੇ ਦਿਨ ਮੈਂ ਇੱਕ ਬਾਬੇ ਨੂੰ ਪੁੱਛਿਆ, ਮੈਂ ਤਾਂ ਬਾਬੇ ਵਿੱਚ ਨਾਰਾਜ਼ ਹੋ ਜਾਣ, ਮੈਂ ਬਾਬੇ ਨੂੰ ਪੁੱਛਿਆ, ਮੈਂ ਕਿਹਾ ਬਾਬਾ ਜੀ ਕਿੰਨੀ ਉਮਰ ਹੋ ਗਈ ਹੈ? ਕਹਿੰਦਾ ਕਾਜੀ ਸਾਹਿਬ ਮਾਸ਼ਾਅੱਲਾ 75 ਦੇ ਨੇੜੇ ਪਹੁੰਚ ਹੀ ਗਿਆ। ਅਤੇ ਮੈਂ ਕਿਹਾ ਫਿਰ ਤੁਸੀਂ ਤਾਂ ਬਹੁਤਾ ਹੀ ਅਗਾਂਹ ਨਿਕਲ ਗਏ ਹੋ, ਅਤੇ ਇਹ ਅੱਜ ਨਵੀਂ ਨਵੀਂ ਦਾੜੀ ਬਣਾਈ ਜੇ? ਕਹਿੰਦਾ ਆਹੋ ਅੱਜ ਨਾਈ ਨੂੰ ਬੁਲਾਇਆ ਸੀ, ਮੈਂ ਕਿਹਾ ਦਾੜੀ ਦੇ ਵਾਲ ਜ਼ਰਾ ਵੱਡੇ ਹੋ ਗਏ ਨੇ? ਅਤੇ ਮੈਂ ਕਿਹਾ ਕੀ ਆਉਂਦੇ ਸਨ? ਕਹਿੰਦਾ ਚੁੱਭਦੇ ਨੇ। ਤਵੱਜੋ ਕਰਿਓ, ਜਿਹਨੂੰ ਨਬੀ ਦੀ ਸੁਨਤ ਚੁੱਭੇ, ਇਹ ਮੇਰੇ ਵੱਲ ਤਵੱਜੋ ਕਰਿਓ ਯਾਰ। ਮੈਂ ਕੋਈ ਤੁਹਾਡੇ 'ਤੇ ਸਖਤੀ ਨਹੀਂ ਪਿਆ ਕਰਦਾ, ਮੈਂ ਇੱਕ ਪੈਗਾਮ ਤੁਹਾਨੂੰ ਦੇਣਾ ਪਿਆ, ਅਗਰ ਲਵੋਗੇ ਤਾਂ ਮਿਹਰਬਾਨੀ, ਨਾ ਲਵੋਗੇ ਤਾਂ ਫਿਰ ਵੀ ਅਸਾਂ ਟੁੱਟ ਜਾਣਾ। ਬਾਬਾ ਨਬੀ ਦੀ ਸੁਨਤ, ਇਹ ਕਿਬਲਾ ਬੈਠੇ ਨੇ, ਮੇਰੇ ਮੁਸਤਫਾ ਦਾ ਉਹ ਮੁਬਾਰਕ ਜਿਸਮੇ ਅਤਹਰ ਸੀ ਜਿਹਦੇ 'ਤੇ ਅੱਲਾ ਨੇ ਮੱਖੀ ਬਹਿਣਾ ਵੀ ਪਸੰਦ ਨਹੀਂ ਕੀਤਾ। ਸੁਭਾਨ ਅੱਲਾ, ਹਜ਼ੂਰ ਦੇ ਜਿਸਮ 'ਤੇ ਕਦੀ ਮੱਖੀ ਨਹੀਂ ਸੀ ਬੈਠੀ, ਸਾਡੇ 'ਤੇ ਤਾਂ ਕਿੰਨੀਆਂ ਬਹਿੰਦੀਆਂ ਪਈਆਂ ਨਾ, ਇਹ ਜਿਹੜੇ ਮੌਲਵੀ ਆਉਂਦੇ ਨੇ ਸਾਡੇ ਵਰਗੇ, ਉਹਨਾਂ ਦੇ ਵੀ ਜਿਸਮਾਂ 'ਤੇ ਮੱਖੀਆਂ ਜਾਣ ਨਹੀਂ ਛੱਡਦੀਆਂ। ਜੁਮਲੇ ਸੁਣਿਓ, ਹਜ਼ੂਰ ਦੇ ਜਿਸਮ 'ਤੇ ਸਾਰੀ ਜ਼ਿੰਦਗੀ ਬਾਬਾ ਜੀ ਮੱਖੀ ਨਹੀਂ ਬੈਠੀ, ਅਤੇ ਜਿਸ ਨਬੀ ਦਾ ਜਿਸਮੇ ਅਤਹਰ ਏਡਾ ਪਕੀਜ਼ਾ ਅਤੇ ਪਾਕ ਅਤੇ ਸਾਫ ਹੋਵੇ, ਅਤੇ ਜੇ ਦਾੜੀ ਸੋਹਣੀ ਨਹੀਂ ਸੀ ਲੱਗਣੀ ਤਾਂ ਮੁਸਤਫਾ ਨੂੰ ਆਈ ਕਿਉਂ ਸੀ? ਸੁਭਾਨ ਅੱਲਾ, ਜੇ ਦਾੜੀ ਸੋਹਣੀ ਨਹੀਂ ਲੱਗਦੀ। ਕਹਿੰਦਾ ਇੱਕ ਨੂੰ ਮੈਂ ਪੁੱਛਿਆ, ਕਹਿੰਦਾ ਮੇਰਾ ਵਿਆਹ ਨਹੀਂ ਹੁੰਦਾ, ਦਾੜੀ ਰੱਖ ਲਵਾਂ? ਅਤੇ ਮੈਂ ਕਿਹਾ ਜਿਹਨੇ ਨਹੀਂ ਨਾ ਦੇਣੀ ਉਹਦਾ ਸ਼ੁਕਰੀਆ ਅਦਾ ਕਰੋ, ਇਹ ਤੁਹਾਡੀ ਮਿਹਰਬਾਨੀ ਭਾਅ ਜੀ, ਤੁਸੀਂ ਬਚ ਗਏ ਹੋ, ਮੈਂ ਮੌਲਵੀ ਹਾਂ, ਦਾੜੀ ਰੱਖੀ ਹੈ, ਤੁਸੀਂ ਕੁੜੀ ਨਹੀਂ ਦਿੱਤੀ, ਮਿਹਰਬਾਨੀ। ਪਰ ਇੱਕ ਗੱਲ ਤੁਹਾਨੂੰ ਦੱਸਾਂ,
ਦਾੜੀ ਰੱਖਣ ਵਾਲੇ ਦੀ ਇੱਥੇ ਵੀ ਕੀਮਤ ਜੇ ਤੇ ਕਬਰ ਵਿੱਚ ਵੀ ਕੀਮਤ ਜੇ ਤੇ ਹਸ਼ਰ ਵਿੱਚ ਵੀ ਕੀਮਤ। ਸੁਭਾਨ ਅੱਲਾਹ, ਅਲਲ ਐਲਾਨ ਕਰਨਾ, ਅਲਲ ਐਲਾਨ, ਇੱਧਰ ਤਵੱਜੋ ਫਰਮਾਇਆ ਜੇ। ਇਹ ਉਹ ਚੀਜ਼ਾਂ ਨੇ ਜਿਹੜੀਆਂ ਮਿੰਬਰ ਤੋਂ ਬਿਆਨ ਨਹੀਂ ਹੁੰਦੀਆਂ। ਮੈਂ ਵੀ ਚਾਹੁੰਦਾ ਵੀ ਮੈਂ ਹੁਣ ਸਾਂਗਲੇਰ ਤੋਂ ਆਇਆ ਅਤੇ ਮੈਂ ਇਹਨਾਂ ਨੂੰ ਕੋਈ ਦੋ ਚਾਰ ਸ਼ੇਰ ਸੁਣਾਵਾਂ, ਸੁਰ ਸੁਣਾਵਾਂ ਅਤੇ ਪੈਸੇ ਲਵਾਂ ਅਤੇ ਉਹ ਜਾਵਾਂ, ਮੈਨੂੰ ਕੀ ਲੱਗੇ ਇਹਨਾਂ ਦੇ ਕੁਛ ਬਣੇ ਤਾਂ ਭਾਵੇਂ ਨਾ ਬਣੇ, ਮੈਨੂੰ ਕੀ ਲੱਗੇ। ਬਾਬਾ ਜਦੋਂ ਦਰਦ ਹੋਵੇ ਨਾ ਤਾਂ ਫਿਰ ਉਹ ਦਰਦ ਲੋਕਾਂ ਦੇ ਸਾਹਮਣੇ ਰੱਖਿਆ ਜਾਂਦਾ ਕਿ ਯਾਰ ਇਹ ਦਰਦ ਜੇ ਤੁਹਾਡੇ ਸਾਹਮਣੇ ਪੈ ਰੱਖਣਾ ਇਹਦੇ ਤੋਂ ਬਚ ਜਾਓ, ਇਹ ਬਿਮਾਰੀ ਜੇ ਇਹਦੇ ਤੋਂ ਬਚ ਜਾਓ। ਇੱਧਰ ਤਵੱਜੋ ਕਰੋ ਯਾਰ ਮੇਰੇ ਵੱਲ, ਬਜ਼ੁਰਗ ਲੋਕ ਫਰਮਾਉਂਦੇ ਸਨ ਕੋਈ ਬਿਮਾਰ ਹੋਵੇ ਤਾਂ ਉਹਨੂੰ ਛਾਤੇ 'ਤੇ ਚੜ੍ਹ ਕੇ ਰੌਲਾ ਪਾਉਣਾ ਚਾਹੀਦਾ। ਉਦੋਂ ਗੱਲ ਦੀ ਸਮਝ ਨਾ ਆਈ ਵੀ ਬੰਦਾ ਬਿਮਾਰ ਹੋਵੇ ਜੇ ਥਾਤੇ 'ਤੇ ਚੜ੍ਹ ਕੇ ਕਿਉਂ ਰੌਲਾ ਪਾਉਣਾ ਚਾਹੀਦਾ। ਮੈਂ ਇੱਕ ਮਾਈ ਕੋਲ ਪੁੱਛ ਲਿਆ ਸਾਡੀ ਦਾਦੀ, ਮੈਂ ਕਿਹਾ ਇਹ ਗੱਲ ਕੀ ਹੈ? ਉਹਨੇ ਕਿਹਾ ਹਾਫਜ਼ ਪੁੱਤਰਾ ਗੱਲ ਪਤਾ ਕੀ ਹੈ, ਇਹਦਾ ਮਤਲਬ ਇਹ ਵੇ ਕਿ ਛਾਤੇ 'ਤੇ ਚੜ੍ਹ ਕੇ ਰੌਲਾ ਪਾਓਗੇ ਕੋਈ ਤਾਂ ਕੋਈ ਤੁਹਾਡੀ ਬਿਮਾਰੀ ਦਾ ਹੱਲ ਦੱਸੇਗਾ ਨਾ। ਤਵੱਜੋ ਨਹੀਂ ਕੀਤੀ, ਉਹ ਕੋਈ ਤਾਂ ਕੋਈ ਐਸਾ ਹੋਵੇਗਾ ਜਿਹੜਾ ਆਖੇਗਾ ਫਲਾਣੇ ਡਾਕਟਰ ਕੋਲ ਜਾ ਯਾਰ, ਮੈਂ ਆਪਣਾ ਪੁੱਤਰ ਲੈ ਕੇ ਗਿਆ ਸਾਂ, ਮੈਂ ਆਪਣਾ ਭਰਾ ਲੈ ਕੇ ਗਿਆ, ਫਲਾਣੀ ਜਗ੍ਹਾ 'ਤੇ ਜਾ, ਸੰਭੜੇ ਵੱਲ ਜਾ, ਉਹ ਗੋਕੀ ਜਾ, ਸਿਆਲਕੋਟ ਜਾ, ਉਹ ਤੇਰੀ ਬਿਮਾਰੀ ਦਾ ਹੱਲ ਲੱਭ ਜਾਏਗਾ। ਅਤੇ ਜੇ ਅੰਦਰ ਹੀ ਪਿਆ ਰਿਹਾ, ਜੇ ਅੰਦਰ ਹੀ ਪਿਆ ਰਿਹਾ ਤਾਂ ਫਿਰ ਉਹ ਮਸਜਿਦ 'ਚ ਆਓ ਤਾਂ ਸਹੀ, ਆਪਣੀਆਂ ਬਿਮਾਰੀਆਂ ਰੱਬ ਨੂੰ ਦੱਸੋ ਤਾਂ ਸਹੀ, ਉਹਦੇ ਸਾਹਮਣੇ ਸਜਦਾ ਰੇਜ਼ ਹੋਵੇ ਤਾਂ ਸਹੀ। ਉਹ ਏਡਾ ਕਰੀਮ ਹੈ, ਪਤਾ ਕਿੱਡਾ ਕਰੀਮ ਹੈ। ਚਲੋ ਹੁਣ ਤੁਸੀਂ ਨਹੀਂ ਬੋਲਦੇ, ਹੁਣ ਤੁਸੀਂ ਬੋਲ ਪੈਣਾ, ਮੀਆਂ ਮੁਹੰਮਦ ਬਖਸ਼ ਨੇ ਵੀ ਦੱਸਿਆ ਕਿੱਡਾ ਕਰੀਮ ਹੈ। ਸੁਭਾਨ ਅੱਲਾਹ, ਇਹ ਜ਼ਰਾ ਤਵੱਜੋ ਫਰਮਾ, ਵੇਖਿਆ ਹੁਣ ਸੁਭਾਨ ਅੱਲਾਹ ਕਿਵੇਂ ਆਈ ਹੈ। ਬਾਬਾ ਜੀ ਰੂਮੀ ਕਸ਼ਮੀਰ ਨੇ ਵੀ ਦੱਸਿਆ ਕਿ ਕਿੱਡਾ ਕਰੀਮ ਤੇ ਰਹੀਮ ਮੇਰਾ ਅੱਲਾਹ, ਤੇ ਮੀਆਂ ਮੁਹੰਮਦ ਬਖਸ਼ ਰਹਿਮਤੁੱਲਾਹ ਅਲੈਹ ਨੇ ਕਲਮ ਉਠਾਈਏ, ਆ ਫਰਮਾਉਂਦੇ ਨੇ ਅਵਲ ਹਮਦ ਸਨਾ ਇਲਾਹੀ ਜੋ ਮਾਲਿਕ ਹਰ ਹਰ ਦਾ ਉਸੀ ਦਾ ਨਾਮ ਜਤਾਰਨ ਵਾਲਾ ਤੇ ਕਿਸੇ ਮੈਦਾਨ ਨਹੀਂ ਹਰਦਾ, ਉਸੀ ਦਾ ਨਾਮ ਜਤਾਰਨ ਵਾਲਾ ਤੇ ਕਿਸੇ ਮੈਦਾਨ ਨਹੀਂ ਹਰਦਾ। ਤੇ ਮੀਆਂ ਸਾਹਿਬਾਂ ਦੇ ਨੇ ਜੇ ਮੈਂ ਵੇਖਾਂ ਹੈ ਅਮਲਾ ਵੱਲੇ ਤਵੱਜੋ, ਤੇ ਕੁਝ ਨਹੀਂ ਮੇਰੇ ਪੱਲੇ ਜੇ ਮੈਂ ਵੇਖਾਂ ਰਹਿਮਤ ਤੇਰੇ ਤੇ ਬੱਲੇ ਬੱਲੇ ਬੱਲੇ। ਅੱਲਾ ਦਾ ਕੁਰਾਨ ਐਲਾਨ ਫਰਮਾ ਰਿਹਾ ਹੈ, ਹਜ਼ਰਾ ਜੁਮਲੇ ਸਮਾਧ ਕਰ ਆ ਰਹੇ, ਕੁਲ ਇਨ ਕੁੰਤੁਮ ਤੁਹਿਬੂਨਾ ਅੱਲਾਹ ਫਤਬਿਊਨੀ ਯੁਹਿਬਕੁਮ ਅੱਲਾਹ। ਅੱਲਾ ਨੇ ਫਰਮਾਇਆ ਸੋਹਣਿਆ ਲਬ ਖੋਲ ਮਿੱਠਾ ਮਿੱਠਾ ਵੋ, ਉਹ ਕੋਟਲੀ ਫਰੀਦ ਦੀ ਜਾਮੀਆਂ ਮਸਜਿਦ 'ਚ ਬਹਿਣ ਵਾਲਿਆਂ, ਮੇਰੇ ਨਬੀ ਦੀ ਸੀਰਤ ਅਪਣਾ ਲੈ, ਮੇਰੇ ਨਬੀ ਦੀ ਜ਼ਿੰਦਗੀ ਪੜ੍ਹ, ਹਜ਼ੂਰ ਦਾ ਬਚਪਨ ਵੀ ਵੇਖ, ਹਜ਼ੂਰ ਦੀਆਂ ਸ਼ਾਦੀਆਂ ਵੀ ਵੇਖ, ਹਜ਼ੂਰ ਦਾ ਲੜਕਪਣ ਵੀ ਵੇਖ, ਮੇਰੇ ਨਬੀ ਦੀ ਜ਼ਿੰਦਗੀ 'ਤੇ ਆ ਜਾ, ਮੇਰੇ ਨਬੀ ਦੇ ਤਰੀਕੇ 'ਤੇ ਆ ਜਾ, ਤੈਨੂੰ ਦੁਨੀਆ ਸਲਾਮ ਆਖੇਗੀ, ਤੇਰੇ ਜਨਾਜ਼ੇ 'ਤੇ ਦੁਨੀਆ ਸਲਾਮ ਕਰੇਗੀ। ਅੱਜ ਉਹ
ਦਾ ਜਨਾਜ਼ਾ ਜਾ ਰਿਹਾ ਏ, ਜਿਹੜਾ ਮਸੀਤਾਂ 'ਚ ਅਜ਼ਾਨਾ ਦਿੰਦਾ ਰਿਹਾ ਏ, ਜਿਹੜਾ ਸਰਗੀ ਵੇਲੇ ਉੱਠ ਕੇ ਐਲਾਨ ਕਰਦਾ ਰਿਹਾ ਏ, ਲੋਕੋ ਆ ਜਾਓ, ਅੱਲਾ ਦਾ ਬੂਹਾ ਖੁੱਲ ਗਿਆ ਏ, ਅੱਲਾ ਦਾ ਦਰ ਖੁੱਲ ਗਿਆ ਏ। ਬਾਬਾ ਜੀ, ਉਸ ਵੇਲੇ ਉੱਠਣਾ ਬੜਾ ਮੁਸ਼ਕਲ ਆਉਂਦਾ ਏ, ਜਿਹੜਾ ਬੰਦਾ ਫਜਰ ਵੇਲੇ ਉੱਠ ਜਾਂਦਾ ਏ, ਉੱਠ ਕੇ ਮਸਜਿਦ 'ਚ ਆ ਜਾਂਦਾ ਵੇ, ਉਹਦੀ ਪਹਿਲੀ ਕਾਮਯਾਬੀ ਸ਼ੈਤਾਨ ਦੇ ਖਿਲਾਫ ਹੋ ਜਾਂਦੀ ਏ, ਪਹਿਲਾ ਕਾਮਯਾਬੀ ਨਾਲ ਦਿਨ ਸ਼ੁਰੂ ਹੀ ਹੋ ਜਾਂਦਾ ਏ। ਹਜ਼ਰਾ ਜੁਮਲੇ ਸੁਣਿਆ ਰੇ, ਕਾਮਯਾਬੀ ਪੈਸੇ ਅੰਦਰ ਨਹੀਂ ਆਏਗੀ, ਕਾਮਯਾਬੀ ਮਾਲ ਅੰਦਰ ਨਹੀਂ ਆਏਗੀ, ਕਾਮਯਾਬੀ ਦੁਕਾਨਾਂ ਅੰਦਰ ਨਹੀਂ ਆਏਗੀ, ਕਾਮਯਾਬੀ ਕਾਰੋਬਾਰ ਅੰਦਰ ਨਹੀਂ ਆਏਗੀ। ਤੁਸੀਂ ਆਖੋਗੇ ਸੁਲਤਾਨੀ ਸਾਹਿਬ ਕਿਵੇਂ ਆਏਗੀ? ਹੈ ਕਾਮਯਾਬੀ ਉਦੋਂ ਮਿਲੇਗੀ ਜਦੋਂ ਤੇਰੇ ਜਿਸਮ ਤੇ ਨਬੀ ਦੀਆਂ ਸੁਣਤਾਂ ਅਦਾ ਆਉਣਗੀਆਂ, ਜਦੋਂ ਹੀ ਅੱਲਾ ਦੀ ਵੇੜੇ ਆ ਜਾਏਗਾ, ਜਦੋਂ ਨਬੀ ਦੀ ਗੁਲਾਮੀ ਦਾ ਬਟਾ ਪਾ ਲਵੇਗਾ, ਜਦੋਂ ਹਜ਼ੂਰ ਦਾ ਹੋ ਜਾਵੇਗਾ। ਹਲਲ ਇਲਾਨ ਤਾਈਓ ਕਹਿ ਰਿਹਾ, ਇੱਕ ਵਾਰ ਤੂੰ ਹੋ ਜਾ, ਇੱਧਰ ਵੇਖਣਾ ਜੇ ਮੇਰੇ ਵਾਲੇ, ਇੱਕ ਵਾਰ ਤੂੰ ਹੋ ਜਾ ਸੋਹਣੇ ਦਾ, ਫਿਰ ਸਾਰਾ ਜ਼ਮਾਨਾ। ਕੋਟਲੀ ਫਰੀਦ ਵਾਲਿਆ, ਇੱਕ ਵਾਰ ਤੂੰ ਹੋ ਜਾ ਸੋਹਣੇ ਦਾ, ਫਿਰ ਸਾਰਾ ਜ਼ਮਾਨਾ ਤੇਰਾ ਏ। ਕਰ ਜ਼ਿਕਰ ਮਦੀਨੇ, ਸੁਣਿਓ ਜੀ ਸੁਣਿਓ, ਕਰ ਜ਼ਿਕਰ ਮਦੀਨੇ ਵਾਲੇ ਦਾ, ਇਹਦੇ ਵਿੱਚ ਬਲਾਈ ਤੇਰੀ ਏ। ਹਜ਼ਰਾ ਜੁਮਲੇ ਸੁਣਿਆ ਜੇ, ਟਾਈਮ ਥੋੜ੍ਹਾ ਆਈ, ਮੇਰੇ ਜਿਹੜਾ ਮੌਜੂ ਦਿੱਤਾ ਮੈਂ ਆ ਗਿਆ, ਜੁਮਲੇ ਸੁਣਿਆ ਰੇ। ਹਿਜਰਤ ਦਾ ਵੇਲਾ ਆਇਆ ਏ, ਜਬਰੀਲ ਨਬੀ ਦੀ ਪਾਕ ਬਾਰਗਾਹ ਵਿੱਚ ਆਏ ਨੇ, ਅਰਜ਼ ਕੀਤੀ ਕਮਲੀ ਵਾਲਿਆ ਸੋਹਣਿਆ, ਅੱਲਾ ਐਲਾਨ ਫਰਮਾ ਰਿਹਾ ਏ, ਅੱਲਾ ਐਲਾਨ ਕਰ ਰਿਹਾ ਵੇ, ਮੇਰੇ ਨਬੀ ਨੂੰ ਕਹਿ ਦਿਓ ਮੱਕਾ ਛੱਡ ਜਾਣਾ ਏ, ਮੱਕੇ 'ਚੋਂ ਹਿਜਰਤ ਕਰ ਜਾਣੀ ਏ। ਅਲਾਮਾ ਸਾਹ ਕੈਸਾ ਮੰਜ਼ਰ ਆਉਣਾ ਏ, ਜਿੱਥੇ ਮੇਰੇ ਨਬੀ ਦਾ ਬਚਪਨ ਗੁਜ਼ਰਿਆ ਏ, ਜਿੱਥੇ ਮੇਰੇ ਨਬੀ ਦੀ ਪੈਦਾਇਸ਼ ਹੋਈ ਏ, ਜਿੱਥੇ ਹਜ਼ੂਰ ਟੁਰਦੇ ਰਹੇ ਨੇ, ਜਿਹਨਾਂ ਗਲੀਆਂ ਵਿੱਚ ਨਬੀ ਉੱਠਦੇ ਰਹੇ ਨੇ, ਜਿਹਨਾਂ ਗਲੀਆਂ ਵਿੱਚ ਨਬੀ ਚੱਲਦੇ ਰਹੇ ਨੇ। ਅੱਜ ਮੱਕਾ ਛੱਡਣਾ ਪੈ ਰਿਹਾ ਏ, ਅੱਜ ਹਿਜਰਤ ਦਾ ਵੇਲਾ ਆ ਗਿਆ ਏ। ਮੇਰੇ ਨਬੀ ਨੇ ਇੱਕ ਯਾਰ ਨੂੰ ਬਿਸਤਰ ਦਿੱਤਾ ਏ, ਇੱਕ ਯਾਰ ਨੂੰ ਨਾਲ ਲਿਆ, ਤਵੱਜੋ, ਇੱਕ ਯਾਰ ਨੂੰ ਬਿਸਤਰ ਦਿੱਤਾ ਏ, ਇਹ ਵੀ ਯਾਰ ਮੌਲਾ ਅਲੀ ਏ, ਜਿਹੜਾ ਨਬੀ ਦੇ ਬਿਸਤਰ ਤੇ ਆਰਾਮ ਪਿਆ ਕਰਦਾ ਏ, ਇੱਕ ਯਾਰ ਨਬੀ ਦੇ ਨਾਲ ਟੁਰਿਆ ਏ, ਇਹ ਵੀ ਯਾਰ ਆਲਾ ਏ, ਇਹ ਵੀ ਯਾਰ ਆਲਾ ਏ। ਫਿਰ ਮੈਨੂੰ ਕਹਿਣਾ ਪੈ ਗਿਆ ਏ, ਜਿਹੜਾ ਨਬੀ ਦੇ ਬਿਸਤਰ ਤੇ ਸੌਂ ਜਾਏ, ਮਿਸਲ ਉਹਦੀ ਵੀ ਕੋਈ ਨਹੀਂ, ਜਿਹੜਾ ਨਬੀ ਦੇ ਨਾਲ ਟੁਰ ਪਵੇ, ਮਿਸਲ ਉਹਦੀ ਵੀ ਕੋਈ ਨਾ। ਬਾਬਾ ਜੁਮਲੇ ਸੁਣਿਆ ਜੇ, ਟਾਈਮ ਥੋੜ੍ਹਾ ਏ, ਹਿਜਰਤ ਦਾ ਵੇਲਾ, ਮੱਕੀਓ ਸਵਾਰੀਆਂ ਟੁਰੀਆਂ ਨੇ, ਦੋ ਯਾਰ ਚੱਲੇ ਨੇ, ਇੱਕ ਅੱਲਾ ਦਾ ਯਾਰ ਏ, ਤਵੱਜੋ ਕਰੀ ਜੀ, ਇੱਕ ਅੱਲਾ ਦਾ ਯਾਰ ਏ, ਇੱਕ ਅੱਲਾ ਦੇ ਯਾਰ ਦਾ ਯਾਰ ਏ। ਹਾਏ ਹਾਏ, ਬਾਬਾ ਜੁਮਲੇ ਸੁਣਿਆ ਜੇ, ਇੱਕ ਅੱਲਾ ਦਾ ਯਾਰ ਏ,
ਇੱਕ ਅੱਲਾ ਦੇ ਯਾਰ ਦਾ ਯਾਰ ਹੈ ਬਾਬਾ ਮੇਰੇ ਵੱਲ ਵੇਖ ਯਾਰ ਹੈ ਅੱਲਾ ਦੀ ਕਸਮ ਰੇ ਆਜ ਜੁਮਲੇ ਵੱਡੇ ਦੇਣ ਲਗਾਵਾਂ ਜਦੋਂ ਨਬੀ ਹਿਜਰਤ ਕਰਕੇ ਜਾ ਰਹੇ ਨੇ ਪਹਾੜੀਆਂ ਚੜ੍ਹਦੇ ਜਾ ਰਹੇ ਨੇ ਗਾਰੇ ਸੌ ਚ ਪਹੁੰਚ ਗਏ ਨੇ ਉੱਥੋਂ ਮੇਰੇ ਨਬੀ ਚੱਲੇ ਨੇ ਅੱਲਾ ਦੀ ਕਸਮ ਜੁਮਲੇ ਸੁਣਿਆ ਨੇ ਕਰੀਮ ਨਬੀ ਚੱਲੇ ਨੇ ਕੋਟਲੀ ਫਰੀਦ ਆਲਿਆ ਮੇਰੇ ਨਬੀ ਮਦੀਨੇ ਚੁਬਾਰ ਹਜ਼ੂਰ ਨੇ ਡੇਰਾ ਲਾ ਲਿਆ ਜਿੱਥੇ ਮਸਜਿਦ ਕੁਬਾ ਬਣੀ ਹੈ ਜਿੱਥੇ ਇਸਲਾਮ ਦੀ ਪਹਿਲੀ ਮਸਜਿਦ ਬਣੀ ਹੈ ਜਿੱਥੇ ਇਸਲਾਮ ਦੀ ਪਹਿਲੀ ਦਰਸਗਾਹ ਬਣੀ ਹੈ ਇਸਲਾਮ ਦੀ ਪਹਿਲੀ ਮਸਜਿਦ ਦਾ ਨਾਮ ਮਸਜਿਦ ਕੁਬਾ ਹੈ ਇਸਲਾਮ ਦੀ ਪਹਿਲੀ ਦਰਸਗਾਹ ਦਾ ਨਾਮ ਮਸਜਿਦ ਕੁਬਾ ਹੈ ਬਾਬਾ ਜੀ ਨਬੀ ਇੰਤਜ਼ਾਰ ਪੇ ਕਰਦੇ ਨੇ ਉਧਰ ਮਦੀਨੇ ਵਾਲਿਆਂ ਨੂੰ ਸ਼ਾਹ ਚੜ ਗਏ ਨੇ ਅੱਲਾ ਦਾ ਯਾਰ ਸਾਡਾ ਮਹਿਮਾਨ ਬਣਨ ਆ ਰਿਹਾ ਨਾਰਾਏ ਤਕਬੀਰ ਨਾਰਾਏ ਰਿਸਾਲਤ ਨਾਰਾਏ ਹੈਦਰੀ ਅਲਾਮਾ ਸੁਲਤਾਨੀ ਸਾਹਿਬ ਰੌਲਾ ਪੈ ਗਿਆ ਨਬੀ ਆ ਰਹੇ ਨੇ ਇਹ ਜ਼ਰਾ ਮੇਰੇ ਵੱਲ ਵੇਖਿਓ ਕੋਟਲੀ ਫਰੀਦ ਵਾਲਿਓ ਬੱਚਿਓ ਵੇਖਿਓ ਇੱਥੇ ਪੀਰ ਆ ਜਾਏ ਨਾ ਕਿਸੇ ਦੇ ਅਤੇ ਬਾਬਾ ਜੀ ਕਾਰੀ ਸਾਹਿਬ ਜਿੰਨੇ ਵੀ ਮਰੀਦ ਹੋਣ ਨਾ ਉਹ ਘਰ ਬੈਠੇ ਰਹਿੰਦੇ ਨੇ ਕਿ ਚੌਂਕ 'ਚ ਜਾਂਦੇ ਨੇ ਮੇਰੇ ਵੱਲ ਤਵੱਜੋ ਕਰੀ ਜ਼ਰਾ ਜੁਮਲਾ ਲੈ ਕੇ ਜਾਣਾ ਜੀ ਐਵੇਂ ਗੱਲ ਨਹੀਂ ਮੈਂ ਕਰਦਾ ਪਿਆ ਤਾਂ ਨਾ ਕਦੀ ਆਈਂਦੀਆਂ ਤਕਰੀਰਾਂ ਕੀਤੀਆਂ ਉੱਧਰੋਂ ਸੁਣੀ ਤਾਂ ਉੱਧਰੋਂ ਕਰ ਛੜੀ ਉੱਧਰੋਂ ਸੁਣੀ ਤਾਂ ਉੱਧਰੋਂ ਕਰ ਛੜੀ ਆਪਣੀ ਗੱਲ ਦਾ ਜ਼ਿੰਮੇਦਾਰ ਹਾਂ ਪਹਿਲਾਂ ਤੁਹਾਨੂੰ ਕਿਹਾ ਤਿੰਨਾਂ ਕੈਮਰਿਆਂ ਦੀ ਮੌਜੂਦਗੀ 'ਚ ਗੱਲ ਪਿਆ ਕਰਨਾ ਕਿਸੇ ਦਾ ਪੀਰ ਆਵੇ ਅਤੇ ਲੋਕ ਘਰ ਨਹੀਂ ਬਹਿੰਦੇ ਅਤੇ ਜਿਹੜਾ ਘਰ ਬੈਠਾ ਹੋਵੇ ਲੋਕ ਨੂੰ ਜੁੱਤੀਆਂ ਮਾਰਦੇ ਨੇ ਤੇਰਾ ਪੀਰ ਆ ਰਿਹਾ ਘਰ ਬਹਿ ਰਿਹਾ ਲੋਕ ਉਹ ਮੇਨ ਰੋਡ 'ਤੇ ਜਾਣਗੇ ਜਿਨ੍ਹਾਂ ਨੂੰ ਜ਼ਿਆਦਾ ਮੁਹੱਬਤ ਹੋਵੇਗੀ ਨਾ ਉਹ ਅੱਗੇ ਜਾਣਗੇ ਅਤੇ ਜਿਨ੍ਹਾਂ ਨੂੰ ਥੋੜ੍ਹੀ ਘੱਟ ਹੋਵੇਗੀ ਉਹ ਇੱਥੇ ਚੌਂਕ 'ਚ ਖਲੋ ਜਾਣਗੇ ਅਤੇ ਜਿਨ੍ਹਾਂ ਨੂੰ ਹੋਰ ਥੋੜ੍ਹੀ ਘੱਟ ਹੋਵੇਗੀ ਉਹ ਗਲੀ 'ਚ ਖਲੋ ਜਾਣਗੇ ਚਲੋ ਪੀਰਾਂ ਨੇ ਇੱਥੋਂ ਹੀ ਲੰਘਣਾ ਨਾ ਇਹ ਗੱਲ ਇਹਨੂੰ ਸੁੱਟਿਓ ਨਾ ਮੈਂ ਬੜੀ ਕੀਮਤੀ ਗੱਲ ਪਿਆ ਕਰਦਾ ਗੱਲ ਹੈ ਅੰਦਰ ਦੀ ਮੁਹੱਬਤ ਦੀ ਕਿਬਲਾ ਤੁਸਾਂ ਵੀ ਤਾਰੀਖ ਪੜ੍ਹੀ ਹੈ ਮਦੀਨੇ ਦੀ ਤੁਸਾਂ ਵੀ ਨਬੀ ਦੀ ਸੀਰਤ ਪੜ੍ਹੀ ਹੈ ਹਜ਼ੂਰ ਇੰਤਜ਼ਾਰ ਪੇ ਕਰਦੇ ਨੇ ਉੱਥੇ ਮਸਜਿਦ ਕੁਬਾ ਵਾਲੀ ਜਗ੍ਹਾ 'ਤੇ ਅਜੇ ਮਦੀਨੇ ਪਹੁੰਚੇ ਨਹੀਂ ਮਦੀਨੇ ਦੇ ਲੋਕਾਂ ਨੂੰ ਖਬਰ ਪਹੁੰਚ ਗਈ ਕਿ ਹਜ਼ੂਰ ਆ ਰਹੇ ਨੇ ਕਿਆ ਬਾਤ ਹੈ ਤੁਹਾਡੀ ਆਦਰ ਬਾਬੇ ਉਹ ਤਵੱਜੋ ਕਰਿਓ ਇਮਾਨ ਤਾਜ਼ਾ ਹੋ ਗਏ ਹਜ਼ੂਰ ਆ ਰਹੇ ਨੇ ਅੱਛਾ ਮੈਨੂੰ ਕੋਈ ਕਿਸੇ ਇੱਕ ਮੌਲਵੀ ਦੀ ਕਿਤਾਬ 'ਚੋਂ ਵਿਖਾਓ ਮੈਨੂੰ ਕੋਈ ਇੱਕ ਰਾਈਟਰ ਵਿਖਾਓ ਮੈਨੂੰ ਕੋਈ ਇੱਕ ਮੁਸੰਨੀ ਵਿਖਾਓ ਕਿ ਜਿਹਨੇ ਲਿਖਿਆ ਹੋਵੇ ਕਿ ਜਦੋਂ ਸਾਹਬਾ ਇਕਰਾਮ ਨੇ ਆ ਕੇ ਇਤਲਾਹ ਦਿੱਤੀ ਕਿ ਹਜ਼ੂਰ ਆ ਰਹੇ ਨੇ ਆਏ ਨਹੀਂ ਆ ਰਹੇ ਨੇ ਉਹ ਤਵੱਜੋ ਕਰੋ ਯਾਰ ਬਾਬੇ ਹੱਥ ਬੰਨ ਕੇ ਪਿਆਂਦਾ ਜੇ ਹਜ਼ੂਰ ਆ ਰਹੇ ਨੇ ਅਤੇ ਮਦੀਨੇ ਦੇ ਲੋਕ ਅੰਦਰ ਵੜ ਕੇ ਬਹਿ ਗਏ ਸਨ ਜਾਂ ਬਾਹਰ ਨਿਕਲ ਆਏ ਸਨ ਸਾਨੂੰ ਆਂਦੇ ਨੇ ਜਲੂਸ ਕਿੱਥੋਂ ਕੱਢਿਆ ਜੇ ਹੁਣ ਅਗਰ ਇੱਧਰ ਜਾਵਾਂ ਦਲੀਲਾਂ ਦਿਆਂ ਤਾਂ ਉਹ ਵੀ ਮੈਂ ਦਲੀਲਾਂ ਦੇ ਸਕਣਾ ਅਲਹਮਦੁਲਿਲਾ ਇਹਨਾਂ ਦੀਆਂ ਜੁੱਤੀਆਂ ਸਿੱਧੀਆਂ ਕਰਨ ਵਾਲਾ ਇੱਕ ਤਾਲਬ ਇਲਮ ਆ ਆਂਦੇ ਨੇ ਜਲੂਸ ਕਿੱਥੋਂ ਕੱਢਿਆ ਜੇ ਮੈਂ ਕਿਹਾ ਮਦੀਨੇ ਵਾਲੇ ਨੇ ਨਹੀਂ ਪੁੱਛਦਾ ਵੀ ਤੁਸਾਂ ਕਿ ਜਲੂਸ ਕਿਉਂ ਕੱਢਿਆ ਉਹਨਾਂ 'ਤੇ ਵੀ ਤਾਂ ਕੋਈ ਫਤਵਾ ਲਾਓ ਸਾਡੇ ਸਾਨੂੰ ਜੂਨ ਨਹੀਂ ਦਿੰਦੇ ਐ ਜੀ ਕਿ ਕਿਉਂ ਜਲੂਸ 'ਚ ਜਾਂਦੇ ਹੋ ਕਿਉਂ ਕੱਢਦੇ ਹੋ ਬਾਬਾ ਕਿਤਾਬਾਂ ਪੜ੍ਹ ਕੇ ਵੇਖੋ ਤਾਰੀਖੇ ਮਦੀਨਾ ਪੜ੍ਹੋ ਹਜ਼ੂਰ ਦੀ ਸੀਰਤ ਪੜ੍ਹੋ ਜਦੋਂ ਪਤਾ ਲੱਗਿਆ ਨਾ ਮਦੀਨੇ ਵਾਲਿਆਂ ਨੂੰ ਕਿ ਅੱਲਾਹ ਦਾ ਨਬੀ ਆ ਰਿਹਾ ਸੁਭਾਨ ਅੱਲਾਹ ਅੱਲਾਹ ਦਾ ਨਬੀ ਕਿਬਲਾ ਗੱਲ ਇੰਜੀ ਹੈ ਕਿ ਮੈਂ ਕੋਲੋਂ ਕਿਆ ਕਰਨਾ ਮੈਂ ਗਵਾਹੀ ਵੀ ਵਿੱਚ ਪਵਾਉਣਾ ਪਿਆ ਮੈਂ ਤਾਂ ਕੋਈ ਬੰਦਾ ਅਤੇ ਅਗਰ ਬਾਅਦ ਵਿੱਚ ਵੀ ਕਿਸੇ ਨੂੰ ਤਸੱਲੀ ਨਾ ਹੋਵੇ ਤਾਂ ਮੈਂ ਰਾਤ ਇੱਥੇ ਰਹਿ ਪਵਾਂਗਾ ਅਤੇ ਤਸੱਲੀ ਕਰਾ ਕੇ ਜਾਵਾਂਗਾ ਅਲਹਮਦੁਲਿਲਾ ਦਾ ਤਵੱਜੋ ਫਰਮਾਓ ਮਦੀਨੇ ਦੇ ਲੋਕ ਅੰਦਰ ਵੜੇ ਹਵੇਲੀਆਂ 'ਚ ਵੜ ਗਏ ਉਹਨੇ ਆਖਿਆ ਸੀ ਕੀ ਕਰੀਏ ਨਬੀ ਆ ਰਹੇ ਨੇ ਤਾਂ ਜਦੋਂ ਆਉਣਗੇ ਤਾਂ ਆਪੇ ਵੇਖੀ ਤੱਕੀ ਜਾਏਗੀ
ਜਦੋਂ ਅੰਦਰ ਮੁਹੱਬਤ ਵੱਸਦੀ ਹੋਵੇ ਨਾ ਤਾਂ ਬੰਦੇ ਨੂੰ ਅੰਦਰ ਬਹਿਣ ਦਿੰਦੀ। ਮਿਹਰਬਾਨੀ ਕਰਿਓ ਨੌਜਵਾਨੋ, ਕੋਟਲੀ ਫਰੀਦ ਦਿਓ, ਇੰਨਿਆਂ ਮਹੀਨਿਆਂ ਤੋਂ ਬਾਅਦ ਚਲੋ ਅੱਜ ਆਇਆ, ਮੇਰਾ ਵੀ ਰੂਹ ਰਾਜ਼ੀ ਹੋਵੇ, ਤੁਹਾਡਾ ਵੀ ਰੂਹ ਰਾਜ਼ੀ ਹੋਵੇ। ਜੁਮਲੇ ਸੁਣਿਓ, ਰੱਬੇ ਕਾਬਾ ਦੀ ਕਸਮ ਹੈ, ਮਦੀਨੇ ਦੇ ਲੋਕ ਬੰਨੇ ਆ ਗਏ, ਅਤੇ ਸਿਰਫ ਬੰਨੇ ਨਹੀਂ ਆਏ, ਜੇ ਬੰਨੇ ਆਏ ਹੁੰਦੇ ਤਾਂ ਫਿਰ ਤਾਂ ਗੱਲ ਹੋਰ ਹੋਣੀ ਸੀ ਨਾ, ਬੱਚਿਓ ਪੁੱਤਰ ਨਾ ਇੰਨੇ ਲੜਾਈ ਨਹੀਂ ਕਰਨੀ। ਇੱਧਰ ਮੇਰੇ ਵੱਲ ਵੇਖੋ ਬਾਬਾ ਜੀ, ਮਦੀਨੇ ਦੇ ਲੋਕ ਬਾਹਰ ਆਏ ਅਤੇ ਬਾਹਰ ਆ ਕੇ ਪਤਾ ਕੀ, ਇੱਧਰ ਵੇਖੋ, ਸਿਰਫ ਬਾਹਰ ਆ ਕੇ ਕੁਰਸੀਆਂ ਡਾ ਕੇ ਨਹੀਂ ਸਨ ਬਹਿ ਗਏ, ਜਾਂ ਮੰਜੀਆਂ ਡਾ ਕੇ ਨਹੀਂ ਸਨ ਬਹਿ ਗਏ, ਚਲੋ ਆਉਂਦੇ ਪਏ ਨੇ, ਅਤੇ ਵੇਖੀ ਤੱਕ ਹੀ ਜਾ ਕੇ ਆਖਣਗੇ, ਅੱਲਾ ਦੀ ਕਸਮ ਹੈ ਤੂੰ ਜਲੂਸਾਂ ਦੀਆਂ ਗੱਲਾਂ ਕਰਨਾ, ਜਲੂਸ ਤਾਂ ਇੱਕ ਪਾਸੇ ਰਹਿ ਗਏ ਸਾਡੇ, ਤਾਂ ਉਂਝ ਤਾਂ ਜਲੂਸ ਤਾਂ ਸਾਡੀ ਤੋਂ ਅਕੀਦਤ ਹੀ ਨਹੀਂ ਨਾ। ਸਹਾਬਾ ਨੂੰ ਪੁੱਛ ਅਤੇ ਮਦੀਨੇ ਵਾਲਿਆਂ ਨੂੰ ਪੁੱਛ ਵੀ ਇਹਨਾਂ ਅੱਲਾ ਦੇ ਯਾਰ ਦਾ ਇਸਤਕਬਾਲ ਕਿਵੇਂ ਕੀਤਾ। ਆਏ ਹਾਏ ਹਾਏ, ਜੁਮਲਾ ਸੁਣੀ ਮਿਹਰਬਾਨੀ ਕਰਕੇ, ਇਹਨਾਂ ਅੱਲਾ ਦੇ ਮਹਬੂਬ ਦਾ ਇਸਤਕਬਾਲ ਕਿਵੇਂ। ਮੈਨੂੰ ਇੱਕ, ਮੈਂ ਤੁਹਾਨੂੰ ਚੈਲੰਜ ਪੈ ਕਰਨਾ ਕੈਮਰਿਆਂ ਦੇ ਸਾਹਮਣੇ, ਕੋਈ ਇੱਕ ਕਿਤਾਬ ਲੈ ਕੇ ਆਓ ਕਿ ਜਦੋਂ ਨਬੀ ਪਾਕ ਮਦੀਨੇ ਆ ਰਹੇ ਸਨ ਅਤੇ ਮਦੀਨੇ ਦੇ ਲੋਕ ਅੰਦਰ ਵੜ ਗਏ ਜੀ, ਅਸਾਂ ਬਾਹਰ ਨਹੀਂ ਆਉਣਾ, ਕਿਉਂ ਗੁਨਾਹ ਹੈ, ਅਸਾਂ ਬਾਹਰ ਨਹੀਂ ਆਉਣਾ, ਇਸਤਕਬਾਲ ਨਹੀਂ ਕਰਨਾ, ਕਿਉਂ ਗੁਨਾਹ ਹੈ, ਸ਼ਿਰਕ ਅਸੀਂ ਨਹੀਂ ਕਰ ਸਕਦੇ। ਮੈਂ ਕਿਤਾਬਾਂ ਦੇ ਅੰਦਰ ਪੜ੍ਹਿਆ, ਬਾਬਾ ਜੀ ਜਿਹੜੇ ਬਾਗ ਦੇ ਮਾਲਕ ਸਨ ਨਾ, ਉਹਨਾਂ ਆਪਣਿਆਂ ਨੌਕਰਾਂ ਨੂੰ ਖਜੂਰਾਂ 'ਤੇ ਚੜਾ ਛੜਿਆ। ਹਾਏ 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 ਹਾਏ, ਤੂੰ ਇਸ਼ਕ ਦੀ ਗੱਲ ਕਰਨਾ, ਰੱਬੇ ਕਾਬਾ ਦੀ ਕਸਮ ਹੈ, ਖਜੂਰਾਂ 'ਤੇ ਚੜਾ ਛੜਿਆ, ਅਤੇ ਇੰਜ ਗੁਲਾਮ ਖਜੂਰਾਂ 'ਤੇ ਚੜ ਕੇ ਨਾ, ਅਤੇ ਕੀ ਪੇ ਵਹਿੰਦੇ ਸਨ, ਹਸਨੈਣ ਦੇ ਨਾਨੇ ਦਾ ਰਾਹ ਪੇ ਵਹਿੰਦੇ ਸਨ, ਹਸਨੈਣ ਦੇ ਨਾਨੇ ਦਾ ਰਾਹ ਪੇ ਵਹਿੰਦੇ ਸਨ। ਜੁਮਲਾ ਸੁਣਿਆ ਜੇ, ਤੇ ਬਾਬਾ ਜੀ ਮੇਰਾ ਇਮਾਨ ਤੇ ਵਿਜਦਾਨ ਆਂਦਾ ਏ, ਮਦੀਨੇ ਦੇ ਲੋਕ ਇੰਤਜ਼ਾਰ ਕਰਦੇ ਆਉਣੇ ਨੇ, ਨਾਲੇ ਆਉਂਦੇ ਆਉਣੇ ਨੇ, ਖੁੱਲੀ ਰੱਖੀ ਅਸਾਂ ਏ ਨੈਣਾ ਵਾਲੀ ਬਾਰੀ, ਇੱਧਰ ਵੇਖਿਆ ਜੇ, ਖੁੱਲੀ ਰੱਖੀ ਅਸਾਂ, ਅੱਜ ਗੱਲਾਂ ਦੇ ਫਤਵੇ ਪੈਂਦੇ ਨੇ, ਅੱਜ ਸ਼ਿਰਕ ਦੇ ਫਤਵੇ ਪੇ ਲੱਗਦੇ ਨੇ, ਅੱਜ ਬਿਦਅਤ ਦੇ ਫਤਵੇ ਪੇ ਲੱਗਦੇ ਨੇ। ਮੈਂ ਕਿਹਾ ਮਦੀਨੇ ਵਾਲਿਆਂ ਨੂੰ ਪੁੱਛਿਆ ਜੇ, ਜਿਨ੍ਹਾਂ ਖਜੂਰਾਂ 'ਤੇ ਚੜ੍ਹ ਕੇ ਨਬੀ ਦਾ ਰਾਹ ਵੇਖਿਆ ਏ, ਜਿਨ੍ਹਾਂ ਬੀਬੀਆਂ ਨੇ ਛੱਤਾਂ 'ਤੇ ਚੜ੍ਹ ਕੇ ਨਬੀ ਦਾ ਇਸਤਕਬਾਲ ਕੀਤਾ ਏ, ਬਾਬਾ ਜੀ ਬਨੂ ਨਜ਼ਾਰ ਦੀਆਂ ਤੀਆਂ ਨੇ ਜਿਹੜੀਆਂ ਦਫ ਲੈ ਕੇ ਬੰਨੇ ਨਿਕਲ ਆਈਆਂ ਨੇ, ਹੋਏ ਇੱਕ ਖਜੂਰ 'ਤੇ ਚੜ੍ਹ ਕੇ ਵੇਖ ਰਿਹਾ ਏ, ਉਹਨੇ ਵੇਖਿਆ ਇੱਕ ਨੂਰ ਦੀ ਤਜੱਲੀ ਨਜ਼ਰ ਆਈ, ਇੱਕ ਨੂਰ ਦੀ ਤਜੱਲੀ ਨਜ਼ਰ ਆਈ ਏ, ਉਹਨੇ ਖਜੂਰ 'ਤੇ ਰੋਲਾ ਪਾ ਛੱਡਿਆ ਏ, ਉਹਨੇ ਆਖਿਆ ਹੈ ਯਸਰ ਵਾਲਿਓ, ਹੈ ਯਸਰ ਵਾਲਿਓ, ਜਿਹਦਾ ਇੰਤਜ਼ਾਰ ਵੇ ਕਰਦੇ ਹੋ, ਉਹ ਚੰਨ ਚੜ੍ਹ ਆਇਆ, ਉਹ ਚੰਨ ਚੜ੍ਹ ਆਇਆ ਜੇ, ਚੌਦਵੀ ਦਾ ਚੰਨ ਨਜ਼ਰ ਆ ਗਿਆ ਰੇ, ਅੱਲਾ ਦਾ ਯਾਰ ਮੁਹੰਮਦ ਆ ਰਿਹਾ ਏ, ਅੱਲਾ ਦਾ ਨਬੀ ਆ ਰਿਹਾ ਏ, ਬਾਬਾ ਜੀ ਬੱਚੀਆਂ ਖੜੀਆਂ ਹੋ ਗਈਆਂ ਨੇ, ਸਹਾਬਾ ਵੀ ਅੱਗੇ ਆ ਕੇ ਖੜੇ ਹੋ ਗਏ ਨੇ, ਉਸ ਮਦੀਨੇ ਅੰਦਰ ਇੱਕ ਗੁਲਾਮ ਏ, ਜਿਹੜਾ ਬੜਾ ਹੀ ਗਰੀਬ ਏ, ਜਿਹੜਾ ਬੜਾ ਹੀ ਮਾੜਾ ਜੇ, ਬਾਬਾ ਜੀ ਜਿਹੜਾ ਬੰਦਾ ਗਰੀਬ ਹੋਏ ਉਹਦਾ ਇਸ਼ਕ ਵੀ ਆਲਾ ਆਉਂਦਾ ਏ, ਉਹਦਾ ਮਿਆਰ ਵੀ ਆਲਾ ਆਉਂਦਾ ਏ, ਉਹ ਮਦੀਨੇ ਵਿੱਚ ਬਹਿ ਕੇ ਆਪਣੀ ਮਾਂ ਦੇ ਮੁਸੱਲੇ 'ਤੇ ਬੈਠਾ ਹੋਇਆ ਏ, ਆਪਣੀ ਮਾਂ ਦੀਆਂ ਪੈਰਾਂ ਨੂੰ ਫੜ ਕੇ ਪਿਆ ਰੋਂਦਾ ਏ, ਮਾਂ ਆਉਂਦੀ ਏ ਕਿਉਂ ਰੋਣਾ ਏ, ਆਂਦਾ ਅੰਮਾ ਮੈਂ ਸੁਣ ਕੇ ਆਇਆ ਵਾਂ, ਹੋਏ ਅੱਲਾ ਦਾ ਯਾਰ ਮੁਹੰਮਦ ਆ ਰਿਹਾ ਏ, ਮੈਂ ਸੁਣ ਕੇ ਆਇਆ ਵਾਂ, ਗਰੀਬਾਂ ਦਾ ਵਾਲੀ ਯਾਰ ਆਏ, ਯਤੀਮਾਂ ਦਾ ਵਾਲੀ ਯਾਰ ਆਵੇ,
ਬੇਸਹਾਰਿਆਂ ਦਾ ਸਹਾਰਾ ਆ ਰਿਹਾ ਹੈ। ਓਏ ਕੋਟਲੀ ਫਰੀਦ ਵਿੱਚ ਰਹਿਣ ਵਾਲਿਓ, ਹਜ਼ਰਾਤ ਜੁਮਲੇ ਸੁਣਿਆ ਨੇ। ਮਾਂ ਨੇ ਕਾਰੀ ਸਾਹਿਬ ਪੁੱਤਰ ਨੂੰ ਸੀਨੇ ਲਾ ਲਿਆ, ਆਖਿਆ ਵੇ ਕੀ ਚਾਹਨਾ ਹੈ? ਆਂਦਾ ਅੰਮਾ ਮੁਸੱਲਾ ਪਾ ਲੈ, ਰੋ ਕੇ ਆਖ ਰੱਬਾ ਸੋਹਣਿਆ, ਪੁੱਤਰ ਤੇ ਮੇਰਾ ਬੜਾ ਗਰੀਬ ਹੈ, ਪੁੱਤਰ ਤੇ ਮੇਰਾ ਬੜਾ ਮਾੜਾ ਹੈ, ਪਰ ਤੇਰਾ ਜਾਂਦਾ ਕੁਝ ਨਹੀਂ, ਸਾਡਾ ਕੰਮ ਬਣ ਜਾਣਾ ਜੀ। ਬਾਬਾ ਜੁਮਲੇ ਸੁਣਿਆ ਨੇ, ਮਾਂ ਆਂਦੀ ਹੈ ਪੁੱਤਰਾ ਗੱਲ ਖੋਲ ਕੇ ਸੁਣਾ। ਆਂਦਾ ਅੰਮਾ ਜੀ ਦੁਆ ਕਰਿਆ ਜੇ, ਅੱਜ ਅੱਲਾ ਦਾ ਯਾਰ ਮੇਰਾ ਮਹਿਮਾਨ ਬਣ ਜਾਏ। ਅੱਜ ਅੱਲਾ ਦਾ ਯਾਰ ਮੇਰਾ ਕੀ ਬਣ ਜਾਏ? ਅੱਛਾ, ਤੁਹਾਨੂੰ ਇੱਕ ਮਿਸਾਲ ਹੋਰ ਦੇਣ ਲਗਾ, ਹੁਣ ਜੁਮਲੇ ਸੁਣਿਓ। ਬਾਬਾ ਜੀ ਚੇਅਰਮੈਨ ਆ ਜੇ ਨਾ ਪਿੰਡ, ਚੇਅਰਮੈਨ, ਹੁਣ ਮੈਂ ਤੁਹਾਨੂੰ ਮਿਸਾਲ ਦੇ ਕੇ ਗੱਲ ਸਮਝਾਉਣ ਲੱਗਾ। ਕੋਟਲੀ ਫਰੀਦ ਵਾਲਿਆ, ਉਹ ਚੇਅਰਮੈਨ ਆ ਜੇ ਨਾ ਕੋਟਲੀ ਫਰੀਦ ਵਿੱਚ, ਅਤੇ ਬੰਦੇ ਆਉਂਦੇ ਨੇ ਉਹਦੀ ਬੈਠਕ ਵੇਖੋ ਜਿਹੜੀ ਜ਼ਰਾ ਖੁੱਲ੍ਹੀ ਹੋਵੇ, ਕਿਉਂਕਿ ਨਾਲ ਬੰਦੇ ਵੀ ਹੋਣੇ ਨੇ, ਨਾਲ ਬਰਾਦਰੀ ਵੀ ਹੋਣੀ ਹੈ। ਅਤੇ ਫਿਰ ਜਿਹੜਾ ਬੰਦਾ ਆਪਣੀ ਬੱਲੇ ਬੱਲੇ ਕਰਵਾਉਣ ਵਾਸਤੇ ਨਾ ਹੁੰਦਾ ਹੋਏਗਾ, ਉਹ ਅੱਗੇ ਜਾ ਕੇ ਚੇਅਰਮੈਨ ਨੂੰ ਆਖੇਗਾ, ਬੂਆ ਖੋਲਿਆ ਜੇ, ਬੂਆ ਯਾਰ ਮੇਰੀ ਗੱਲ ਨੂੰ ਸੁੱਟਿਓ ਨਾ, ਮੈਂ ਇਸ ਤੋਂ ਬਾਅਦ ਆਖਰੀ ਗੱਲ ਕਰਨੀ, ਉਸ ਤੋਂ ਬਾਅਦ ਇਜਾਜ਼ਤ। ਬੂਆ ਖੁੱਲ੍ਹਾ ਜੀ, ਚੌਧਰੀ ਸਾਹਿਬ ਆਓ ਬੈਠੋ। ਉਹ ਆਂਦਾ ਨਹੀਂ, ਉਹ ਨਹੀਂ ਚੌਧਰੀ ਸਾਹਿਬ, ਪਾਣੀ ਤਾਂ ਪੀਓ। ਕਾਰੀ ਸਾਹਿਬ, ਉਸ ਬੰਦੇ ਨੂੰ ਪਤਾ ਜੇ ਚੇਅਰਮੈਨ ਮੇਰੇ ਵਿਹੜੇ ਬਹਿ ਗਿਆ ਤਾਂ ਲੋਕਾਂ ਨੇ ਆਖਣਾ ਵੀ ਇਹਦੀ ਚੇਅਰਮੈਨ ਵਾਲੀ ਯਾਰੀ ਹੈ, ਗੱਲ ਬਣ ਜਾਣੀ ਸਾਡੀ। ਇੱਧਰ ਤਵੱਜੋ, ਹੱਸਣਾ ਨਹੀਂ ਉਹ ਪੁੱਤਰ, ਬਚਿਓ, ਤਰਬੀਅਤ ਲੈ ਕੇ ਜਾਓ ਇੱਥੋਂ, ਸ਼ਰਾਰਤ ਨਹੀਂ ਕਰਨੀ ਕਿਸੇ ਬੱਚੇ ਨੇ। ਇੱਧਰ ਸੁਣਿਓ ਬਾਬਾ ਜੀ, ਚੇਅਰਮੈਨ ਜਿਹਦੀ ਬੈਠਕ 'ਚ ਬਹਿ ਜਾਏ ਉਹਦੀ ਅੱਡੀ ਥੱਲੇ ਨਹੀਂ ਲੱਗਦੀ, ਅਤੇ ਜਿਹਦੀ ਬੈਠਕ 'ਚ ਰਹਿਮਤੁਲਿਲ ਆਲਮੀਨ ਆ ਜਾਏ, ਆਏ ਹਾਏ ਹਾਏ, ਇਸ਼ਕ ਨਾ ਬਹਿਣਾ ਹੀ ਅੱਜ, ਅੱਜ ਪਿੜ ਪਿਆ ਹੀ ਤੇਰਾ, ਇਸ਼ਕ ਨਾ ਬਹਿਣਾ ਹੀ। ਜਿਹਦੀ ਬੈਠਕ 'ਚ ਹਸਨੈਨ ਦਾ ਨਾਨਾ ਆ ਜਾਏ, ਜਿਹਦੇ ਵਿਹੜੇ ਮੁਸਤਫਾ ਕਰੀਮ ਆ ਜਾਏ। ਬਾਬਾ ਜੁਮਲੇ ਸੁਣਿਆ ਜੇ, ਅੱਛਾ ਜਦੋਂ ਇੰਨੀ ਗੱਲ ਕੀਤੀ ਨਾ, ਮਾਂ ਨੇ ਆਖਿਆ ਪੁੱਤਰ ਤਰਲਾ ਤਾਂ ਮੈਂ ਪਾਉਂਦੀ ਹਾਂ, ਹੋ ਸਕਦਾ ਉਹ ਮਾਲਕ ਮੰਨ ਜਾਏ, ਗੱਲ ਪੂਰੀ ਸੁਣਨੀ ਆ, ਹੋ ਸਕਦਾ ਮਾਲਕ ਮੰਨ ਜਾਏ। ਔਰ ਇੰਜ ਇਹ ਤੁਹਾਨੂੰ ਇੱਕ ਗੱਲ ਦੱਸਾਂ, ਤਰਲਾ ਪਾਈਏ ਤੇ ਮੰਨ ਜਾਂਦਾ ਜੇ ਉਹ, ਸੁਭਾਨ ਅੱਲਾਹ, ਤਰਲਾ ਪਾਈਏ ਤੇ ਮੰਨ ਜਾਂਦਾ। ਬੱਚਾ ਜਿੰਨਾ ਤੱਕ ਰੋਵੇ ਨਾ ਨਾ, ਤੇ ਮਾਂ ਦੁੱਧ ਨਹੀਂ ਦਿੰਦੀ, ਆਂਦੀ ਖੇਡਦਾ ਪਿਆ, ਚਲੋ ਮੈਂ ਬਰਤਨ ਧੋਲਾਂ ਜਾਂ ਕੱਪੜੇ ਧੋਲਾਂ, ਜੇ ਖੇਡਦਾ ਪਿਆ, ਜੂੰ ਹੀ ਬੱਚੇ ਨੇ ਪਹਿਲੀ ਚੀਖ ਮਾਰੀ ਹੈ, ਮਾਂ ਨੇ ਮਸ਼ੀਨ ਛੱਡ ਕੇ, ਕੱਪੜੇ ਧੋਂਦੀ ਛੱਡ ਕੇ, ਬਰਤਨ ਧੋਂਦੀ ਛੱਡ ਕੇ ਜੱਫਾ ਮਾਰ ਲਿਆ, ਉਹ ਮੇਰਿਆ ਪੁੱਤਰਾ ਬਿਸਮਿਲਾ ਕਰਾਂ, ਸਮਝੇ ਨਹੀਂ? ਜੇ ਬੱਚਾ ਰੋਵੇ ਤੇ ਮਾਂ ਨੂੰ ਤਰਸ ਆ ਜਾਂਦਾ, ਤੇ ਜੇ ਬੰਦਾ ਰੋਵੇ ਤੇ ਅੱਲਾ ਨੂੰ ਤਰਸ ਨਹੀਂ ਆਉਂਦਾ? ਐ ਜ਼ਰਾ ਜੁਮਲੇ ਤੇ ਗੌਰ ਕਰੀ, ਜੇ ਉਹਨੂੰ ਮਨਾਉਣਾ ਤੇ ਰੋ ਕੇ ਮਨਾ, ਤੜਫ ਕੇ ਮਨਾ, ਜ਼ਿੱਦੀ ਪੈ ਜਾ, ਆਖ ਮੋਲੋ ਮੈਂ ਨਹੀਂ ਜਾਣਾ ਤੇਰੇ ਬੂਹੇ ਤੇ, ਜਿਹਦੇ ਨਾਲ ਲਾਡ ਹੋਵੇ ਘਰ ਸਾਹਿਬ, ਲੋਕ ਆਉਂਦੇ ਨੇ ਭਾਜੀ ਮੈਂ ਨਹੀਂ ਜਾਣਾ ਇੱਥੇ, ਸੁੱਟ ਪੈਸੇ, ਮੇਰਾ ਕੰਮ ਕਰਨੇ, ਮੇਰੇ ਨਾਲ ਜਾਣਾ ਹੈ। ਉਹ ਜਿਹਦੇ 'ਤੇ ਫਖਰ ਹੋਵੇ, ਮਾਣ ਹੋਵੇ, ਸਾਨੂੰ ਅੱਲਾ 'ਤੇ ਮਾਣ ਹੈ, ਅੱਲਾ ਤੋਂ ਵੱਡਾ ਬੂਹਾ ਹੀ ਕੋਈ ਨਹੀਂ ਕਿਸੇ ਦਾ, ਅੱਲਾ ਤੋਂ ਵੱਡਾ ਕਰੀਮ ਹੀ ਕੋਈ ਨਹੀਂ, ਅੱਲਾ ਤੋਂ ਵੱਡਾ। ਮਾਂ ਦੁਆ ਕਰ, ਕਿਹੜੀ ਹਜ਼ੂਰ ਮਹਿਮਾਨ ਬਣ ਜਾਣ ਸਾਡੇ। ਇੱਧਰ ਸੁਣਿਓ, ਹੁਣ ਜਿਹੜੇ ਸਾਬੀ ਨਿਕਲ ਗਏ ਨਾ, ਮੈਂ ਨਾਂ ਬਾਅਦ 'ਚੋਂ ਦੱਸਣਾ, ਤੁਰ ਗਏ, ਮਾਂ ਮਸੱਲਾ ਪਾ ਲਿਆ, ਰੋਂਦੀ ਜਾ ਰਹੀ ਹੈ, ਨਬੀ ਪਾਕ ਮਦੀਨੇ 'ਤੇ ਇੰਟਰ ਹੋ ਗਏ ਅੰਦਰ। ਗੱਲ ਬੜੀ ਸੁਣਨ ਵਾਲੀ ਜੇ, ਕੋਟਲੀ ਫਰੀਦਾ ਲਿਆ, ਨਬੀ ਪਾਕ ਇੰਟਰ ਹੋ ਗਏ, ਹੁਣ ਅੱਗੇ ਉਹ ਜਿਹੜੇ ਮਦੀਨੇ ਦੇ ਯਸਰਬ ਦੇ ਵੱਡੇ ਵੱਡੇ ਚੌਧਰੀ, ਇੱਕ ਆਖਣ ਲੱਗਾ ਜੀ ਹਵੇਲੀ ਖੁੱਲ੍ਹੀ ਹੈ, ਇਹ ਮਿਸਾਲ ਤੁਹਾਨੂੰ ਦਿੱਤੀ ਹੈ, ਜ਼ਰਾ ਮੇਰੇ ਵੱਲ, ਹਜ਼ੂਰ ਹੈ ਸਾਹਮਣੇ ਹਵੇਲੀ ਜੇ ਮੇਰੀ, ਨਬੀ ਪਾਕ ਨੇ ਫਰਮਾਇਆ ਖਮੋਸ਼ ਹੋ ਜਾ। ਦੂਸਰਾ ਕਹਿਣ ਲੱਗਾ ਹਜ਼ੂਰ ਕਮਰੇ ਬੜੇ ਜੇ, ਤੁਹਾਡੇ ਨਾਲ ਬੰਦੇ ਵੀ ਨੇ, ਠਹਿਰ ਜਾਣਗੇ, ਬੜੇ ਕਮਰੇ ਨੇ, ਬੜੇ ਬਣਾਏ ਨੇ। ਹਜ਼ੂਰ ਨੇ ਫਰਮਾਇਆ ਠਹਿਰ ਜਾਓ, ਇੱਧਰ ਵੇਖਿਓ,
ਇੱਕ ਹੋਰ ਅੱਗੇ ਆਇਆ, ਉਹਨੇ ਆ ਕੇ ਨਬੀ ਪਾਕ ਦੀ ਊਂਠਣੀ ਦੀ ਲਗਾਮ ਫੜ ਲਈ, ਇੱਧਰ ਵੇਖੋ ਇੰਜ ਨਾ ਰੱਸੀ ਫੜ ਲਈ। ਜਬਰੀਲ ਆ ਗਏ, ਜਬਰੀਲ ਨੇ ਆ ਕੇ ਅਰਜ਼ ਕੀਤੀ, ਸੋਨਾ ਮਦੀਨੇ ਵਾਲਿਆਂ ਨੂੰ ਕਹਿ ਦਿਓ ਇਹਨੂੰ ਛੱਡ ਦਿਓ। ਇਹਦੇ ਵਿੱਚ ਵੀ ਬੜਾ ਵੱਡਾ ਨੁਕਤਾ ਜੇ ਅਕੀਦੇ ਦਾ ਸੁਣਿਓ, ਇਹਨੂੰ ਛੱਡ ਦਿਓ। ਜਬਰੀਲ ਕਿਉਂ? ਫਰਮਾਇਆ ਸੁਣਿਆ ਮਦੀਨੇ ਵਾਲਿਆਂ ਨੂੰ ਕਹਿ ਦਿਓ ਜਿਸ ਊਂਠਣੀ 'ਤੇ ਮੁਸਤਫਾ ਸਵਾਰ ਨੇ ਲਗਾਮ ਫੜਨ ਦੀ ਲੋੜ ਨਹੀਂ ਪੈਂਦੀ, ਮੇਰੀ ਊਂਠਣੀ ਨੂੰ ਪਤਾ ਮੈਂ ਕਿਤੇ ਵੱਲ ਜਾਣਾ। ਹਾਏ 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 ਹਾਏ, ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ ਜਨਾਬ, ਤਵੱਜੋ ਕਰਨੀ ਜੇ। ਉਹ ਜਿਸ ਊਂਠਣੀ 'ਤੇ ਨਬੀ ਸਵਾਰ ਹੋਵੇ ਅਤੇ ਉਹ ਊਂਠਣੀ ਜਾਣਦੀ ਅਤੇ ਨਬੀ ਕੁਝ ਨਹੀਂ ਜਾਣਦਾ, ਤਵੱਜੋ ਤੇ ਕਰੋ ਯਾਰ, ਮਿਹਰਬਾਨੀ। ਜਿਸ ਊਂਠਣੀ ਤੇ ਹਜ਼ੂਰ ਸਵਾਰ ਨੇ ਕੋਟਲੀ ਫਰੀਦ ਵਾਲਿਆ ਉਸ ਊਂਠਣੀ ਦੀ ਲਗਾਮ ਛੱਡ ਦਿੱਤੀ ਗਈ ਤੇ ਉਹਨੂੰ ਪਤਾ ਸੀ ਮੈਂ ਕਿਤੇ ਬੂਹੇ ਅੱਗੇ ਬਹਿਣਾ। ਬੜੇ ਚੌਂਕ ਫਿਰੀਏ, ਬੜੀਆਂ ਗਲੀਆਂ ਫਿਰੀਏ, ਇਹ ਤੇ ਇਹ ਗੱਲ ਹੈ ਨਾ ਅਕੀਦੇ ਦੀ। ਉਹ ਬਾਬਾ ਜੀ ਜਿਹੜਾ ਇੱਧਰ ਤਵੱਜੋ ਫਰਮਾਇਆ ਜੇ, ਜਿਹੜਾ ਖੈਬਰ ਚੋਂ ਗਧਾ ਆਇਆ ਨਾਲ ਤੇ ਜਿਸ ਗਧੇ ਤੇ ਨਬੀ ਸਵਾਰੀ ਕਰਨ, ਉਹ ਗਧਾ ਵੀ ਜਾਣਦਾ ਕਿ ਅਬੂ ਬਕਰ ਕੌਣ ਹੈ ਤੇ ਹਜ਼ਰਤ ਉਮਰ ਕੌਣ ਹੈ, ਸੁਭਾਨ ਅੱਲਾਹ, ਤੇ ਨਬੀ ਨਹੀਂ ਜਾਣਦੇ। ਹੁਣ ਕਿਹੜਾ ਕਿਹੜੀ ਗੱਲ ਮੰਨੀ ਇੱਧਰ ਤਵੱਜੋ। ਮੈਟ੍ਰਿਕ ਦਾ ਸਟੂਡੈਂਟ ਹੋਵੇ ਨਾ ਮੈਟ੍ਰਿਕ ਦਾ, ਤੇ ਬੰਦਾ ਉਹਨੂੰ ਉਠਾ ਕੇ ਆਖੇ ਦਸ ਤਾਂ ਗਿਣਤੀ ਆਉਂਦੀ ਆ, ਤਵੱਜੋ ਕਰਿਓ ਯਾਰ, ਗੱਲ ਵੱਲ ਜ਼ਾਇਆ ਨਾ ਕਰੇ। ਕਾਰੀ ਸਾਹਿਬ ਮੈਟ੍ਰਿਕ ਦਾ ਸਟੂਡੈਂਟ ਹੋਵੇ ਤੇ ਬੰਦਾ ਉਹਨੂੰ ਉਠਾ ਕੇ ਆਖੇ ਉੱਠ, ਹਾਂਜੀ ਦਸ ਤਾਂ ਗਿਣਤੀ ਆਉਂਦੀ ਹੈ, ਦੋ ਦਾ ਪਹਾੜਾ ਹੁੰਦਾ ਜੀ। ਆਖੇ ਕਹਿ ਮੌਲੀ ਸਾਹਿਬ ਤੁਹਾਡਾ ਦਿਮਾਗ ਠੀਕ ਹੈ ਕਿ ਕੋਈ ਨਹੀਂ? ਕਿਉਂ ਜੀ, ਮੈਂ ਮੈਟ੍ਰਿਕ ਦਾ ਸਟੂਡੈਂਟ ਹਾਂ ਤੇ ਤੁਸੀਂ ਮੈਨੂੰ ਦੋ ਦੇ ਪਹਾੜੇ ਦੇ ਬਾਰੇ ਪੇ ਪੁੱਛਦੇ ਹੋ? ਮੈਂ ਮੈਟ੍ਰਿਕ ਦਾ ਸਟੂਡੈਂਟ ਹਾਂ ਤੇ ਤੁਸੀਂ ਮੈਨੂੰ ਪੇ ਪੁੱਛਦੇ ਹੋ ਦਸ ਤਾਂ ਗਿਣਤੀ ਆਉਂਦੀ ਆ? ਮੈਨੂੰ ਇਮਾਨਦਾਰੀ ਨਾਲ ਦੱਸ ਬਾਬਾ ਜੀ, ਜਿਹਨੂੰ ਅੱਲਾ ਨੇ ਕਾਸਮ ਬਣਾ ਕੇ ਭੇਜਿਆ, ਜਿਹਦੇ ਮੁੱਠੀ ਵਿੱਚ ਅੱਲਾ ਨੇ ਖਜ਼ਾਨਿਆਂ ਦੀਆਂ ਚਾਬੀਆਂ ਦੇ ਛੱਡੀਆਂ ਨੇ, ਤੇ ਬੰਦਾ ਉਹਨੂੰ ਪਿਆ ਪੁੱਛੇ ਹਜ਼ੂਰ ਦੀਵਾਰ ਦੇ ਪਿੱਛੇ ਦਾ ਇਲਮ ਹੈ ਜੇ, ਹੁਣ ਕਿੱਧਰ ਜਾਓਗੇ? ਨਬੀ ਨੂੰ ਇਹਦਾ ਇਲਮ ਹੈ ਵੇ, ਨਬੀ ਨੂੰ ਇਹਦਾ ਇਲਮ ਹੈ ਵੇ? ਅੱਲਾ ਦੀ ਕਸਮ, ਬੜਾ ਦੁੱਖ ਲੱਗਦਾ। ਅਸੀਂ ਉਮਰੇ 'ਤੇ ਗਏ ਨਾ, ਜਦੋਂ ਇੱਥੇ ਤਕਰੀਰ ਕੀਤੀ ਸੀ ਉਮਰੇ ਤੋਂ ਬਾਅਦ, ਤੋ ਅਰਬੀ ਡਰਾਈਵਰ ਸੀ ਤੇ ਉਹਦੇ ਨਾਲ ਅਸੀਂ ਜ਼ਿਆਰਤਾਂ ਕਰਨ ਗਏ, ਤੇ ਮੈਨੂੰ ਕਹਿਣ ਲਗਾਇਆ, ਉਹਨੇ ਵੇਖਿਆ ਮਤਵਾ ਦਾੜੀ ਰੱਖੀ ਹੈ, ਤੋ ਉਹਨੇ ਬੜੀ ਇੱਜ਼ਤ ਕੀਤੀ, ਉਹਨੇ ਕਿਹਾ ਕਿੱਧਰ? ਮੈਂ ਕਿਹਾ ਵਾਦੀਏ ਜਿਨ੍ਹਾਂ ਦਾ ਉੱਥੇ ਕੀ ਹੈ? ਫਿਰ ਜਦੋਂ ਅਸੀਂ ਬਾਬਾ ਜੀ ਗਾਰੇ ਹਰਾ 'ਤੇ ਜਾਣ ਲੱਗੇ ਤੇ ਮੈਨੂੰ ਆਂਦਾ ਇੱਥੇ ਕੀ ਹੈ? ਨਮਾਜ਼ ਪੜ੍ਹੋ, ਉੱਥੇ ਸਵਾਬ ਲਵੋ, ਤੁਸੀਂ ਇੱਥੇ ਪੇ ਫਿਰਦੇ ਹੋ, ਪਹਾੜਾਂ 'ਤੇ ਪੇ ਫਿਰਦੇ ਹੋ। ਇਹ ਗੱਲ ਸੁਣਿਓ, ਉਹਦੇ ਨਾਲ ਗੱਲ ਹੋ ਗਈ ਤੇ ਮੈਂ ਉਹਨੂੰ ਕਿਹਾ ਵੀ ਨਬੀ ਪਾਕ ਨੂੰ ਹਰ ਚੀਜ਼ ਦਾ ਇਲਮ ਹੈ। ਕਹਿੰਦਾ ਕੋਈ ਨਹੀਂ, ਇਹ ਅਰਬੀ ਪਿਆ ਕਹਿੰਦਾ ਜੋ ਉੱਥੇ ਰਹਿਣ ਵਾਲਾ। ਮੈਂ ਕਿਹਾ ਉਹ ਕਿਉਂ? ਕਹਿੰਦਾ ਮੌਲਵੀ ਸਾਹਿਬ ਤੁਸੀਂ ਮੈਨੂੰ ਦੱਸੋ ਕਿ ਨਬੀ ਨੂੰ ਪਤਾ ਹੁੰਦਾ ਵੀ ਮਾਂ ਦੇ ਪੇਟ ਵਿੱਚ ਬੱਚਾ ਜਾਂ ਬੱਚੀ ਹੈ? ਇਹ ਵੇਖੋ ਉਹਨਾਂ ਦਾ ਜ਼ਿਹਨ। ਇਹ ਤਾਂ ਮੈਂ ਤੁਹਾਨੂੰ ਆਹਨਾ, ਬੱਚਿਆਂ ਨੂੰ ਬਚਾ ਲਓ ਆਪਣੀ ਆਉਣ ਵਾਲੀ ਨਸਲ ਨੂੰ, ਕੋਈ ਐਸਾ ਬੰਦਾ ਲਿਆਓ ਜਿਹੜਾ ਇਹਨਾਂ ਦਾ ਬ੍ਰੇਨ ਵਾਸ਼ ਕਰੇ, ਇਹਨਾਂ ਨੂੰ ਦੱਸੇ ਵੀ ਤੁਹਾਡਾ ਅਕੀਦਾ ਕੀ ਹੈ, ਬੱਚਿਓ ਨਬੀ ਪਾਕ ਦੇ ਬਾਰੇ ਤੁਸੀਂ ਕੀ ਅਕੀਦਾ ਰੱਖਣਾ। ਐ ਨਹੀਂ ਵੀ ਜਿੱਧਰ ਚਾਹ ਪਿਆਈ ਉੱਧਰ ਹੀ ਟੁਰ ਪਏ, ਜਿਹਨੇ ਯਾਰ ਨੇ ਉਂਗਲੀ ਨਾਲ ਲਾਇਆ ਉੱਧਰ ਹੀ ਟੁਰ ਪਏ। ਮੈਨੂੰ ਬਾਬਾ ਜੀ ਬੜਾ ਗੁੱਸਾ ਚੜਿਆ, ਮੈਂ ਕਿਹਾ ਤੂੰ ਕਿੱਡੀ ਵੱਡੀ ਗੱਲ ਕੀਤੀ ਕਿ ਨਬੀ ਪਾਕ ਨੂੰ ਪਤਾ ਕਿ ਮਾਂ ਦੇ ਪੇਟ ਵਿੱਚ ਬੱਚਾ ਕਿ ਬੱਚੀ ਹੈ, ਅਤੇ ਬਾਬਾ ਜੀ ਜਿਹਨਾਂ ਦਾ ਇਹ ਅਕੀਦਾ ਹੋਵੇ ਕਿਆਮਤ ਵਾਲੇ ਦਿਨ ਹਜ਼ੂਰ ਨੂੰ ਮੂੰਹ ਕਿਹੜਾ ਵਿਖਾਉਣਗੇ, ਹਜ਼ੂਰ ਨੂੰ ਚਿਹਰਾ ਕਿਹੜਾ ਵਿਖਾਉਣਗੇ? ਇੱਧਰ ਜੁਮਲੇ ਸੁਣਿਓ, ਮੈਂ ਗੱਲ ਮੁਕਾਵਾਂ, ਨੇੜੇ ਲੈ ਜਾਵਾਂ। ਬਾਬਾ ਜੀ ਸਹਾਬੀ ਉੱਥੇ ਪਿੱਛੇ ਟੁਰ ਗਏ, ਗੱਲਾਂ ਫਿਰ ਗੱਲਾਂ 'ਚੋਂ ਗੱਲਾਂ ਨਿਕਲ ਜਾਂਦੀਆਂ ਨੇ, ਫਿਰ ਦੂਰ ਨਿਕਲ ਜਾਂਦੀਆਂ। ਕਦੀ ਅਕੀਦੇ ਦਾ ਮੌਜੂ ਹੋਇਆ ਫਿਰ ਅਕੀਦੇ ਦੀਆਂ ਗੱਲਾਂ ਸੁਣਾਵਾਂਗੇ। ਇਹ ਦੋ ਚਾਰ ਜ਼ਿਮਨ 'ਚ ਗੱਲਾਂ ਆ ਗਈਆਂ, ਤੁਹਾਨੂੰ ਦੱਸ ਦਿੱਤੀਆਂ ਵੀ ਅਕੀਦਾ ਰੱਖੋ, ਹਜ਼ੂਰ ਜਾਣਦੇ ਨੇ। ਉੱਚੀ ਬੋਲੋ, ਜਿਹੜਾ ਆਖੇ ਨਾ ਨਬੀ ਪਾਕ ਕੁਝ ਨਹੀਂ ਜਾਣਦੇ, ਉਹ ਆਪੀ ਵੀ ਕੁਝ ਨਹੀਂ ਜਾਣਦਾ। ਜਿਹੜਾ ਆਖੇ ਨਾ ਹਜ਼ੂਰ ਕੁਝ ਨਹੀਂ ਜਾਣਦੇ, ਉਹ ਆਪੀ ਵੀ ਕੁਝ ਨਹੀਂ ਜਾਣਦਾ। ਮੈਂ ਕਿਹਾ ਝੱਲਿਆ ਮੌਲਵੀ ਆ, ਜੰਨਤ ਵੇਖੀ ਆ? ਕਹਿੰਦਾ ਨਹੀਂ।
ਮੈਂ ਕਿਹਾ ਮੰਨਣਾ ਜੰਨਤ ਹੈ ਵਿਆਹਦਾ ਆਹੋ, ਮੈਂ ਕਿਹਾ ਕਿੰਨੇ ਆਖਿਆ? ਆਂਹਦਾ ਨਬੀ ਪਾਕ ਨੇ। ਹੁਣ ਕੀ ਹੱਲ ਕਰੇ ਬੰਦਾ ਇਹਨਾਂ ਦੇ ਜ਼ਿਹਨ ਦਾ, ਕਿੱਧਰ ਖੜੇ ਬੰਦਾ ਇਹਨਾਂ ਨੂੰ, ਕਿਹੜਾ ਕੋਈ ਅਕਲ ਮੁੱਲ ਲੱਭਦੀ ਹੁੰਦੀ ਤੇ ਇਹਨਾਂ ਨੂੰ ਬੰਦਾ ਲੈ ਦਿੰਦਾ। ਮੈਂ ਕਿਹਾ ਜਹਾਨਾ ਵੇਖੀ ਆ? ਆਂਹਦਾ ਨਹੀਂ। ਮੈਂ ਕਿਹਾ ਹੈ ਵਿਆਹਦਾ ਆਹੋ? ਮੈਂ ਕਿਹਾ ਕਿਹਨੇ ਦੱਸਿਆ? ਆਂਹਦਾ ਮਦੀਨੇ ਵਾਲੀ ਸਰਕਾਰ ਨੇ ਦੱਸਿਆ। ਇੱਦਾਂ ਤਵੱਜੋ ਕਰੇ ਤੇ ਮੈਂ ਕਿਹਾ ਤੂੰ ਤੇ ਆਂਹਦਾ ਮਦੀਨੇ ਵਾਲੀ ਸਰਕਾਰ ਨੂੰ ਪਤਾ ਹੀ ਕੁਝ ਨਹੀਂ, ਹੈਂ, ਹਜ਼ੂਰ ਨੂੰ ਇਲਮ ਹੀ ਕੋਈ ਨਹੀਂ। ਤੇ ਜਿਹਨੂੰ ਇਲਮ ਨਹੀਂ, ਬਾਬਾ ਜੀ ਜ਼ਰਾ ਗੱਲ ਵੱਲ ਗੌਰ ਕਰਿਓ, ਮੈਂ ਤੁਹਾਡੇ ਪਿੰਡ ਨਾ ਆਇਆ ਹੋਵਾਂ ਤੇ ਮੈਨੂੰ ਕੋਈ ਬੰਦਾ ਪੁੱਛ ਲਵੇ ਕੋਟਲੀ ਫਰੀਦ ਦਾ ਰਸਤਾ ਕਿਹੜਾ? ਤਵੱਜੋ ਕੀਤੀ ਹੈ ਤੁਸੀਂ? ਪਤਾ ਨਹੀਂ ਇਹੋ ਜਿਹੀਆਂ ਗੱਲਾਂ ਵੀ ਤੁਸੀਂ ਪਸੰਦ ਕਰਦੇ ਹੋ ਕਿ ਨਹੀਂ ਕਰਦੇ, ਪਰ ਗੱਲਾਂ ਕੀਮਤੀ ਨੇ, ਸਲਾਹ ਹੋਵੇਗੀ, ਅਕੀਦਾ ਮਜ਼ਬੂਤ ਹੋਵੇਗਾ। ਮੈਨੂੰ ਕੋਈ ਬੰਦਾ ਪੁੱਛ ਲਿਆ ਵੀ ਕੋਟਲੀ ਫਰੀਦ ਕਿੱਥੇ? ਮੈਂ ਆਇਆ ਹੀ ਨਹੀਂ ਕਦੀ ਜ਼ਿੰਦਗੀ 'ਚ, ਮਿਲਿਆ ਹੀ ਨਹੀਂ। ਮੈਂ ਮਿਸਾਲ ਦੇ ਰਿਹਾ, ਮੈਂ ਉਹਨੂੰ ਕੀ ਆਖਾਂਗਾ? ਮੈਂ ਆਖਾਂਗਾ ਭਾਅ ਜੀ ਮੈਨੂੰ ਪਤਾ, ਮੈਨੂੰ ਪਤਾ, ਮੈਨੂੰ ਪਤਾ। ਅਤੇ ਕਿਆਮਤ ਅਜੇ ਕਈ ਹਜ਼ਾਰਾਂ ਸਾਲ ਬਾਅਦ ਆਉਣੀ ਹੈ ਅਤੇ ਨਬੀ ਪਹਿਲਾਂ ਪੇ ਦੱਸਦੇ ਨੇ ਇਹ ਵੀ ਹੋਣਾ ਜੇ, ਇਹ ਵੀ ਹੋਣਾ ਜੇ, ਇਹ ਵੀ ਹੋਣਾ ਜੇ। ਨਬੀ ਨੂੰ ਕਿੰਨੇ ਦੱਸਿਆ? ਕਿਹੜਾ ਉਸਤਾਦ ਸੀ? ਤਵੱਜੋ ਫਰਮਾਓ ਨਾ, ਹਜ਼ੂਰ ਜਾਣਦੇ ਨੇ, ਅੱਲਾ ਨੇ ਇਲਮ ਦਿੱਤਾ। ਆਲਿਮੁਲ ਗਈਬੀ ਫਲਾ ਯੁਜ਼ਹਿਰੁ ਅਲਾ ਗਈਬਿਹੀ ਅਹਦਾ ਇਲਾ ਮਨ ਇਰਤਦਾ ਮਿਰ ਰਸੂਲਿਨ। ਇਹਦਾ ਤਰਜਮਾ ਤਾਂ ਕੋਈ ਬੰਦਾ ਕਰਵਾਓ ਨਾ ਕਿਸੇ ਮੌਲਵੀ ਕੋਲ ਜਾ ਕੇ, ਜਿਹੜਾ ਆਉਂਦਾ ਵੀ ਇਲਮੇ ਗੈਬ ਸਿਰਫ ਅੱਲਾਹ ਤੋਂ ਇਲਾਵਾ ਕਿਸੇ ਕੋਲ ਕੋਈ ਨਹੀਂ। ਇਹ ਸੂਰਤ ਉਲ ਜਿੰਨ ਜੇ ਕਾਰੀ ਸਾਹਿਬ ਕੋਲ ਸੁਬਾਹ ਸੂਰਤ ਜਿੰਨ ਖਲਵਾ ਕੇ ਨਾ ਇਹਦਾ ਤਰਜਮਾ ਲਾਜ਼ਮੀ ਪੜ੍ਹਿਓ, ਇਹ ਜਿਹੜੀ ਆਇਤ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ, ਅਤੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਲਮ ਹੁੰਦਾ ਕਿ ਨਹੀਂ ਹੁੰਦਾ, ਇਲਮੇ ਗੈਬ ਹੁੰਦਾ ਕਿ ਨਹੀਂ ਹੁੰਦਾ। ਗੱਲ ਫਿਰ ਲੰਬੀ ਨਿਕਲ ਜਾਏਗੀ, ਗੱਲ ਫਿਰ ਉੱਧਰ ਟੁੱਟ ਜਾਏਗੀ। ਭਾਈ ਰਿਆਜ਼ ਸਾਹਿਬ ਵੀ ਮੇਰੇ ਵੱਲ ਵੇਖਣਗੇ ਵੀ ਇਹ ਕਿੱਧਰ ਜਾ ਰਹੇ ਨੇ, ਪਰ ਇਹ ਜ਼ਰੂਰੀ ਬਾਤਾਂ ਜੇ ਕਿਸੇ ਵੀ ਨਹੀਂ ਜੇ ਮੌਲਵੀ ਨੇ ਇੱਥੇ ਪੜ੍ਹਨੀਆਂ, ਇਹ ਮੈਂ ਗੱਲ ਹਕੀਕਤ ਪੈਂਦਾ ਜਾਂ ਤਾਂ ਤਵੱਜੋ ਕਰੋ। ਬਾਬਾ ਜੀ ਸਹਾਬੀ ਪਿੱਛੇ ਖਲੋ ਗਏ, ਨਬੀ ਪਾਕ ਨੇ ਫਰਮਾਇਆ ਮੇਰੀ ਊਂਠਣੀ ਦੀ ਲਗਾਮ, ਉੱਚੀ ਬੋਲੋ ਲਗਾਮ ਛੱਡ ਦਿਓ, ਛੋੜ ਦਿਓ, ਇਹਨੂੰ ਪਤਾ। ਜਿਹੜੇ ਉਂਝਦੇ ਸਨ ਇੱਕ ਦੂਜੇ ਵੱਲ ਮੂੰਹ ਕਰਕੇ ਆਖਣ ਲੱਗੇ ਊਂਠਣੀਆਂ ਵੀ ਜਾਣਦੀਆਂ ਨੇ, ਆਏ ਹਾਏ ਹਾਏ ਹਾਏ, ਐ ਊਂਠਣੀਆਂ ਵੀ। ਕਈ ਬੰਦੇ ਬਿਆਨ ਸੁਣ ਕੇ ਬਾਹਰ ਜਾ ਕੇ ਆਉਂਦੇ ਨੇ, ਇਹ ਵੀ ਗੱਲ ਹੈ ਸੀ। ਹੁਣ ਤੂੰ ਨਹੀਂ ਸੁਣੀ ਤਾਂ ਕਸੂਰ ਮੌਲਵੀ ਸਾਹਿਬ ਦਾ ਤਾਂ ਨਹੀਂ ਨਾ, ਜੇ ਤੂੰ ਪਹਿਲੀ ਵਾਰੀ ਸੁਣਨਾ ਪਿਆ ਤਾਂ ਕਸੂਰ ਮੌਲਵੀ ਸਾਹਿਬ ਦਾ ਤਾਂ ਨਹੀਂ ਨਾ, ਤੂੰ ਸਟੱਡੀ ਕਰ, ਰਿਸਰਚ ਕਰ। ਬਾਬਾ ਜੀ ਊਂਠਣੀਆਂ ਵੀ ਜਾਣਦੀਆਂ ਨੇ, ਉੱਤੋਂ ਆਵਾਜ਼ ਆਈ ਉਹ ਖਮੋਸ਼ ਹੋ ਜਾ, ਸਾਰੀਆਂ ਨਹੀਂ ਜਾਣਦੀਆਂ, ਜਿਹਦੇ ਜਿਸਮ ਨਾਲ ਮੁਸਤਫਾ ਦਾ ਜਿਸਮ ਟੱਚ ਹੋ ਜਾਏ ਉਹ ਸਭ ਕੁਝ ਜਾਣਦੀਆਂ। ਸੁਭਾਨ ਅੱਲਾਹ, ਹਜ਼ਰਾ ਜੁਮਲੇ ਸੁਣਿਆ ਜੇ, ਜਦੋਂ ਨਬੀ ਕਰੀਮ ਦੀ ਊਂਠਣੀ ਦੀ ਲਗਾਮ ਛੱਡੀ ਹੈ, ਕੋਟਲੀ ਫਰੀਦ ਆਲੀਆ ਨਬੀ ਸਵਾਰ ਨੇ, ਬੜੇ ਬੜੇ ਚੌਧਰੀ ਪਿੱਛੇ ਹੱਥ ਬਨ ਕੇ ਟੁਰੀ ਆ ਰਹੇ ਨੇ। ਕੋਈ ਕਹਿੰਦਾ ਕਮਲੀ ਵਾਲੀ ਆ ਮੇਰੀ ਹਵੇਲੀ ਆ ਜਾ, ਕੋਈ ਕਹਿੰਦਾ ਹਜ਼ੂਰ ਮੇਰੇ ਵਿਹੜੇ ਆ ਜਾ। ਹੋਏ ਕੋਟਲੀ ਫਰੀਦ ਆਲੀਆ ਜੁਮਲੇ ਜ਼ਾਇਆ ਨਾ ਕਰ ਜਾ ਰਹੇ, ਅੱਲਾ ਦੀ ਕਸਮ ਜੁਮਲੇ ਵੱਡੇ ਦੇਣ ਲਗਾ, ਸਾਰੇ ਪੈਰ ਰੋਂਦੇ ਨੇ। ਅਲਾਮਾ ਸਾਹ ਜਿਹਦੇ ਵਿਹੜੇ ਦੇ ਸਾਹਮਣੇ ਉੱਠਣੀ ਗੁਜ਼ਰ ਜਾਂਦੀ ਹੈ, ਬੀਬੀਆਂ ਵੀ ਰੋਂਦੀਆਂ ਰਹਿ ਜਾਂਦੀਆਂ ਨੇ, ਪੱਛੀਆਂ ਵੀ ਰੋਂਦੀਆਂ ਰਹਿ ਜਾਂਦੀਆਂ ਨੇ। ਕਮਲੀ ਵਾਲੀਆ ਮੇਰਾ ਮਹਿਮਾਨ ਬਣਿਆ ਜੇ, ਹਜ਼ੂਰ ਮੇਰੇ ਵੇੜੇ ਆਇਆ ਰੇ। ਸਾਰਾ ਮਦੀਨਾ ਨਬੀ ਦੀ ਉਠਣੀ ਦੇ ਪਿੱਛੇ ਪਿੱਛੇ, ਸਭ ਨਾਲੋਂ ਪਿੱਛੇ ਇੱਕ ਗੁਲਾਮ ਹੈ ਜਿਹੜਾ ਰੋਈ ਜਾ ਰਿਹਾ ਹੈ, ਸੁਣੀ, ਜਿਹੜਾ ਰੋਈ ਜਾ ਰਿਹਾ ਹੈ, ਜਿਹੜਾ ਤਰਫੀ ਜਾ ਰਿਹਾ ਹੈ, ਹੱਥ ਬਣ ਕੇ ਆਂਦਾ ਮੌਲਾ ਅੱਜ ਕਿਸਮਤ ਬਣਾ ਦੇ, ਮੁਕੱਦਰ ਬਣਾ ਦੇ, ਅੱਜ ਕਿਸਮਤ ਸੰਵਾਰ ਦੇ, ਅੱਜ ਮਦੀਨੇ ਵਾਲਿਆਂ ਨੂੰ ਪਤਾ ਲੱਗ ਜਾਏ ਮੁਹੰਮਦ ਹੋਵੇ ਜਿਹੜਾ ਗਰੀਬਾਂ ਨੂੰ ਸੀਨੇ ਲਾ ਲੈਂਦਾ,
ਮੁਹੰਮਦ ਹੋਵੇ ਕਮਲੀ ਵਾਲਾ ਹੋਵੇ ਮੇਰੇ ਨਬੀ ਜ਼ਮੀਨਾਂ ਨਹੀਂ ਵੇਂਦੇ ਹਜ਼ੂਰ ਮਾਲ ਨਹੀਂ ਵੇਂਦੇ ਹਜ਼ੂਰ ਮਕਾਨ ਨਹੀਂ ਵੇਂਦੇ ਪਿੱਛੇ ਪਿੱਛੇ ਰੋਈ ਜਾ ਰਿਹਾ ਹੈ ਰੋਈ ਜਾ ਰਿਹਾ ਹੈ ਹਨਾ ਕਮਲੀ ਵਾਲੀ ਆ ਇੱਕ ਵਾਰੀ ਮੇਰੇ ਵੇੜੇ ਆ ਜਾ ਸੋਹਣਿਆ ਇੱਕ ਵਾਰੀ ਮੇਰਾ ਮਹਿਮਾਨ ਬਣ ਜਾ ਹਜ਼ੂਰ ਮਾਲ ਵੀ ਕੋਈ ਨਹੀਂ ਹਜ਼ੂਰ ਜ਼ਰ ਵੀ ਕੋਈ ਨਹੀਂ ਹੈ ਕੋਟਲੀ ਫਰੀਦ ਵਾਲੀ ਉਹ ਮੇਰੇ ਵੱਲ ਵੇਖੀ ਆ ਰਹੇ ਪਿੱਛੇ ਪਿੱਛੇ ਰੋਂਦਾ ਪਿਆ ਆਉਂਦਾ ਹੈ ਅਚਾਨਕ ਨਬੀ ਦੀ ਉਠਣੀ ਨੇ ਗਲੀ ਦਾ ਮੋੜ ਮੁੜਿਆ ਹੈ ਸਾਹਮਣੇ ਇੱਕ ਦਰਵਾਜ਼ਾ ਹੈ ਹਜ਼ੂਰ ਦੀ ਉਠਣੀ ਨੇ ਸੱਜੇ ਵੇਖਿਆ ਖੱਬੇ ਵੇਖਿਆ ਹੈ ਤਾਰੀਖਾਂ ਲਿਖਦੀਆਂ ਨੇ ਨਬੀ ਦੀ ਉਠਣੀ ਕਸਬਾ ਉਠਣੀ ਹੈ ਜਿਹਦੇ ਤੇ ਨਬੀ ਸਵਾਰ ਨੇ ਉਠਣੀ ਜ਼ਮੀਨ ਤੇ ਪਈ ਜਾਂਦੀ ਹੈ ਲੋਕੀ ਉਹ ਸਹਾਬੀ ਵੇ ਲੱਭਦੇ ਨੇ ਆਂਦੇ ਨੇ ਓਏ ਮਦੀਨੇ ਵਾਲਿਓ ਅਯੂਬ ਨੂੰ ਬੁਲਾ ਲੋ ਮੁਕਤਰੀ ਚਮਕ ਗਿਆ ਅਯੂਬ ਨੂੰ ਸਾਰੀ ਨੂੰ ਬੁਲਾ ਲੋ ਉਹਨੂੰ ਆਖੋ ਆ ਜਾ ਨਬੀ ਤੇਰਾ ਮਹਿਮਾਨ ਬਣ ਗਿਆ ਅੱਲਾ ਦਾ ਯਾਰ ਤੇਰੇ ਵੇੜੇ ਉਤਰ ਗਿਆ ਅੱਲਾ ਦਾ ਮਹਬੂਬ ਨਬੀ ਤੇਰਾ ਮਹਿਮਾਨ ਬਣ ਰਿਹਾ ਹੈ ਓਏ ਕੋਟਲੀ ਫਰੀਦ ਵਾਲੀ ਆ ਜੁਮਲੇ ਜ਼ਾਇਆ ਨਾ ਕਰ ਯਾਰ ਇੱਕ ਬੰਦੇ ਨੇ ਜਾ ਕੇ ਜਨਾਬੀ ਅਯੂਬ ਅਨਸਾਰੀ ਦੇ ਬਾਜ਼ੂ ਤੂੰ ਫੜਿਆ ਹੈ ਆਂਦਾ ਕਿਉਂ ਰੋਨਾ ਹੈ ਆਂਦਾ ਰੋਨਾ ਵਾ ਨਬੀ ਵੇੜੇ ਆ ਜਾਣ ਫਰਮਾਇਆ ਕਿਸਮਤ ਦੇ ਨਾਜ ਕਰੀ ਜਿਹਨੂੰ ਬੁਲਾਣਾ ਪਿਆ ਸੋਹਣਾ ਆ ਗਿਆ ਨਾਰਾਏ ਤਕਬੀਰ ਨਾਰਾਏ ਰਿਸਾਲਤ ਨਾਰਾਏ ਹੈਦਰੀ ਅਲਾਮਾ ਸੁਲਤਾਨੀ ਸਾਹਿਬ ਮੁਕੱਦਰ ਚਮਕਿਆ ਕਿ ਨਾ ਚਮਕਿਆ ਚਮਕ ਗਿਆ ਜੀ ਤੇ ਚਮਕਿਆ ਕਦੋਂ ਤਰਲੇ ਪਾਉਣ ਨਾਲ ਆਕੜ ਲੈ ਕੇ ਨਹੀਂ ਗੱਲ ਬਣਦੀ ਜਿਹੜਾ ਇਲਮ ਦੀ ਆਕੜ ਹੋਵੇ ਗੱਲ ਉਹਦੇ ਨਾਲ ਵੀ ਨਹੀਂ ਬਣਦੀ ਤੇ ਕੱਪੜਿਆਂ ਦੀ ਆਕੜ ਹੋਵੇ ਗੱਲ ਉਹਦੀ ਵੀ ਨਹੀਂ ਬਣਦੀ ਤੇ ਮਾਲ ਦੀ ਆਕੜ ਹੋਵੇ ਗੱਲ ਉਹਦੀ ਵੀ ਨਹੀਂ ਬਣਦੀ ਮੇਰੀ ਗੱਲ ਯਾਦ ਰੱਖਿਓ ਗੱਲ ਬਣਦੀ ਜੇ ਆਜ਼ੀ ਨਾਲ ਇਨਕਸਾਰੀ ਨਾਲ ਮਿਰਾਜ ਦੀ ਰਾਤ ਹਜ਼ੂਰ ਕਿਹੜਾ ਤੋਹਫ਼ਾ ਲੈ ਕੇ ਗਏ ਸਨ ਬੋਲੋ ਪਤਾ ਜੇ ਕੋਈ ਨਹੀਂ ਕਿਹੜੇ ਤੋਹਫ਼ਾ ਐਤ ਨਹੀਂ ਸੀ ਆਖਿਆ ਮੈਂ 1.25 ਲੱਖ ਨਬੀਆਂ ਦਾ ਇਮਾਮ ਆਇਆ ਮੈਂ ਆਦਮ ਨਬੀ ਦਾ ਸਰਦਾਰ ਆਇਆ ਇੰਜ ਅੱਲਾਹ ਅਜ਼ੀ ਲੈ ਕੇ ਆਇਆ ਇਨਕਸਾਰੀ ਲੈ ਜਨਾਬ ਅਯੂਬ ਅਨਸਾਰੀ ਨੂੰ ਪਤਾ ਲੱਗਾ ਹਜ਼ੂਰ ਦੀ ਸਵਾਰੀ ਬਹਿ ਗਈ ਹੈ ਆਏ ਹਾਏ ਇਸ਼ਕ ਨਾ ਸੁਣੀ ਦੌੜਦੇ ਆਏ ਹਜ਼ੂਰ ਅਜੇ ਨਾ ਉਤਰਿਓ ਹੁਣ ਇਸ਼ਕ ਦੀ ਰੀਤ ਵੇਖਿਓ ਪਿਆਰ ਵੇਖਿਓ ਹਜ਼ੂਰ ਅਜੇ ਨਾ ਉਤਰਿਓ ਹਜ਼ੂਰ ਫਰਮਾਉਂਦੇ ਅਯੂਬ ਖੈਰ ਹੈ ਨਹੀਂ ਹਜ਼ੂਰ ਇੰਜ ਨਹੀਂ ਦੌੜ ਕੇ ਅੰਦਰ ਗਏ ਮਾਂ ਸਜਦੇ 'ਚ ਵੀ ਰੋਂਦੀ ਸੀ ਤਵੱਜੋ ਕਰਿਓ ਯਾਰ ਮਾਂ ਸਜਦੇ 'ਚ ਵੀ ਰੋਂਦੀ ਸੀ ਇੱਕ ਵਾਰੀ ਅੱਲਾਹ ਆਪਣਾ ਮਾਹੀ ਭੇਜ ਮੇਰਾ ਪੁੱਤਰ ਬੜਾ ਤੜਫਦਾ ਪਿਆ ਜੀ ਮੈਂ ਮਾਂ ਬਣਾ ਦੇ ਸੁਣੇ ਨੂੰ ਇੱਕ ਵਾਰੀ ਬਾਬਾ ਜੀ ਮਾਂ ਨੂੰ ਜਾ ਕੇ ਨਾ ਮੱਥਾ ਚੁੰਮ ਕੇ ਆਉਂਦੇ ਨੇ ਅੰਮਾ ਸਿਰ ਚੁੱਕ ਲੈ ਤੇਰੀ ਦੁਆ ਕਬੂਲ ਹੋ ਗਈ ਆ ਸੁਭਾਨ ਅੱਲਾਹ ਤੇ ਮਾਵਾਂ ਦੀਆਂ ਦੁਆਵਾਂ ਕਬੂਲ ਹੋ ਜਾਂਦੀਆਂ ਜੇ ਹਜ਼ਰਤ ਅਬੂ ਅਯੂਬ ਦੀ ਮਾਂ ਦੀ ਦੁਆ ਕਬੂਲ ਹੋਈ ਹੈ ਤੇ ਤੇਰੀ ਮੇਰੀ ਮਾਂ ਦੀ ਦੁਆ ਨਹੀਂ ਕਬੂਲ ਹੋ ਸਕਦੀ ਉਹ ਜੇ ਮਾਂ ਦੁਆ ਕਰੇ ਤੇ ਨਬੀ ਮਹਿਮਾਨ ਬਣ ਜਾਣ ਤੇ ਜੇ ਮਾਂ ਦੁਆ ਕਰੇ ਤੇ ਪੁੱਤਰ ਮੂਸਾ ਨਬੀ ਦਾ ਗਵਾਂਢੀ ਬਣ ਜਾਏ ਕਿਹੜੀ ਗੱਲ ਸੁਣਾਵਾਂ ਤੁਹਾਨੂੰ ਜੇ ਮਾਂ ਦੁਆ ਕਰੇ ਤੇ ਬਾਬਾ ਜੀ ਬੰਦਾ ਜਹੰਨਮ ਚੋਂ ਨਿਕਲ ਕੇ ਜੰਨਤ ਦਾ ਜਨਾਬੇ ਵਾਲਾ ਹੱਕਦਾਰ ਬਣ ਜਾਏ ਮਾਂ ਦੁਆ ਕਰੇ ਤੇ ਜੇ ਮਾਂ ਕੋਈ ਹੋਏ ਸਹੀ ਪਿੱਛੇ ਜਿਨ੍ਹਾਂ ਦੀਆਂ ਟੁਰ ਗਈਆਂ ਨੇ ਉਹ ਕਿਵੇਂ ਦੁਆ ਕਰਵਾਉਣ ਉਹ ਕਿਹਨੂੰ ਆਖਣ ਅੰਮਾ
ਪੁੱਤਰ ਪਰੇਸ਼ਾਨ ਹੈ, ਅੱਲਾ ਕਿਬਲਾ ਤੁਹਾਡੇ ਅਥਰੂ ਕਬੂਲ ਕਰੇ। ਕਿਹਨੂੰ ਰੋ ਕੇ ਆਖਣ ਅੰਮੀ, ਕਾਰੋਬਾਰ ਵੀ ਮੁੱਕ ਗਿਆ ਬਾਬਾ ਜੀ। ਬੰਦਾ ਬੜਾ ਵੀ ਪਰੇਸ਼ਾਨ ਹੋਵੇ ਨਾ, ਮਾਂ ਇੱਕ ਵਾਰੀ ਉਹਨੂੰ ਛਾਤੀ ਦੇ ਨਾਲ ਲਾਵੇ ਤਾਂ ਮੁਸ਼ਕਲਾਂ ਮੁੱਕ ਜਾਂਦੀਆਂ ਜੀ, ਪਰੇਸ਼ਾਨੀਆਂ ਖਤਮ ਹੋ ਜਾਂਦੀਆਂ ਜੀ। ਮਾਂ ਦੇ ਸੀਨੇ ਦੇ ਵਿੱਚ ਠੰਡ ਹੈ, ਮਾਂ ਦੇ ਜਿਸਮ ਨਾਲ ਜਦੋਂ ਬੰਦਾ ਲੱਗਦਾ ਨਾ ਬਾਬਾ ਜੀ, ਤਾਂ ਬੰਦੇ ਨੂੰ ਦੁਨੀਆਂ ਦੀ ਮੁਸ਼ਕਲ ਟੈਨਸ਼ਨ ਮੁੱਕ ਜਾਂਦੀ ਹੈ। ਅਤੇ ਫਿਰ ਮਾਂ ਹੋਵੇ ਨਾ, ਅਤੇ ਬੰਦਾ ਭਾਵੇਂ ਨਾ ਫਰਮਾਨ ਵੀ ਹੋਵੇ ਨਾ ਮਾਂ ਪਿਓ ਦਾ, ਅਤੇ ਮਾਂ ਪਿਓ ਫਿਰ ਵੀ ਉਹਦੇ ਵਾਸਤੇ ਤੜਫਦੇ ਰਹਿੰਦੇ ਨੇ, ਮਾਂ ਪਿਓ ਫਿਰ ਵੀ ਉਹਦੇ ਵਾਸਤੇ ਦੁਆਵਾਂ ਮੰਗਦੇ ਰਹਿੰਦੇ ਨੇ ਕਿ ਯਾ ਅੱਲਾ ਮੇਰੇ ਪੁੱਤਰ ਦਾ ਕੰਮ ਬਣਾ ਦੇ। ਕਾਰੀ ਸਾਹਿਬ, ਮੈਂ ਅਸੀਆਂ ਮਾਵਾਂ ਵੇਖੀਆਂ ਨੇ, ਪੁੱਤਰ ਨੇ ਕਦੀ ਪੁੱਛਿਆ ਹੀ ਨਹੀਂ ਮਾਂ ਨੂੰ, ਅਤੇ ਮਾਂ ਮੈਨੂੰ ਪਤਾ ਕੀ ਆਉਂਦੀ ਹੈ, ਮੌਲਵੀ ਜੀ ਜਿੱਥੇ ਜਾਂਦੇ ਹੋ ਮੇਰੇ ਪੁੱਤਰ ਵਾਸਤੇ ਦੁਆ ਕਰਿਆ ਜੇ। ਹਾਏ ਹਾਏ, ਅਦਰ ਦੇ ਦਿਲ ਨਾ ਸੁਣੀ। ਇੱਕ ਮੈਨੂੰ ਬਾਬਾ ਟਕਰਿਆ, ਕਹਿੰਦਾ ਕਾਰੀ ਸਾਹਿਬ ਮੇਰੇ ਪੁੱਤਰਾਂ ਵਾਸਤੇ ਦੁਆ ਕਰੋ। ਮੈਂ ਕਿਹਾ ਬਾਬਾ ਕਿਹੜੀ ਦੁਆ? ਅੱਲਾ ਉਹਨਾਂ ਨੂੰ ਰੰਗ ਲਾਵੇ। ਕੀ ਲਾਵੇ? ਅੱਲਾ ਉਹਨਾਂ ਨੂੰ ਰੰਗ ਲਾਵੇ। ਅੱਲਾ ਦੀ ਕਸਮ ਉਠਾ ਕੇ ਆਉਣਾ ਚੱਲਿਓ, ਤਾਂ ਮਾਂ ਪਿਓ ਜਦੋਂ ਟੁੱਟ ਜਾਂਦੇ ਜੇ ਨਾ, ਫਿਰ ਟਕਰਾਂ ਵੀ ਮਾਰੇਗਾ ਅਤੇ ਤੈਨੂੰ ਉਹ ਸਕੂਨ ਨਹੀਂ ਮਿਲਣਾ। ਤੂੰ ਲੱਖਪਤੀ ਵੀ ਹੋ ਗਿਆ ਅਤੇ ਤੈਨੂੰ ਉਹ ਸਕੂਨ ਅਤੇ ਉਹ ਚੈਨ ਨਹੀਂ ਮਿਲ ਸਕਦਾ ਜਿਹੜੀ ਮਾਂ ਦੀ ਦੁਆ ਦੇ ਨਾਲ। ਇਸੇ ਵਾਸਤੇ ਤੇ ਆਲ ਅਲ ਇਲਾਨ ਅੱਜ ਕੋਟਲੀ ਫਰੀਦ ਦੀ ਸਰਜ਼ਮੀਨ 'ਚ ਸੁਲਤਾਨੀ ਕਹਿ ਰਿਹਾ ਏ, ਅਜ਼ਮਤਾਂ ਕੀ ਸੁਣਾਵਾਂ। ਇੱਕ ਵਾਰੀ ਸੱਜਾ ਹੱਥ ਬੁਲੰਦ ਕਰਕੇ ਮਾਂ ਨੂੰ ਖਰਾਜ ਅਕੀਦਤ ਪੇਸ਼ ਕਰ, ਮਿਲ ਕੇ ਕਹਿਣਾ ਹੀ, ਅਜ਼ਮਤਾਂ ਕੀ ਸੁਣਾਵਾਂ, ਮਾਂ ਦੀਆਂ ਤਾਰ ਦਿੰਦੀਆਂ ਨੇ। ਕਿਬਲਾ ਸਾਹਿਬ, ਅੱਲਾ ਦੀ ਕਸਮ ਹੈ, ਤਾਰ ਦਿੰਦੀਆਂ ਨੇ ਦੋਵਾਂ। ਮੈਨੂੰ ਰਿਆਜ਼ ਜੁੰਮੇ ਵਾਲੇ ਦਿਨ ਕਹਿਣ ਲੱਗਾ, ਕਾਰੀ ਸਾਹਿਬ ਮੈਨੂੰ ਮਾਂ ਦੀਆਂ ਦੁਆਵਾਂ ਲੱਗੀਆਂ ਨੇ। ਅੱਲਾ ਦੀ ਕਸਮ ਹੈ, ਕੋਟਲੀ ਫਰੀਦ ਆਲੀਆ, ਜਿਹਨੂੰ ਮਾਂ ਪਿਓ ਦੀ ਦੁਆ ਲੱਗ ਜਾਏ, ਰਿਸ਼ਤੇਦਾਰ ਛੱਡ ਜਾਣ, ਹੇ ਵੀਰ ਛੱਡ ਜਾਣ, ਹੇ ਬਰਾਦਰੀ ਵਾਲੇ ਛੱਡ ਜਾਣ, ਅੱਲਾ ਹੀ ਉਹਨੂੰ ਨਹੀਂ ਛੱਡਦਾ ਜਿਹਦੇ ਪਿੱਛੇ ਮਾਂ ਦੀਆਂ ਦੁਆਵਾਂ ਆਉਂਦੀਆਂ ਨੇ, ਜਿਹਦੇ ਪਿੱਛੇ ਬੁੱਢੇ ਬਾਪ ਦੀਆਂ ਦੁਆਵਾਂ ਆਉਂਦੀਆਂ ਨੇ। ਫਿਰ ਮੈਨੂੰ ਕਹਿਣਾ ਪੈਣਾ ਏ, ਤਾਰ ਦਿੰਦੀਆਂ ਨੇ ਦੁਆਵਾਂ। ਇੰਜ ਨਹੀਂ ਯਾਰ, ਇੱਕ ਵਾਰੀ ਮਿਲ ਕੇ, ਤਾਰ ਦਿੰਦੀਆਂ ਨੇ ਦੁਆਵਾਂ, ਮਾਂ ਦੀਆਂ ਓਏ ਕੋਟਲੀ ਫਰੀਦ ਵਾਲਿਆਂ, ਤਾਰ ਦਿੰਦੀਆਂ ਜਿਵੇਂ ਅਬੂ ਅਯੂਬ ਅਨਸਾਰੀ ਦੀ ਮਾਂ ਨੇ ਦੁਆ ਨੇ ਤਾਰਿਆ ਏ, ਨਬੀ ਵੇੜੇ ਆਏ ਨੇ। ਮੈਂ ਗੱਲ ਨੇੜੇ ਲੈ ਗਿਆ, ਜੁਮਨੇ ਸੁਣਿਆ ਨੇ, ਨਬੀ ਪਾਕ ਫਰਮਾਨੇ, ਅਯੂਬ ਜਲਦੀ ਆ ਜੀ ਹਜ਼ੂਰ ਹੁਕਮ ਹੋਵੇ। ਐ ਮਿਸਰਾ ਸੁਣਿਆ ਜੇ, ਹਜ਼ੂਰ ਆ ਡਰੋਏ, ਫਰਮਾਇਆ ਅਯੂਬ ਅਨਸਾਰੀ, ਮੈਂ ਖਾਣਾ ਨਹੀਂ, ਮੈਂ ਪੀਣਾ ਨਹੀਂ, ਸਭ ਨਾਲੋਂ ਪਹਿਲਾਂ ਮੇਰਾ ਖਤ ਲੈ ਕੇ ਆ ਜਾ, ਮੇਰਾ ਖਤ ਲੈ ਕੇ ਆ ਜਾ। ਜੇ ਨਬੀ ਨੂੰ ਇਲਮ ਕੋਈ ਨਹੀਂ, ਜੇ ਨਬੀ ਜਾਣਦਾ ਕੋਈ ਨਹੀਂ, ਅਲਾਮਾ ਸਾਹਿਬ ਮੈਨੂੰ ਇਮਾਨਦਾਰੀ ਨਾ ਦੱਸਿਆ ਰੇ, ਕਿੰਨੇ ਨਬੀ ਨੂੰ ਦੱਸਿਆ ਏ, ਹਜ਼ੂਰ ਖਤ ਅਯੂਬ ਦੇ ਵੇੜੇ, ਹਜ਼ੂਰ ਨਸਲ ਦਰ ਨਸਲ ਖਤ ਆ ਰਿਹਾ ਏ, ਨਸਲਾਂ ਵਿੱਚੋਂ ਖਤ ਜਾਰੀ ਆ ਰਿਹਾ ਏ। ਮੇਰੇ ਮੁਹੰਮਦ ਨੇ ਫਰਮਾਇਆ, ਅਯੂਬ ਖਤ ਲੈ ਕੇ ਆ ਜਾ। ਹਜ਼ਰਤ ਅਯੂਬ ਨੇ ਇਹ ਨਹੀਂ ਆਖੀਆ, ਸੋਹਣਿਆ ਕਿਹੜਾ ਖਤ, ਹਜ਼ੂਰ ਤੁਹਾਨੂੰ ਕਿੰਨੇ ਦੱਸਿਆ ਏ ਖਤ ਮਿਲਿਆ ਏ। ਅਯੂਬ ਅੰਦਰ ਗਏ ਨੇ, ਬਾਬਾ ਜੀ ਸੰਦੂਕ ਖੋਲਿਆ ਏ, ਸੰਦੂਕ ਖੋਲ ਕੇ ਇੱਕ ਰੁਕਾ ਲਿਆ ਏ, ਉਹਨੂੰ ਚੁੰਮਦਾ ਏ, ਆਏ ਹਾਏ
ਉਹਨੂੰ ਚੁੰਮਦਾ ਏ, ਉਹਨੂੰ ਅੱਖਾਂ ਤੇ ਰੱਖਦਾ ਏ, ਉਹਨੂੰ ਸਿਰ ਤੇ ਸਜਾਉਂਦਾ ਏ। ਨਬੀ ਦੀ ਕਚਹਿਰੀ ਚ ਆਇਆ ਏ, ਆਂਦਾ ਹਜ਼ੂਰ ਖਤ ਆ ਗਿਆ ਏ। ਮੇਰੇ ਨਬੀ ਨੇ ਫਰਮਾਇਆ, ਜੁਮਲਾ ਸੁਣਿਓ, ਮੇਰੇ ਨਬੀ ਨੇ ਫਰਮਾਇਆ, ਅਯੂਬ ਕੀ ਸਮਝਣਾ ਏ, ਜਦੋਂ ਖਤ ਲਿਖਿਆ ਜਾ ਰਿਹਾ ਸੀ ਸਾਨੂੰ ਉਦੋਂ ਵੀ ਪਤਾ। ਕੀ ਬਲਾ? ਜਦੋਂ ਖਤ ਲਿਖਿਆ ਜਾ ਰਿਹਾ ਸੀ ਹਜ਼ੂਰ ਨੂੰ ਉਦੋਂ ਵੀ ਪਤਾ ਸੀ, ਪਤਾ ਸੀ, ਇਲਮ ਸੀ। ਇੱਧਰ ਫਰਮਾ, ਮੈਂ ਤੇ ਕੋਈ ਬੰਦਾ ਆਖੇ ਜੀ ਕੋਲੋਂ ਗੱਲ ਕਰਕੇ, ਇੱਧਰ ਫਰਮਾ, ਆਦਮ ਬੈਨਲ ਮਾਈ ਵਤੀ, ਜਦੋਂ ਹਜ਼ਰਤ ਆਦਮ ਮਿੱਟੀ ਤੇ ਪਾਣੀ ਦੇ ਵਿੱਚ ਸਨ, ਮੇਰਾ ਮੁਹੰਮਦ ਉਦੋਂ ਵੀ ਨਬੀ ਸੀ। ਅਲੈਹੀ ਵਸੱਲਮ, ਹਜ਼ੂਰ ਉਦੋਂ ਵੀ ਨਬੀ ਸਨ ਜਦੋਂ ਕੁੱਲ ਵੀ ਨਹੀਂ ਸੀ, ਜਦੋਂ ਨਬੀ ਹੈ ਵੀ ਨਹੀਂ ਸਨ, ਜਦੋਂ ਨਬੀਆਂ ਦੀਆਂ ਰੂਹਾਂ ਵੀ ਨਹੀਂ ਸਨ, ਜਦੋਂ ਨਾ ਜ਼ਮੀਨ ਉਹ ਅਸਮਾਨ ਸੀ, ਹਜ਼ੂਰ ਉਦੋਂ ਵੀ ਨਬੀ ਸਨ। ਇਹਦਾ ਤਵੱਜੋ, ਅਯੂਬ ਅਨਸਾਰੀ ਖਤ ਲੈ ਕੇ ਆਏ, ਹਜ਼ੂਰ ਨੇ ਖਤ ਪੜਿਆ। ਬਾਬਾ ਜੀ ਤਵੱਜੋ ਕਰਿਓ, ਹਜ਼ਰਤ ਅਯੂਬ ਅਨਸਾਰੀ ਆਉਂਦੇ ਨੇ, ਮੇਰੇ ਮੁਕੱਦਰ ਦਾ ਸਿਤਾਰਾ ਚਮਕ ਗਿਆ। ਕੀ ਹੋਇਆ? ਮੁਕੱਦਰ ਦਾ, ਇਹ ਗੱਲ ਬੜੀ ਵੱਡੀ ਆ, ਮੁਕੱਦਰ ਦਾ ਸਿਤਾਰਾ ਚਮਕਿਆ। ਰੱਬੇ ਕਾਬਾ ਦੀ ਇੱਜ਼ਤ ਦੀ ਕਸਮ, ਜਿਹਦੇ ਵਿਹੜੇ ਸੋਹਣਾ ਆ ਜਾਏ, ਇੱਕ ਵਾਰੀ ਬੋਲਿਆ ਜੇ, ਜਿਹਦੇ ਵਿਹੜੇ ਕਮਲੀ ਵਾਲਾ, ਇੱਕ ਵਾਰੀ ਬੋਲਿਆ ਜੇ, ਜਿਹਦੇ ਵਿਹੜੇ ਕਮਲੀ ਵਾਲਾ। ਅਸੀਂ ਤੇ ਸੁਣੀ ਮਾਵਾਂ ਦੇ ਪੁੱਤਰ ਆ, ਅਸੀਂ ਤੇ ਸੁਣੀ ਪਿਓਵਾਂ ਦੇ ਪੁੱਤਰ ਆ, ਅਲਾਮਾ ਸਾਹਿਬ ਰਿਆ ਸਾਹਿਬ, ਅਸੀਂ ਤੇ ਅਲਲ ਇਲਾਨ ਆਖਣਾ ਏ, ਸਾਨੂੰ ਡਰ ਕੋਈ ਨਹੀਂ, ਸਾਨੂੰ ਖੌਫ ਕੋਈ ਨਹੀਂ, ਅਸੀਂ ਤੇ ਅਲਲ ਇਲਾਨ ਸੁਣੀ ਮਾਵਾਂ ਦਾ ਪੁੱਤਰ ਹੋ ਗਏ, ਸੁਣੀ ਮਾਂ ਦਾ ਦੁੱਧ ਪੀਣ ਵਾਲਾ ਪੁੱਤਰ ਹੋ ਗਏ, ਅਸੀਂ ਇਹੋ ਹੀ ਕਹਿਣਾ ਏ, ਤੇਰਾ ਖਾਵਾਂ ਤੇਰੇ ਮੈਂ ਗੀਤ ਗਾਵਾਂ, ਇੰਜ ਨਹੀਂ ਯਾਰ, ਇੱਕ ਵਾਰੀ ਜ਼ੋਕ ਨਾਲ ਹੱਥ ਬੁਲੰਦ ਕਰਕੇ, ਤੇਰਾ ਖਾਵਾਂ ਮੈਂ ਤੇਰੇ ਗੀਤ ਗਾਵਾਂ, ਰਸੂਲ ਅੱਲਾ ਤੇਰਾ ਮੀਲਾ ਮੈਂ ਕਿਉਂ ਨਾ ਮਨਾਵਾਂ। ਯਾ ਰਸੂਲ ਅੱਲਾ ਕਹਿਣਾ, ਹਰ ਸੁਣੀ ਮਾਂ ਦੇ ਪੁੱਤਰ ਨੇ ਹੱਥ ਜੋ ਕੇ, ਜਿਹਨੂੰ ਸਾਰਾ ਨਹੀਂ ਆਉਂਦਾ ਹੈ, ਕਹਿ ਲੈ ਤੇਰਾ ਮੀਲਾ ਤੇ ਮੈਂ ਕਿਉਂ ਨਾ ਮਨਾਵਾਂ। ਯਾ ਨਾ ਯਾ ਰਸੂਲ ਅੱਲਾ ਦੀ ਸਦਾ ਬੁਲੰਦ ਕਰਨੀ ਹੈ, ਯਾ ਰਸੂਲ ਅੱਲਾ ਦੀ ਆਵਾਜ਼ ਬੁਲੰਦ ਕਰਨੀ ਹੈ, ਜਗਾਓ ਗੱਲ ਆ ਗਈ ਜੇ, ਉੱਥੇ ਹੀ ਗੱਲ ਆ ਗਈ ਜੇ, ਜਗਾਓ ਕਿ ਮੇਰੇ ਵੀ ਅਬੂ ਆਏ ਮੁਖਦਰ ਉਸੀ ਤਾਂ ਮੈਂ ਕੀ ਥਾਂ ਲਿਆਵਾਂ। ਇੱਕ ਵਾਰੀ ਹਰ ਨੌਜਵਾਨ ਹੱਥ ਬੁਲੰਦ ਕਰਕੇ, ਯਾਰ ਸੋਲ ਲਾ, ਯਾਰ ਸੋਲ ਲਾ, ਯਾਰ ਸੋਲ ਲਾ, ਬੋਲੋ ਯਾਰ ਸੋਲ ਲਾ, ਯਾਰ ਸੋਲ ਲਾ, ਯਾਰ ਸੋਲ ਲਾ।
ਯਾ ਰਸੂਲ ਅੱਲਾ ਯਾ ਰਸੂਲ ਅੱਲਾ ਯਾ ਰਸੂਲ ਅੱਲਾ ਕਬੀ ਜਾ ਅਕੁਮ ਮਿਨ ਅੱਲਾਹਿ ਨੂਰੁ ਵ ਕਿਤਾਬੁ ਮੁਬੀਨ ਯਾਰ ਸੋਲ ਯਾਰ ਸੋਲ ਜਦੋਂ ਨਬੀ ਵੇੜੇ ਆ ਗਏ ਜਨਾਬੇ ਆਇਓ ਬੰਦੇ ਨੇ ਮੈਨੂੰ ਚਾਹ ਚੜ ਗਿਆ ਮੈਂ ਕਿਹਾ ਮੌਲਾ ਤੇਰਾ ਸ਼ੁਕਰ ਅੱਜ ਮੇਰੇ ਵੇੜੇ ਉਹਦੇ ਕਦਮ ਲੱਗੇ ਨੇ ਜਿਹੜਾ ਨਾ ਲੈਣ ਸਮੇਤ ਅਰਸ਼ਾਂ ਤੇ ਟੁਰ ਗਿਆ ਅੱਲਾ ਨਾਰਾਏ ਤਕਬੀਰ ਨਾਰਾਏ ਰਿਸਾਲਤ ਨਾਰਾਏ ਹੈਦਰੀ ਅਲਮਾ ਸੁਲਤਾਨੀ ਸਾਹਿਬ ਉਲਮਾਏ ਅਹਿਲੇ ਸੁਨਨ ਆਖਰੀ ਗੱਲ ਜੇ ਮਹਿਫਲ ਮੁੱਕ ਗਈ ਜ਼ਿਆਦਾ ਤੁਹਾਨੂੰ ਇੰਤਜ਼ਾਰ ਤਾਂ ਨਹੀਂ ਕਰਾਇਆ ਨਹੀਂ ਨਹੀਂ ਇੱਧਰ ਤਵੱਜੋ ਕਰੋ ਗਰੱਬੇ ਕਾਬਾ ਦੀ ਕਸਮੇ ਗੱਲ ਵੱਡੀ ਜੇ ਇਹ ਗੌਸ ਪਾਕ ਦੀ ਮਹਿਫਲ ਹੈ ਗੌਸ ਪਾਕ ਦਾ ਨਾ ਜ਼ਿਕਰ ਕਰ ਲਈਏ ਕਿਹੜਾ ਕਿਹੜਾ ਯਾਰਵੀਂ ਖਾਂਦਾ ਹੱਥ ਚੁੱਕੇ ਹਾਂ ਇਹ ਤਵੱਜੋ ਕਰਿਓ ਮੈਨੂੰ ਇੱਕ ਮੌਲਵੀ ਕਹਿਣ ਲੱਗਾ ਕਹਿੰਦਾ ਯਾਰਵੀਆਂ ਖਾਂਦੇ ਹੋ ਮੈਂ ਕਿਹਾ ਖਾਂਦੇ ਹਾਂ ਮੈਂ ਕਿਹਾ ਤੁਸੀਂ ਕਹਿੰਦਾ ਅਸੀਂ ਨਹੀਂ ਚੰਗਾ ਸਮਝਦੇ ਮੈਂ ਕਿਹਾ ਉਹ ਕਿਉਂ ਆਉਂਦਾ ਜੀ ਤੁਸੀਂ ਖਤਮ ਪੜ੍ਹਦੇ ਉੱਥੇ ਮਸਲਾ ਬਿਆਨ ਕਰ ਛੱਡੀਏ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੈਨੂੰ ਟੈਨਸ਼ਨ ਕੋਈ ਨਹੀਂ ਕਿਸੇ ਦੀ ਇੱਥੇ ਮੇਰੇ ਕੋਲ ਮਸਲਾ ਪੁੱਛੋ ਬਾਅਦ ਵਿੱਚ ਪੁੱਛੋ ਜਿਹੜਾ ਪੁੱਛਣਾ ਜੇ ਮੈਂ ਇਨਸ਼ਾਅੱਲਾ ਉਸਦਾ ਜਵਾਬ ਕੁਰਾਨ ਹਦੀਸ ਤੋਂ ਜੇ ਮੈਨੂੰ ਆਉਂਦਾ ਹੋਇਆ ਤਾਂ ਮੈਂ ਦੇ ਕੇ ਜਾਵਾਂਗਾ ਇੱਧਰ ਜੁਮਲੇ ਸੁਣ ਕਹਿੰਦਾ ਜੀ ਤੁਸੀਂ ਖਤਮ ਪੜ੍ਹਦੇ ਹੋ ਕਰ ਛੱਡੀਏ ਬਾਬਾ ਕੋਟਲੀ ਫਰੀਦ ਵਾਲਿਓ ਮਸਲਾ ਬਿਆਨ ਚਲੋ ਵੰਡ ਹੋ ਜਾਏ ਮੈਂ ਕਿਹਾ ਮੌਲਵੀ ਜੀ ਉਹ ਕਿਉਂ ਫਿਰ ਬਹਿ ਗਏ ਨਾ ਅਸੀਂ ਉਹਨਾਂ ਦੀ ਮਸਜਿਦ 'ਚ ਅਤੇ ਮੈਂ ਕਿਹਾ ਉਹ ਕਿਉਂ ਉਂਝ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਾਰੀ ਸਾਹਿਬ ਅਸੀਂ ਭਾਬੀਆਂ ਦੇ ਘਰ ਵੀ ਖਤਮ ਪੜ ਆਏ ਜੀ ਤੁਹਾਡੇ ਕੋਲ ਹੀ ਪਿੰਡ ਨਾਂ ਨਹੀਂ ਲੈਣਾ ਪਿੰਡ ਤੁਹਾਡੇ ਕਰੀਬ ਹੀ ਅਤੇ ਜਿਹਨੂੰ ਨਾ ਯਕੀਨ ਹੋਇਆ ਉਹਨੂੰ ਮੈਂ ਨਾਲ ਗੱਡੀ 'ਚ ਬਿਠਾ ਕੇ ਲੈ ਵੀ ਜਾਣਾ ਉਹਨਾਂ ਦੇ ਘਰ ਆਹੋ ਮੈਂ ਤਾਂ ਬੰਦਾ ਕੋਈ ਆਖੇ ਗੌਰਕਾਰੀ ਸਾਹਿਬ ਝੂਠ ਪਏ ਬੋਲ ਦੇਣ ਕੋਲੰਬੇ ਗੱਲ ਕਰ ਦੇਣ ਇਹ ਤੁਹਾਡੇ ਚੌਂਕ ਦੇ ਇੱਧਰ ਨੂੰ ਹੀ ਹੈ ਇਹ ਸਿਰਫ ਇੰਨਾ ਦੱਸ ਦੇਣਾ ਇੱਧਰ ਤਵੱਜੋ ਕਰਵਾ ਹੁਣ ਤੁਹਾਡੇ ਜ਼ਿਹਨ 'ਚ ਆ ਗਿਆ ਹੋਣਾ ਪਿੰਡ ਕਿਹੜਾ ਆਈਆਂ ਦਾ ਜ਼ਿਹਨ 'ਚ ਪਤਾ ਲੱਗ ਜਾਂਦਾ ਇਹ ਸ਼ਰਾਬੀਆਂ ਨੂੰ ਅਤੇ ਚਰਸ ਵਾਲਿਆਂ ਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਨੁੱਕਰ 'ਚ ਚਰਸ ਵਿਕਦੀ ਨਹੀਂ ਲੱਗਦਾ ਅਤੇ ਸ਼ਰਾਬੀ ਨੂੰ ਵੀ ਪਤਾ ਲੱਗ ਜਾਂਦਾ ਵੀ ਕਿਹੜੀ ਦੁਕਾਨ 'ਤੇ ਅਗਲਿਆਂ ਛੁਪਾ ਕੇ ਰੱਖੀਏ ਬਾਬਾ ਜੀ ਭੈੜੇ ਬੰਦੇ ਨੂੰ ਭੈੜੇ ਨਜ਼ਰ ਆ ਜਾਂਦੇ ਨੇ ਅਤੇ ਚੰਗਿਆਂ ਨੂੰ ਚੰਗੇ ਨਜ਼ਰ ਆ ਜਾਂਦੇ ਨੇ ਮੈਨੂੰ ਇੱਕ ਕਹਿਣ ਲੱਗਾ ਆਉਂਦਾ ਵਲੀ ਅਜੇ ਵੀ ਹੈ ਨੇ ਮੈਂ ਕਿਹਾ ਹੈ ਨੇ ਆਉਂਦਾ ਲੱਭਦੇ ਨਹੀਂ ਮੈਂ ਤੁਸੀਂ ਵੇਖਿਆ ਕਦੋਂ ਮੈਂ ਤੁਸੀਂ ਵੇਖਿਆ ਕਦੋਂ ਮੈਂ ਉਹ ਕੋਈ ਵੇਖੋ ਤਾਂ ਤੁਹਾਨੂੰ ਲੱਭੇ ਨਾ ਹਕੀਮ ਅਬਦੁੱਲਾਹੀ ਸਾਹਿਬ ਨੂੰ ਜਾਣਦੇ ਹੋ ਆ ਸਿਆਲਕੋਟ ਵਾਲੇ ਰੂਮੀ ਅਸਰ ਹੋਏ ਨੇ ਰੂਮੀ ਅਸਰ ਇਹ ਕਿਬਲਾ ਜਾਣਦੇ ਨੇ ਹਕੀਮ ਅਬਦੁੱਲਾਹੀ ਸਾਹਿਬ ਗੱਲ ਸੁਣਾਉਂਦੇ ਨੇ ਆਪਣੇ ਵਾਲਦ ਸਾਹਿਬ ਦੀ ਹਕੀਮ ਖਾਦਮ ਅਲੀ ਸਾਹਿਬ ਦੀ ਹਕੀਮ ਖਾਦਮ ਅਲੀ ਸਾਹਿਬ ਨੂੰ ਬਾਬੇ ਉਹ ਚਿੱਟੀਆਂ ਦਾੜੀਆਂ ਵਾਲੇ ਸੁਣਿਓ ਗੱਲ ਹਕੀਮ ਖਾਦਮ ਅਲੀ ਸਾਹਿਬ ਕੋਲ ਉਹ ਬੰਦੇ ਆਏ ਅਤੇ ਕਹਿਣ ਲੱਗੇ ਮੀਆਂ ਜੀ ਆਉਂਦੇ ਸਨ ਆਪ ਨੂੰ ਨਾ ਮੀਆਂ ਜੀ ਆਉਂਦੇ ਸਨ ਮੀਆਂ ਜੀ ਅਸੀਂ ਪਹੁੰਚੇ ਨਹੀਂ ਗੱਲ ਸੁਣਿਓ ਅਸੀਂ ਪਹੁੰਚੇ ਅਤੇ ਹਕੀਮ ਆਦਮ ਅਲੀ ਮੁਸ਼ਕਰਾ ਕੇ ਆਉਂਦੇ ਨੇ ਤੁਸੀਂ ਟੁਰੇ ਕਦੋਂ ਸੋ ਗੱਲ ਡੂੰਘੀ ਹੈ ਜ਼ਰਾ ਹਰ ਬੰਦੇ ਨੂੰ ਸਮਝ ਨਹੀਂ ਆਉਣੀ ਤੁਸੀਂ ਟੁਰੇ ਕਦੋਂ ਸੋ ਬਾਬਾ ਜੀ ਬੰਦਾ ਘਰੋਂ ਨਿਕਲੇ ਨਾ ਅਤੇ ਆਖੇ ਮੈਂ ਬਰਾਤ ਨਾਲ ਗਿਆ ਹੀ ਨਹੀਂ
ਮੇਰੇ ਕੋਲ ਪਹੁੰਚਣ ਹੀ ਨਹੀਂ ਹੋਇਆ। ਲੋਕਾਂ ਨੇ ਆਖਣਾ ਵੀ ਤੂੰ ਤੁਰਿਆ ਕਦੋਂ ਵੀ ਤੇਰੇ ਕੋਲ ਪਹੁੰਚਣ ਨਹੀਂ ਹੋਇਆ। ਉਹਨਾਂ ਫਰਮਾਇਆ ਵੀ ਤੁਰੋਗੇ ਤਾਂ ਕਿਤੇ ਪਹੁੰਚੋਗੇ ਨਾ ਬਾਬਾ ਜੀ, ਲੱਭਣਾ ਹੋਵੇ ਨਾ ਤੇ ਬੰਦੇ ਨੂੰ ਪਤਾ ਹੁੰਦਾ ਵੀ ਪੂਰੇ ਲਾਈ ਬਾਜ਼ਾਰ ਵਿੱਚ ਫਲਾਣੀ ਦੁਕਾਨ ਕਿੱਥੇ ਵੇ। ਇਹ ਗੱਲ ਨੂੰ ਸੁੱਟ ਨਾ ਪਾਇਓ, ਜੇ ਲੱਭਣੀ ਹੋਵੇ ਚੀਜ਼ ਹਰ ਬੰਦੇ ਨੂੰ ਪਤਾ। ਗੱਲ ਸੁਣਿਓ ਬਾਬਾ ਜੀ, ਤੇ ਜੇ ਸਾਨੂੰ ਨਹੀਂ ਲੱਭਦੇ ਤੇ ਵਲੀ ਨਹੀਂ ਲੱਭਦੇ, ਔਲੀਆ ਅੱਲਾ ਨਹੀਂ ਲੱਭਦੇ। ਬਾਬਾ ਅੱਲਾ ਦੇ ਵਲੀਆਂ ਦੀ ਮੁਹੱਬਤ ਇਹ ਕੁਰਾਨ ਨੇ ਦੱਸੀ ਹੈ। ਕਿੰਨੇ ਦੱਸੀ ਹੈ? ਤੁਸੀਂ ਮੇਰੇ ਕੋਲ ਸਵਾਲ ਕਰੋਗੇ ਜੀ, ਉਹ ਚਲੋ ਖਤਮ ਵਾਲਾ ਮਸਲਾ ਵਿੱਚ ਰਹਿ ਜਾਣਾ, ਫਿਰ ਇੱਧਰ ਗੱਲ ਟੁੱਟ ਪੈਣੀ, ਮੈਨੂੰ ਫਿਰ ਜ਼ਿਹਨ 'ਚ ਨਹੀਂ ਰਹਿਣਾ ਜੀ। ਖਤਮ ਤੁਸੀਂ ਪੜ੍ਹ ਦਿਓ, ਮੈਂ ਆਖਿਆ ਪੜ੍ਹਦੇ ਹਾਂ। ਇਹ ਜਿਸ ਖਾਣੇ 'ਤੇ ਖਤਮ ਪੜਿਆ ਜਾਏ ਉਹ ਆਰਾਮ ਹੋ ਜਾਂਦਾ, ਆਉਂਦੇ ਨੇ ਕਿ ਨਹੀਂ ਆਉਂਦੇ? ਉਹ ਤੁਸੀਂ ਨਹੀਂ ਕਦੀ ਸੁਣਿਆ? ਬੋਲਦੇ ਨਹੀਂ ਵੀ ਡਰ ਗਏ ਹੋ ਯਾਰ ਤੁਸੀਂ, ਤਾਂ ਮੈਂ ਗੱਲ ਪਿਆ ਕਰਨਾ ਕੈਮਰਿਆਂ ਦੇ ਸਾਹਮਣੇ ਪਿਆ ਕਰਨਾ, ਜਦੋਂ ਮੈਂ ਨਹੀਂ ਡਰਦਾ ਪਿਆ ਤਾਂ ਤੁਸੀਂ ਕਾਹ ਤੂੰ ਡਰਦੇ ਹੋ? ਫੜਿਆ ਤਾਂ ਮੈਨੂੰ ਜਾਣਾ ਨਾ, ਮੈਨੂੰ ਮੇਰੇ ਨਾਲ ਗੱਲ ਕਿਸੇ ਕਰਨੀ ਹੈ? ਤੁਸੀਂ ਤਾਂ ਸੁਣ ਨਾ ਲਿਓ। ਇਹੋ ਜਿਹੇ ਖਾਣੇ 'ਤੇ ਖਤਮ ਪੜਿਆ ਜਾਵੇ ਤਾਂ ਖਾਣਾ ਕੀ ਹੋ ਜਾਂਦਾ? ਉਹ ਭਾਵੇਂ 11ਵੀਂ ਦਾ ਹੋਵੇ ਅਤੇ ਭਾਵੇਂ 12ਵੀਂ ਦਾ ਹੋਵੇ ਅਤੇ ਭਾਵੇਂ ਉਹ 10ਵੇਂ ਦਾ ਖਤਮ ਹੋਵੇ ਅਤੇ ਭਾਵੇਂ 40ਵੇਂ ਦਾ ਹੋਵੇ, ਉਂਝ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਚੋਰੀ ਚੋਰੀ ਉਹ ਵੀ ਖਾਈ ਜਾਂਦੇ ਜੀ। ਸਾਡੀ ਤਾਂ ਫੀਲਡ ਹੈ ਨਾ ਬਾਬਾ ਜੀ, ਮੈਂ ਜਿੱਥੇ ਜੁੰਮਾ ਪੜ੍ਹਾਉਣਾ ਮੈਂ ਤੁਹਾਨੂੰ ਉੱਥੇ ਵੀ ਲਾਈ ਜਾਣਾ, ਅਸਾਂ ਪੂਰੀਆਂ ਨਖੇੜੇ ਕੱਢੇ ਨੇ, ਪੂਰੀਆਂ ਵੰਡਾਂ ਕੀਤੀਆਂ ਨੇ। ਚੋਰੀ ਚੋਰੀ ਉਹ ਵੀ ਖਾਈ ਜਾਂਦੇ ਜਿੱਥੇ ਕੋਈ ਨੇ ਨਾ ਵਹਿੰਦਾ ਹੋਵੇ, ਉੱਥੇ ਬੁਰਕੀ ਲਾ ਲੈਂਦੇ ਨੇ। ਇੱਧਰ ਤਵੱਜੋ, ਕਹਿੰਦਾ ਜੀ ਜਿਸ ਖਾਣੇ 'ਤੇ ਬਿਸਮਿਲ੍ਲਾ ਸ਼ਰੀਫ ਜਾਂ ਕੋਈ ਵੀ ਕੁਰਾਨ ਪਾਕ ਦੀ ਆਇਤ ਪੜ੍ਹੀ ਜਾਵੇ ਖਾਣਾ ਕੀ ਹੋ ਜਾਂਦਾ? ਇਹ ਅਗਲੇ ਬੰਦੇ ਕਹਿੰਦੇ ਨੇ, ਸਾਡਾ ਤਾਂ ਨਹੀਂ ਅਕੀਦਾ, ਅਗਲੇ ਬੰਦੇ ਕਹਿੰਦੇ। ਮੈਂ ਕਿਹਾ ਠੀਕ ਹੈ, ਮੈਂ ਕਿਹਾ ਤੂੰ ਨਬੀ ਪਾਕ ਦੀ ਹਦੀਸ ਨਹੀਂ ਪੜ੍ਹੀ? ਕਹਿੰਦਾ ਕਿਹੜੀ? ਮੈਂ ਕਿਹਾ ਬੁਖਾਰੀ ਦੇ ਅੰਦਰ ਵੀ ਮੌਜੂਦ ਹੈ, ਮੁਸਲਿਮ ਦੇ ਅੰਦਰ ਵੀ ਮੌਜੂਦ ਹੈ ਅਤੇ ਮਿਸ਼ਕਾਤ ਦੇ ਅੰਦਰ ਵੀ ਮੌਜੂਦ ਹੈ, ਮੈਂ ਤੈਨੂੰ ਵਿਖਾ ਦਿਆਂਗਾ। ਆਂਦਾ ਉਹ ਕਿਹੜੀ? ਮੈਂ ਕਿਹਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਕੀ ਫਰਮਾਇਆ? ਖਾਣਾ ਸ਼ੁਰੂ ਕਰਨ ਤੋਂ ਪਹਿਲਾਂ ਕੀ ਕਰਨਾ? ਜਿਹਨੇ ਸੁਣੀ ਉਹ ਬੋਲੇ। ਕੀ ਪੜ੍ਹਨਾ? ਕੀ ਪੜ੍ਹਨਾ? ਹਦੀਸ ਹੈ ਵੇ ਕਿ ਕੋਲੋਂ ਬਿਆਨਾ ਵਾ? ਜਿਹੜਾ ਆਂਦਾ ਹੈ ਵੇ ਹੱਥ ਖੜਾ ਕਰੇ। ਠੀਕ ਹੈ ਜੀ, ਕਿਬਲਾ ਤੁਸੀਂ ਵੀ ਮੁਤਮਈਨ? ਇੱਧਰ ਤਵੱਜੋ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਵੀ ਖਾਣਾ ਸ਼ੁਰੂ ਕਰਨ ਤੋਂ ਪਹਿਲਾਂ ਕੀ ਪੜ੍ਹਨਾ? ਕਦੀ ਇਹ ਹਦੀਸ ਦੇ ਵਿੱਚ ਆਇਆ ਵੇ ਕਿ ਜਦੋਂ ਬਿਸਮਿਲ੍ਲਾ ਪੜ੍ਹਨੀ ਖਾਣਾ ਚੁੱਕ ਕੇ ਪਰਾਂ ਕਰ ਲਿਓ? ਬੋਲੋ ਤੇ ਸਹੀ, ਸੁਣੀਓ, ਆਹ ਤਵੱਜੋ ਕਰੋ, ਮੈਂ ਅਕੀਦੇ ਦੀ ਤੁਹਾਨੂੰ ਮੋਹਰ ਪਿਆ ਲਾਂਦਾ ਜੇ ਉਹ ਕੋਈ ਇੱਕ ਹਦੀਸ ਵਿੱਚ ਆਇਆ ਹੋਵੇ। ਇਹ ਤਾਂ ਹਦੀਸ ਨੂੰ ਸਾਰੇ ਮੰਨਦੇ ਨਾ, ਸਾਰੇ ਮਸਲਕ ਵਾਲੇ ਸਾਰੇ ਮੰਨਦੇ ਨੇ ਕਿ ਖਾਣਾ ਸ਼ੁਰੂ ਕਰਨ ਤੋਂ ਪਹਿਲਾਂ ਕੀ ਪੜ੍ਹਨਾ? ਜਿਹਨੂੰ ਜਿਸ ਮਰਜ਼ੀ ਮੌਲਵੀ ਨੂੰ ਪੁੱਛੋ, ਜਿਸ ਮਰਜ਼ੀ ਮਸਜਿਦ ਟੁੱਟ ਜਾਓ ਵੀ ਖਾਣਾ ਖਾਣ ਤੋਂ ਪਹਿਲਾਂ ਕੀ ਪੜ੍ਹਨਾ? ਉਹਨੇ ਕਿਹਾ ਜੀ ਬਿਸਮਿਲ੍ਲਾ ਪੜ੍ਹਨੀ। ਅੱਛਾ, ਇੱਧਰ ਤਵੱਜੋ, ਗੱਲ ਜ਼ਾਇਆ ਨਾ ਕਰਿਓ, ਵੀ ਬੜਾ ਵੱਡਾ ਮਸਲਾ ਜਾ ਜੇ, ਚਲੋ ਇਹ ਵੀ ਹੱਲ ਹੋ ਜਾਏ। ਅੱਛਾ ਜੀ, ਬਿਸਮਿਲ੍ਲਾ ਪੜ੍ਹਨੀ ਕਿਹਨੇ ਫਰਮਾਇਆ? ਨਬੀ ਪਾਕ ਨੇ। ਮੈਂ ਕਿਹਾ ਨਬੀ ਪਾਕ ਨੇ ਇਹ ਤਾਂ ਨਹੀਂ ਆਖਿਆ ਵੀ ਜਦੋਂ ਬਿਸਮਿਲ੍ਲਾ ਪੜ੍ਹਨੀ ਖਾਣਾ ਸਾਹਮਣੇ ਨਾ ਹੋਵੇ? ਹੈ ਵੇ ਕਿਸੇ ਹਦੀਸ ਵਿੱਚ? ਸੁਣਿਆ ਜੇ ਕਿਤੇ? ਪੜ੍ਹਿਆ ਜੇ? ਆਂਦਾ ਨਹੀਂ। ਮੈਂ ਕਿਹਾ ਨਬੀ ਪਾਕ ਨੇ ਕੀ ਫਰਮਾਇਆ? ਖਾਣਾ ਸਾਹਮਣੇ ਹੋਵੇ ਤਾਂ ਕੀ ਕਰਨਾ? ਖਾਣਾ ਸ਼ੁਰੂ ਕਰਨ ਤੋਂ ਪਹਿਲਾਂ, ਅਤੇ ਜਦੋਂ ਅੱਗੇ ਹੀ ਕੋਈ ਚੀਜ਼ ਨਹੀਂ ਤਾਂ ਸ਼ੁਰੂ ਕੀ ਕਰਨਾ ਜੇ? ਉਹ ਸਮਝਦੇ ਨਹੀਂ ਪਏ। ਹੁਣ ਇੱਥੇ ਜੋ ਅੱਗੇ ਕੋਈ ਚੀਜ਼ ਫਰੂਟ ਨਾ ਪਿਆ ਹੋਵੇ ਤਾਂ ਮੈਨੂੰ ਕਾਰੀ ਸਾਹਿਬ ਆਖਣ, ਅਲਾਮਾ ਸਾਹਿਬ ਸ਼ੁਰੂ ਕਰੋ, ਸ਼ੁਰੂ ਕਰੋ ਬਿਸਮਿਲ੍ਲਾ ਪੜ੍ਹੋ, ਤਾਂ ਮੈਂ ਆਖਣਾ ਅੱਗੇ ਕੋਈ ਰੱਖੋ ਵੀ ਤਾਂ ਬਿਸਮਿਲ੍ਲਾ ਪੜ੍ਹੀਏ ਨਾ। ਮੈਂ ਤਾਂ ਤੁਹਾਨੂੰ ਚਟਕੀਆਂ ਜੀ ਮਿਸਾਲਾਂ ਦੇ ਦੇ ਕੇ ਗੱਲਾਂ ਸਮਝਾਉਣਾ ਪਿਆ ਵਾਂ ਵੀ ਸਮਝੋ ਵੀ ਆ ਸਾਡਾ ਕੀਦਾ ਕਿੱਡਾ ਪਾਕ ਅਤੇ ਸਾਫ ਹੈ। ਬਾਬਾ ਜੀ ਅੱਗੇ ਚੀਜ਼ ਹੋਣੀ ਤਾਂ ਬਿਸਮਿਲ੍ਲਾ ਪੜ੍ਹੀ ਜਾਣੀ ਹੈ, ਅਤੇ ਖਾਣਾ ਅੱਗੇ ਰੱਖ ਕੇ ਨਬੀ ਪਾਕ ਨੇ ਫਰਮਾਇਆ ਬਿਸਮਿਲ੍ਲਾ ਪੜ੍ਹ। ਮੈਂ ਕਿਹਾ ਮੌਲਵੀ ਹੁਣ ਤੇਰੀ ਮੰਨੀਏ ਜ਼ਹਰਾ ਦੇ ਬਾਬੇ ਦੀ ਮੰਨੀਏ? ਮਿਹਰਬਾਨੀ ਜਨਾਬ, ਮਿਹਰਬਾਨੀ, ਮੈਂ ਮਿੰਬਰ 'ਤੇ ਬੈਠਾ ਇੱਥੇ, ਤੇਰੀ ਮੰਨੀਏ ਹਜ਼ੂਰ ਦੀ ਮੰਨੀ। ਆਂਦਾ ਉਹ ਕਿਉਂ? ਮੈਂ ਕਿਹਾ ਨਬੀ ਪਾਕ ਨੇ ਫਰਮਾਇਆ ਖਾਣੇ ਤੋਂ ਪਹਿਲਾਂ ਬਿਸਮਿਲ੍ਲਾ ਪੜ੍ਹ, ਤੂੰ ਆਨਾ ਵੇ ਕਿ ਖਾਣਾ ਹਰਾਮ ਹੋ ਜਾਂਦਾ। ਆਂਦਾ ਬਿਸਮਿਲ੍ਲਾ ਆਖੀਏ, ਅਤੇ ਮੈਂ ਕਿਹਾ ਬਿਸਮਿਲ੍ਲਾ ਕੁਰਾਨ ਦਾ ਹਿੱਸਾ ਨਹੀਂ? ਕੁਰਾਨ ਪਾਕ ਲੈ ਕੇ ਆਓ, ਮੈਂ ਤੁਹਾਨੂੰ ਬਿਸਮਿਲ੍ਲਾ ਵਿਖਾਉਣਾ ਵਿੱਚੋਂ। ਐ ਕਿ ਨਹੀਂ ਐ ਕਰ ਸਾ? ਐ ਨਹੀਂ ਵੀ ਸੂਰਤਾਂ ਤੋਂ ਪਹਿਲਾਂ, ਸੂਰਤਾਂ ਦੇ ਵਿੱਚ ਵੀ ਬਿਸਮਿਲ੍ਲਾ ਲਿਖੀ ਹੈ,
ਇੱਧਰ ਤਵੱਜੋ ਵਾਲਾ ਐਲਾਨ ਗੱਲ ਪਿਆ ਕਰਨਾ, ਦੋ ਵੀ ਹੱਥ ਬੁਲੰਦ ਕਰਕੇ ਕਰਨਾ ਪਿਆ ਔਰ ਡੰਕੇ ਦੀ ਚੋਟ ਤੇ ਪਿਆ ਕਰਨਾ। ਬਾਬਾ ਜੀ ਮੈਂ ਕਿਹਾ ਵੀ ਜਿਸ ਖਾਣੇ ਤੇ ਬਿਸਮਿਲਾ ਪੜੀ ਜਾਵੇ ਤੇ ਤੂੰ ਆਨਾ ਆਰਾਮ ਹੋ ਜਾਂਦਾ ਤੇ ਨਬੀ ਫਰਮਾਰੇ ਨੂੰ ਬਰਕਤ ਪੈਂਦੀ ਹੈ। ਕਦੀ ਤੁਸੀਂ ਵੀ ਕਿਸੇ ਨੂੰ ਪੁੱਛ ਲਿਆ ਕਰੋ ਵੀ ਭਾਅ ਜੀ ਸਾਡਾ ਵੀ ਕੋਈ ਮਸਲਾ, ਤੁਸੀਂ ਅਸੀਂ ਸੁਣ ਕੇ ਪਰੇਸ਼ਾਨ ਹੋ ਜਾਣਾ। ਉਹ ਜੀ ਅਸੀਂ ਤਾਂ ਮੌਲਵੀ ਸਾਹਿਬ ਨੂੰ ਪੁੱਛਿਆ ਹੀ ਨਹੀਂ। ਉਹ ਆਉਂਦਾ ਪਿਆ ਸੀ ਖਤਮ ਕਿੱਥੇ ਲਿਖਿਆ? ਕੁਰਾਨ 'ਚ ਖਤਮ ਲਿਖਿਆ, ਬੁਖਾਰੀ 'ਚ ਖਤਮ ਲਿਖਿਆ, ਮੁਸਲਿਮ 'ਚ ਖਤਮ ਲਿਖਿਆ, ਕਿਸੇ ਹਦੀਸ ਦੀ ਕਿਤਾਬ 'ਚ ਖਤਮ ਲਿਖਿਆ? ਇੱਧਰ ਤਵੱਜੋ, ਅਸੀਂ ਪਰੇਸ਼ਾਨ ਹੋ ਜਾਣਾ ਯਾਰ, ਅਸਾਂ ਤਾਂ ਕੋਈ ਨਹੀਂ ਪੜ੍ਹਿਆ ਕਿਤਲੇ ਅਤੇ ਨਾ ਕਦੀ ਸੁਣਿਆ। ਇੱਧਰ ਤਵੱਜੋ ਕਰਿਓ, ਬਾਬਾ ਜੀ ਜੇ ਬਿਸਮਿਲਾ ਖਾਣੇ 'ਤੇ ਪੜ੍ਹੀ ਜਾਏ ਤਾਂ ਖਾਣਾ ਹਰਾਮ ਨਹੀਂ ਹੁੰਦਾ, ਅਤੇ ਜੇ ਚਾਰ ਸੂਰਤਾਂ ਵੱਧ ਪੜ੍ਹ ਲਈਏ ਤਾਂ? ਜਿਹਨੂੰ ਸਮਝ ਆਵੀ ਉਹ ਬੋਲੇ ਇੱਕ ਵਾਰੀ। ਉਹ ਜੇ ਚਾਰ ਸੂਰਤਾਂ ਵੱਧ ਪੜ੍ਹ ਲਈਏ, ਜੇ ਚਾਰ ਕੁੱਲ ਪੜ੍ਹ ਲਈਏ, ਬਿਸਮਿਲਾ ਪੜ੍ਹਨ ਨਾਲ ਹਰਾਮ ਨਹੀਂ ਹੋਇਆ? ਨਬੀ ਪਾਕ ਨੇ ਫਰਮਾਇਆ ਬਰਕਤ ਪਈ ਹੈ, ਤੂੰ ਆਉਂਦਾ ਆਰਾਮ ਹੋ ਗਿਆ। ਹਜ਼ੂਰ ਫਰਮਾਉਂਦੇ ਨੇ ਬਰਕਤ ਵੀ ਪੈਂਦੀ, ਮੌਲਵੀ ਆਉਂਦਾ ਪਿਆ ਆਰਾਮ ਹੋਇਆ। ਹੁਣ ਦੱਸੋ ਮੌਲਵੀ ਦੀ ਮੰਨਣੀ ਜੇ ਜਾਂ ਮਦੀਨੇ ਵਾਲੇ ਸਰਕਾਰ ਦੀ ਮੰਨਣੀ ਜੇ? ਹਜ਼ੂਰ ਦੀ ਮੰਨਣੀ ਹੈ ਨਾ, ਜਿਹਨਾਂ ਕਬਰ ਵਿੱਚ ਆਉਣਾ। ਮੌਲਵੀ ਤਾਂ ਕਈ ਜਨਾਜ਼ੇ 'ਤੇ ਵੀ ਦੁਆ ਨਹੀਂ ਮੰਗਦੇ, ਆਉਂਦੇ ਨੇ ਚਲੋ ਮੁੱਕ ਗਿਆ ਜਨਾਜ਼ਾ, ਚਲੋ ਘਰੋ ਘਰ ਹੀ ਚਲੀਏ। ਇੱਧਰ ਤਵੱਜੋ ਕਰੋ, ਬਾਬਾ ਜੀ ਖਾਣੇ 'ਤੇ ਬਿਸਮਿਲਾ ਪੜੀ ਜਾਏ ਤਾਂ ਖਾਣਾ ਆਰਾਮ ਨਹੀਂ ਹੁੰਦਾ, ਅਤੇ ਜੇ ਖਤਮ ਪੜਿਆ ਜਾਏ ਤਾਂ ਫਿਰ ਕਿੱਥੋਂ ਆਰਾਮ ਹੋ ਗਿਆ? ਉਹ ਕੋ ਸਾਨੂੰ ਦਲੀਲ ਵੀ ਦਵੋ ਨਾ ਵੀ ਖਾਣਾ ਆਰਾਮ ਕਿਵੇਂ ਹੋਇਆ, ਕਿਵੇਂ ਆਰਾਮ ਹੋ ਗਿਆ ਖਾਣਾ? ਹਰਾਮ ਨਹੀਂ ਹੁੰਦਾ, ਬਰਕਤ ਪੈਂਦੀ ਹੈ। ਅਸੀਂ ਐਵੇਂ ਨਹੀਂ ਅੱਗੇ ਫਰੂਟ ਰੱਖ ਕੇ ਅਤੇ ਖਤਮ ਪੜ੍ਹਦੇ, ਅਸੀਂ ਐਵੇਂ ਨਹੀਂ ਅੱਗੇ ਲੰਗਰ ਰੱਖ ਕੇ ਅਤੇ ਬਿਸਮਿਲਾ ਪੜ੍ਹਦੇ। ਬਿਸਮਿਲਾ ਕੁਰਾਨ ਦਾ ਹਿੱਸਾ, ਅਤੇ ਜੇ ਇੱਕ ਬਿਸਮਿਲਾ ਪੜ੍ਹੀ ਜਾਏ ਤਾਂ ਖਾਣੇ ਨੂੰ ਫਰਕ ਨਹੀਂ ਪੈਂਦਾ, ਅਤੇ ਜੇ ਸੂਰਤ ਫਾਤਿਹਾ ਵੀ ਪੜ੍ਹ ਲਈ ਜਾਏ ਤਾਂ ਫਿਰ ਵੀ ਖਾਣੇ ਨੂੰ ਫਰਕ ਖਾਣੇ ਨੂੰ ਫਰਕ ਨਹੀਂ ਪੈਂਦਾ। ਇਸ ਵਾਸਤੇ ਇਹ ਜ਼ਰੂਰੀ ਮਸਲੇ ਨੇ। ਮੈਂ ਅਗਰ ਟਾਈਮ ਹੁੰਦਾ ਨਾ ਤਾਂ ਮੈਂ ਤੁਹਾਨੂੰ ਕੱਟੇ ਦੀ ਕੁਰਬਾਨੀ 'ਤੇ ਵੀ ਇੱਥੇ ਦਲੀਲਾਂ ਦੇ ਕੇ ਜਾਂਦਾ, ਉਹ ਵੀ ਬੜਾ ਵੱਡਾ ਮਸਲਾ, ਲਾਮਾ ਸਾਹਿਬ ਨੂੰ ਪਤਾ, ਆਮ ਬੰਦਿਆਂ ਨੂੰ ਨਹੀਂ ਪਤਾ। ਕਈ ਬੰਦਿਆਂ ਦੇ ਨਾ ਕੱਟੇ ਦੀ ਕੁਰਬਾਨੀ ਨਹੀਂ ਜਾਇਜ਼। ਚਲੋ ਫਿਰ ਜ਼ਿੰਦਗੀ ਰਹੀ ਤਾਂ ਫਿਰ ਬਿਆਨ ਕਰਾਂਗੇ। ਆਖਰੀ ਗੱਲ ਸੁਣੋ ਯਾਰ, ਟਾਈਮ ਬੜਾ ਹੋ ਗਿਆ, ਸੁਬਹ ਅਸੀਂ ਫਿਰ ਕਸੂਰ ਨਿਕਲਣਾ। ਹਜ਼ੂਰ ਗੌਸ ਪਾਕ, ਕੌਣ ਹਜ਼ੂਰ? ਗੌਸ ਪਾਕ। ਮੈਨੂੰ ਕਹਿਣ ਲੱਗਾ ਗੌਸ ਤੇ ਅੱਲਾ ਹੈ। ਮੈਂ ਕਿਹਾ ਉਹ ਕਿਉਂ? ਕਹਿੰਦਾ ਗੌਸ ਦਾ ਮਾਨਾ ਮਦਦਗਾਰ, ਅਤੇ ਮਦਦਗਾਰ ਤੇ ਅੱਲਾ ਹੈ। ਇੱਧਰ ਤਵੱਜੋ ਕਰਿਓ, ਮਦਦਗਾਰ ਤੇ ਇੱਧਰ ਤਵੱਜੋ ਕਰਿਓ। ਮੇਰੇ ਨਾਲ ਬੜੀ ਬਹਿਸ ਹੁੰਦੀ, ਉਹ ਇੱਕ ਦੋ ਬੰਦਾ ਹੈ ਨਾ ਜਿੱਦਾਂ ਉਹ ਫਿਰ ਗੱਲਾਂ ਕਰਦਾ ਹੈ। ਮਦਦਗਾਰ ਤੇ ਅੱਲਾ, ਤੁਸੀਂ ਗੌਸ ਬਣਾ ਲਏ ਨੇ, ਤੁਸੀਂ ਦਾਤਾ ਬਣਾ ਲਏ। ਬਾਬਾ ਜੀ ਉਹਦੀ ਗੱਡੀ ਖਰਾਬ ਹੋ ਗਈ ਅਤੇ ਰਾਤ ਦੇ 12 ਵਜੇ ਤਾਂ ਮੈਨੂੰ ਫੋਨ ਪਿਆ ਕਰੇ। ਮੈਂ ਕਿਹਾ ਕੀ ਹੋਇਆ ਜੀ? ਕਹਿੰਦਾ ਜ਼ਰਾ ਗੱਡੀ ਤਾਂ ਲੈ ਕੇ ਆਇਓ। ਮੈਂ ਕਿਹਾ ਮੇਰੇ ਕੋਲ ਨਹੀਂ ਮਦਦ ਮੈਂ ਮੰਗਦਾ। ਉਹ ਮੈਂ ਕਿਹਾ ਅੱਲਾ ਨੂੰ ਕਹਿ, ਉਹ ਯਾਰ ਸਮਝੋ ਮੈਂ ਹੱਥ ਪਿਆ ਬਣਦਾ ਜੀ, ਮਿਹਰਬਾਨੀ ਇਹੋ ਜਿਹੀਆਂ ਗੱਲਾਂ ਵੀ ਸੁਣ ਲਿਆ ਕਰੋ। ਬਾਬਾ ਜੀ ਮੈਨੂੰ ਕਿਉਂ ਕਿਹਾ? ਸੋ ਅੱਲਾ ਨੂੰ ਕਹਿ, ਅੱਲਾ ਨੂੰ ਕਹਿ ਭਾਅ ਜੀ ਮੈਨੂੰ, ਅੱਲਾ ਜੀ ਉੱਥੋਂ ਗੱਡੀ ਭੇਜੋ ਅਤੇ ਮੈਂ ਉਹਦੇ 'ਤੇ ਬਹਿ ਕੇ ਆਉਂਦਾ। ਅੱਲਾ ਤਾਂ ਨਹੀਂ ਨਾ ਭੇਜਦਾ। ਮੈਂ ਕਿਹਾ ਫਿਰ ਬੰਦੇ ਦੀ ਲੋੜ ਪਈ ਹੈ ਕਿ ਨਹੀਂ ਪਈ? ਬੋਲੋ, ਬੰਦੇ ਦੀ ਲੋੜ ਪਈ ਹੈ ਕਿ ਨਹੀਂ ਪਈ? ਤੁਹਾਨੂੰ ਨਹੀਂ, ਬੰਦੇ ਤੁਹਾਡੀ ਮਦਦ ਨਹੀਂ ਕਰਦੇ? ਉਹ ਮੈਂ ਕਿਹਾ ਸਾਡਾ ਅਕੀਦਾ ਅਲ ਸੁਨਤ ਆਵੇ, ਹਕੀਕੀ ਮਦਦਗਾਰ ਅੱਲਾ ਹੈ। ਹਕੀਕੀ ਮਦਦਗਾਰ ਕੌਣ ਹੈ? ਅੱਲਾ। ਅਤੇ ਅੱਲਾ ਜਿਨ੍ਹਾਂ ਨੂੰ ਤਾਕਤ ਦੇਵੇ ਉਹ ਵੀ ਮਦਦ ਕਰ ਸਕਦੇ ਨੇ। ਕੁਰਾਨ 'ਚ ਪੜ੍ਹ ਕੇ ਵੇਖੋ, ਅੱਲਾ ਨੇ ਫਰਮਾਇਆ ਮੈਂ ਵੀ ਤੁਹਾਡਾ ਮਦਦਗਾਰ ਹਾਂ, ਮੇਰਾ ਰਸੂਲ ਵੀ ਮਦਦਗਾਰ ਹੈ, ਜਬਰੀਲ ਵੀ ਮਦਦਗਾਰ ਹੈ, ਅਤੇ ਮੇਰੇ ਨੇਕ ਲੋਕ ਵੀ ਤੁਹਾਡੇ ਮਦਦਗਾਰ ਨੇ। ਕਾਰੀ ਸਾਹਿਬ ਕੁਰਾਨ ਦੀ ਆਇਤ ਹੈ ਕਿ ਨਹੀਂ ਹੈ? ਜੇ ਕਿਸੇ ਬੰਦੇ ਨੂੰ ਸ਼ੱਕ ਹੈ ਤਾਂ ਉੱਠ ਕੇ ਹੁਣੇ ਬੋਲੇ। ਮੈਂ ਅਲਲ ਐਲਾਨ ਪਿਆ ਗੱਲ ਕਰਨਾ ਨਾ, ਕੁਰਾਨ ਦੀ ਆਇਤ ਹੈ। ਅੱਲਾ ਨੇ ਫਰਮਾਇਆ ਮੈਂ ਵੀ ਮਦਦਗਾਰ, ਰਸੂਲ ਵੀ ਮਦਦਗਾਰ, ਜਬਰੀਲ ਵੀ ਮਦਦਗਾਰ, ਅਤੇ ਮੇਰੇ ਨੇਕ ਲੋਕ ਵੀ ਤੁਹਾਡੇ ਕੀ ਨੇ ਤੁਹਾਡੇ ਕੁਰਾਨ ਹੈ ਭਾਅ ਜੀ। ਅਸੀਂ ਕੋਈ ਕਿਸੇ ਮੀਆਂ ਸਾਹਿਬ ਦੀ ਗਲਤ ਨਹੀਂ ਕੀਤੀ, ਕਿਸੇ ਸੁਲਤਾਨ ਬਾਹੂ ਦੀ ਗਲਤ ਨਹੀਂ ਕੀਤੀ। ਬਾਬਾ ਜੀ ਇੱਕੋ ਵੀ ਮਰੀਦ ਸੀ ਨਾ ਜਿਹੜਾ ਹਜ਼ੂਰ ਗੌਸ ਪਾਕ ਦੇ ਕੱਪੜੇ ਧੋਂਦਾ ਸੀ। ਮੁਹੱਬਤ ਬੜੀ ਸੀ, ਅਕੀਦਤ ਬੜੀ ਸੀ, ਉਲਫਤ ਬੜੀ ਸੀ। ਜਿਹਦੇ ਨਾਲ ਪਿਆਰ ਹੋਵੇ ਨਾ ਫਿਰ ਉਹਦੇ ਨਾਲ ਗੱਲਾਂ ਹੀ ਵੱਖਰੀਆਂ ਹੁੰਦੀਆਂ ਨੇ। ਜਦੋਂ ਟੁਰ ਗਿਆ ਨਾ ਇਹ ਦਿਓਬੰਦੀਆਂ ਦੇ
ਆਲਿਮ ਨੇ ਮੌਲਵੀ ਅਸ਼ਰਫ ਅਲੀ ਥਾਣਵੀ ਸਾਹਿਬ ਨੇ ਆਪਣੀ ਕਿਤਾਬ ਦੇ ਅੰਦਰ ਇਹ ਵਾਕਿਆ ਲਿਖਿਆ ਹਜ਼ੂਰ ਗੌਸ ਪਾਕ ਦੇ ਧੋਬੀ ਵਾਲਾ, ਉਹਨਾਂ ਲਿਖਿਆ ਆਪ ਹੀ ਲਿਖਿਆ ਉਹਨਾਂ ਮੌਲਵੀ ਅਸ਼ਰਫ ਅਲੀ ਥਾਣਵੀ ਸਾਹਿਬ, ਜਦੋਂ ਗੌਸ ਪਾਕ ਦੇ ਧੋਬੀ ਫੋਤ ਹੋ ਗਏ ਨਾ ਬਾਬਾ ਜੀ ਕਬਰ 'ਚ ਗਏ, ਮੁਨਕਰ ਨਕੀਰ ਆ ਗਏ, ਤੁਹਾਡੀ ਕਬਰ 'ਚ ਵੀ ਆਉਣਾ ਤੇ ਮੇਰੀ 'ਚ ਵੀ ਆਉਣਾ, ਉਹਨਾਂ ਸਵਾਲ ਕਰਨਾ ਮਨ ਰੱਬੂਗਾ ਮਾ ਦੀਨੂਗਾ ਮਾ ਕੁਨ ਤਕੂਲੂ ਹੱਕ ਫੀ ਹਾਜ਼ਰ ਰਜੁਲ, ਕਿ ਇਸ ਬੰਦੇ ਦੇ ਬਾਰੇ ਤੇਰਾ ਕੀ ਖਿਆਲ ਹੈ। ਆ ਬਾਬਾ ਜੀ ਜੁਮਲੇ ਸੁਣਿਆ ਜੇ, ਜਦੋਂ ਸਵਾਲ ਕੀਤੇ ਗਏ ਨਾ, ਪਹਿਲਾ ਸਵਾਲ ਕੀਤਾ ਉਹਨੇ ਕਿਹਾ ਜੀ ਮੈਂ ਗੌਸ ਪਾਕ ਦਾ ਧੋਬੀ ਹਾਂ, ਦੂਸਰਾ ਸਵਾਲ ਕੀਤਾ ਗੌਸ ਪਾਕ ਦਾ ਧੋਬੀ, ਤੀਸਰਾ ਗੌਸ ਪਾਕ ਦਾ ਧੋਬੀ, ਫਰਿਸ਼ਤੇ ਕਹਿਣ ਲੱਗੇ ਅਸੀਂ ਪੁੱਛਣੇ ਕੁਝ ਹੋਰ ਹਾਂ, ਦੱਸਦਾ ਕੁਝ ਹੋਰ ਹੈ। ਅੱਲਾ ਨੇ ਫਰਮਾਇਆ ਨੂੰ ਛੱਡ ਦਿਓ, ਕੀ ਫਰਮਾਇਆ ਇਹਨੂੰ ਛੱਡ ਦਿਓ, ਇਹਨੂੰ ਛੱਡ ਦਿਓ, ਇੱਧਰ ਤਵੱਜੋ ਫਰਮਾਇਓ, ਇਹਨੂੰ ਛੱਡ ਦਿਓ। ਯਾ ਅੱਲਾ ਵਜ੍ਹਾ ਕੀ ਹੈ? ਫਰਮਾਇਆ ਤੁਹਾਨੂੰ ਪਤਾ ਨਹੀਂ ਤਾਰਫ ਕਿਸ ਬੰਦੇ ਦਾ ਕਰਵਾ ਰਿਹਾ, ਤੁਸੀਂ ਸਮਝੇ ਨਹੀਂ ਤਾਰਫ ਕਿਸ ਬੰਦੇ ਦਾ ਕਰਵਾ ਰਿਹਾ ਹਜ਼ੂਰ ਗੌਸ ਪਾਕ ਦਾ। ਬਾਬਾ ਜੀ ਕਿਸੇ ਦਾ ਕੰਮ ਨਾ ਨਾ ਹੁੰਦਾ ਹੋਵੇ, ਇੱਥੇ ਦੁਕਾਨ ਕਿਸੇ ਦੀ ਹੋਵੇ ਤਾਂ ਲੋਕ ਆਉਂਦੇ ਨੇ ਮੇਰਾ ਨਾਂ ਲਈ ਜਾ ਕੇ, ਆਉਂਦੇ ਨੇ ਕਿ ਨਹੀਂ ਆਉਂਦੇ? ਮੇਰਾ ਨਾਂ ਲਈ ਤੈਨੂੰ ਚੀਜ਼ ਦੇ ਛੱਡੇਗਾ ਉਹ। ਇਹ ਬੰਦੇ ਨੂੰ ਬੰਦਾ ਜਾਣਦਾ ਵੀ ਨਾ ਹੋਵੇ ਤੇ ਬੰਦਾ ਉਹਦੇ ਯਾਰ ਦਾ ਨਾਂ ਲਵੇ ਤੇ ਅਗਲਾ ਚੀਜ਼ ਦਿੰਦਾ ਕਿ ਨਹੀਂ ਦਿੰਦਾ? ਬੋਲੋ, ਦਿੰਦਾ। ਕਈ ਵਾਰੀ ਅੱਜ ਫਰਾਡ ਵੀ ਹੋ ਜਾਂਦਾ ਨਾ ਵੀ ਬੰਦੇ ਆਉਂਦੇ ਨੇ ਫਲਾਣੇ ਬੰਦੇ ਆਖੇ ਚੀਜ਼ ਲੈ ਕੇ ਟੁਰ ਗਿਆ, ਬਾਬਾ ਜੀ ਤਮਾਦ ਹੁੰਦਾ ਕਿ ਫਲਾਣੇ ਬੰਦੇ ਨੇ, ਤੇ ਮੇਰਾ ਗੌਸ ਤੇ ਉਹ ਵੇ ਜਿਹਦੀ ਦਿਨ ਰਾਤ ਅੱਲਾ ਦੀ ਯਾਦ ਵਿੱਚ ਗੁਜ਼ਰੀ ਹੈ, ਜਿਹਦਾ ਦਿਨ ਰਾਤ ਅੱਲਾ ਦੀ ਯਾਦ ਵਿੱਚ ਗੁਜ਼ਰੀ ਹੈ। ਤੇ ਕੁਰਾਨ ਗਵਾਈਆਂ ਦੇ ਰਿਹਾ, ਮੈਂ ਅੱਲਾ ਦਾ ਕੁਰਾਨ ਪੜ੍ਹਨ ਲਗਾਵਾਂ, ਅੱਲਾ ਦਾ ਕੁਰਾਨ ਕਹਿ ਰਿਹਾ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਲਾ ਇਨਾ ਔਲੀਆ ਅੱਲਾਹਿ ਲਾ ਖੌਫੁਨ ਅਲੈਹਿਮ ਵਲਾ ਹੁਮ ਯਹਜ਼ਨੂਨ। ਫਰਮਾਇਆ ਜਿਹੜੇ ਮੇਰੇ ਵਲੀ ਨੇ, ਜਿਹੜੇ ਮੇਰੇ ਯਾਰ ਨੇ, ਜਿਹੜੇ ਮੇਰੇ ਕਰੀਬੀ ਨੇ, ਜਿਹੜੇ ਮੇਰੇ ਦੋਸਤ ਨੇ, ਉਹਨਾਂ ਨੂੰ ਗਮ ਵੀ ਕੋਈ ਨਹੀਂ, ਉਹਨਾਂ ਨੂੰ ਖੌਫ ਵੀ ਕੋਈ ਨਹੀਂ। ਹਜ਼ਰਾ ਜੁਮਲੇ ਸੁਣਿਆ ਨੇ, ਜਦੋਂ ਬੰਦਾ ਅੱਲਾ ਦਾ ਬਲੀ ਬਣ ਜਾਂਦਾ ਹੈ, ਜਦੋਂ ਹੀ ਅੱਲਾ ਦੇ ਕਰੀਬ ਆਉਂਦਾ ਹੈ। ਇੱਧਰ ਵੇਖਿਆ ਜੇ ਬੁਖਾਰੀ ਸ਼ਰੀਫ ਦੀ ਹਦੀਸ ਮਜੂਦ ਹੈ, ਮੇਰੇ ਨਬੀ ਨੇ ਫਰਮਾਇਆ ਸਹਾਬਾ ਹਦੀਸੇ ਕੁਦਸੀ ਨਾ ਹੋਵੇ ਮੈਂ ਜੁਰਮਦਾਰ ਹਾਂ। ਮੇਰੇ ਨਬੀ ਨੇ ਫਰਮਾਇਆ ਗੁਲਾਮਾ ਜਦੋਂ ਬੰਦਾ ਅੱਲਾ ਦੇ ਕਰੀਬ ਆਉਂਦਾ ਹੈ, ਜਦੋਂ ਬੰਦਾ ਅੱਲਾ ਦਾ ਯਾਰ ਬਣਦਾ ਹੈ, ਜਦੋਂ ਬੰਦਾ ਅੱਲਾ ਦਾ ਦੋਸਤ ਬਣਦਾ ਹੈ, ਆਖੇ ਉਹਦੀ ਆਉਂਦੀ ਏ। ਬੁਖਾਰੀ ਸ਼ਰੀਫ ਬੁਖਾਰੀ, ਅੱਲਾ ਦੇ ਨਬੀ ਨੇ ਫਰਮਾਇਆ ਆਖੇ ਉਹਦੀ ਏ, ਵੇਂਦਾ ਅੱਲਾ ਏ, ਹੱਥ ਉਹਦਾ ਏ, ਫੜਦਾ ਅੱਲਾ ਏ, ਪੈਰ ਉਹਦੇ ਨੇ। ਬਾਬਾ ਜੀ ਜੁਮਲੇ ਸੁਣਿਆ ਜੇ, ਕੰਨ ਉਹਦੇ ਨੇ, ਸੁਣਦਾ ਅੱਲਾ ਏ, ਇਹਦੇ ਤੂੰ ਪਤਾ ਏ ਲੱਗ ਗਿਆ। ਮੁਹੱਦਸੀਨ ਫਰਮਾਉਂਦੇ ਨੇ ਲੋਕੋ, ਜਿਹੜਾ ਬਲੀ ਆਉਂਦਾ ਏ ਉਹਦਾ ਦਿਨ ਵੀ ਅੱਲਾ ਵਾਸਤੇ ਵੇ, ਉਹਦੀ ਰਾਤ ਵੀ ਅੱਲਾ ਵਾਸਤੇ। ਇੱਥੇ ਹਜ਼ਰਤ ਸਖੀ ਸੁਲਤਾਨ ਬਾਹੂ ਬੋਲੇ ਨੇ, ਇੱਥੇ ਸ਼ੌਰ ਦਾ ਤਾਜਦਾਰ ਬੋਲਿਆ ਏ, ਮੇਰੇ ਪੀਰੇ ਬਾਹ ਫਰਮਾਨੇ ਨੇ ਅਲੀਫੇ ਅੱਲਾ ਚੰਬੇ ਦੀ ਬੋਟੇ ਮੁੱਕ ਗਈ ਗੱਲ, ਅਲੀਫੇ ਅੱਲਾ ਅਲੀਫੇ ਅੱਲਾ ਚੰਬੇ ਤੇ ਮਨ ਵਿੱਚ ਮੁਰਸ਼ਿਦ ਲਾਈ ਹੋ ਵਿੱਚ। ਬਾਬਾ ਜੀ ਜੁਮਲੇ ਸੁਣਿਆ ਜੇ, ਮਨ ਵਿੱਚ ਮੁਰਸ਼ਿਦ ਲਾਈ ਹੋ ਬੂਟੀ ਅੰਦਰ ਹੈ ਮੁਸ਼ੇ
ਖਿਮ ਜਾਇਆ ਤੇ ਜਾਣ ਫੁੱਲਣ ਤੇ ਆਈ ਹਾਂ ਮੈਂ ਕੁਰਬਾਨ ਹੋਣਾ ਥੀ ਬਾਹਾਂ ਜਿਸੇ ਬੂਟੀ ਲਹਾਈ ਹੋ ਮੁੱਕ ਗਈ ਤਕਰੀਰ। ਅੱਲਾਹ ਦੇ ਵਲੀਆਂ ਨਾਲ ਮੁਹੱਬਤ ਕਰੋ, ਅੱਲਾਹ ਦੇ ਵਲੀਆਂ ਨਾਲ ਪਿਆਰ ਕਰੋ ਅਤੇ ਸ਼ਿਰਕ ਨਾ ਕਰੋ। ਇਹ ਵੀ ਗੱਲ ਯਾਦ ਰੱਖਿਓ, ਏਡੀ ਛੂਟ ਨਹੀਂ ਦੇਣੀ ਵੀ ਜੋ ਮਰਜ਼ੀ ਕਰੀ ਜਾਓ। ਫਤਾਵਾ ਰਿਜ਼ਵੀਆ ਪੜ੍ਹਿਆ ਕਿਬਲਾ ਨੇ, ਫਤਾਵਾ ਰਿਜ਼ਵੀਆ ਦੇ ਅੰਦਰ ਮਸਲਾ ਮੌਜੂਦ ਹੈ। ਇਮਾਮ ਅਹਿਮਦ ਰਜ਼ਾ ਫਾਜ਼ਲ ਬਰੇਲਵੀ ਨੇ ਲਿਖਿਆ, ਆਪ ਫਰਮਾਉਂਦੇ ਨੇ ਕਬਰ ਦਾ ਤਵਾਫ ਕਰਨਾ ਹਰਾਮ ਹੈ। ਕੀ ਹੈ? ਬੋਲੋ, ਇੱਥੇ ਵੀ ਬੋਲੋ ਨਾ, ਗੱਲ ਆਪਣੇ ਖਿਲਾਫ ਚੱਲਦੀ ਹੋਵੇ ਤਾਂ ਉਹ ਵੀ ਕਬੂਲ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ? ਕਰਨੀ ਚਾਹੀਦੀ। ਇੱਧਰ ਵੇਖੋ, ਸਾਡੀ ਸਲਾਹ ਹੈ ਕਬਰ ਦਾ ਤਵਾਫ ਕਰਨਾ ਹਰਾਮ, ਕਬਰ ਨੂੰ ਚੁੰਮਣਾ ਨਜਾਇਜ਼ ਹੈ। ਇਹ ਫਤਾਵਾ ਰਿਜ਼ਵੀਆ ਜੇ ਮੈਂ ਕੋਲੋਂ ਨਹੀਂ ਬਿਆਨਦਾ, ਕਿਬਲਾ ਸਾਹਿਬ ਨੂੰ ਪੁੱਛ ਲਓ ਸਾਹਮਣੇ ਬੈਠੇ ਜੀ। ਇਮਾਮ ਅਹਿਮਦ ਰਜ਼ਾ ਫਜ਼ਲ ਬਰੇਲਵੀ ਦਾ ਫਤਵਾ, ਕਬਰ ਨੂੰ ਚੁੰਮਣਾ ਹਰਾਮ ਹੈ, ਕਬਰ ਨੂੰ ਚੁੰਮਣਾ ਨਜਾਇਜ਼ ਹੈ ਅਤੇ ਕਬਰ ਦਾ ਤਵਾਫ ਕਰਨਾ ਕੀ ਹੈ ਅਤੇ ਕਬਰ ਨੂੰ ਸਜਦਾ ਕਰਨਾ ਵੀ ਹਰਾਮ ਹੈ। ਅਸੀਂ ਆ ਕਈ ਵਾਰੀ ਦਰਬਾਰਾਂ 'ਤੇ ਜਾਈਏ ਨਾ, ਬੰਦੇ ਐਵੇਂ ਡਿੱਗ ਪੈਂਦੇ ਨੇ ਐਵੇਂ। ਇੱਕ ਨੂੰ ਮੈਂ ਪੁੱਛਿਆ, ਮੈਂ ਕੀ ਹੋ ਗਿਆ, ਡਿੱਗ ਹੀ ਪਿਆ? ਆਂਦਾ ਸਾਡੇ ਪੀਰ ਨੇ, ਤੇ ਮੈਂ ਕਿਹਾ ਪੀਰ ਨੇ ਤਾਂ ਸਜਦਾ ਤੇ ਪੀਰ ਨੂੰ ਜਾਇਜ਼ ਨਹੀਂ ਨਾ, ਕਿ ਜਾਇਜ਼ ਹੈ? ਨਹੀਂ ਜਾਇਜ਼। ਬੋਲੋ ਜੀ ਯਾਰ, ਤੁਹਾਡੀ ਵੀ ਆਵਾਜ਼ ਆਵੇ। ਉਹ ਸਜਦਾ ਕਿਸੇ ਬੰਦੇ ਨੂੰ ਜਾਇਜ਼ ਹੈ? ਨਹੀਂ। ਤਜ਼ੀਮੀ ਵੀ ਸਜਦਾ ਜਾਇਜ਼ ਨਹੀਂ ਇਸਲਾਮ ਦੇ ਅੰਦਰ? ਅਗਰ ਸਜਦਾ ਜਾਇਜ਼ ਹੁੰਦਾ ਤੇ ਨਬੀ ਪਾਕ ਨੂੰ ਸਜਦਾ ਕੀਤਾ ਜਾਂਦਾ? ਬੇਸ਼ੱਕ। ਤੇ ਹਜ਼ੂਰ ਨੇ ਫਰਮਾਇਆ, ਅਗਰ ਸਜਦਾ ਮੇਰੀ ਉਮਤ ਵਿੱਚ ਜਾਇਜ਼ ਹੁੰਦਾ ਤੇ ਮੈਂ ਔਰਤ ਨੂੰ ਕਹਿੰਦਾ ਖਾਵੰਦ ਨੂੰ ਸਜਦਾ ਕਰ। ਕਿੱਡਾ ਮਕਾਮ ਹੈ ਖਾਵੰਦ ਦਾ। ਤੇ ਇੱਥੇ ਬੁੱਢੀਆਂ ਸਜਦਾ ਕਰਨ ਦੀ ਬਜਾਏ ਚਪੇੜਾਂ ਮਾਰਦੀਆਂ ਨੇ ਬੰਦਿਆਂ ਨੂੰ। ਮੈਂ ਸੱਜੀ ਬਿਆਨਦਾ ਜੇ, ਅਗਲੇ ਦਿਨ ਬੰਦਾ ਆ ਕੇ ਮੇਰੇ ਰੋ ਪਿਆ, ਕਹਿੰਦਾ ਕਾਰੀ ਸਾਹਿਬ ਮੇਰੀ ਜਾਨ ਛਡਾਓ, ਮੇਰੀ ਬੀਬੀ ਬੜੀ ਸਖਤ। ਮੈਂ ਕਿਹਾ ਕੀ ਹੋਇਆ? ਕਹਿੰਦਾ ਮੈਨੂੰ ਮਾਰਦੀ ਬੜਾ। ਇਹ ਜੁਮਲੇ ਸੁਣਿਓ, ਕੀ ਕਰਦੀ ਹੈ? ਮਾਰਦੀ ਬੜਾ। ਮੈਂ ਕਿਹਾ ਕਿਉਂ? ਆਂਦਾ ਪਤਾ ਨਹੀਂ, ਜੁੰਮੇ ਰਾਤ ਉਹਦੇ ਵਿੱਚ ਜਿੰਨਾ ਹਾਜ਼ਰ ਹੋਈ ਜਾਂਦੇ ਨੇ। ਉਹ ਬੀਬੀ ਨੇ ਕੋਈ ਕੱਢ ਲਿਆ ਨਾ ਨੁਸਖਾ, ਕੋਈ ਐਫੋ ਜਿਹਾ ਵੀ ਬੰਦੇ ਨੂੰ ਚਲੋ ਐਸੇ ਬਹਾਨੇ ਇਹਨੂੰ ਮੈਂ ਸੈੱਟ ਤੇ ਕਰਾਂ। ਬੜੀਆਂ ਬਾਬਾ ਜੀ ਚਲਾਕ ਔਰਤਾਂ ਹੁੰਦੀਆਂ ਨੇ, ਬੜੀਆਂ ਚਲਾਕ ਹੁੰਦੀਆਂ ਨੇ। ਤੁਸੀਂ ਵੀ ਡਰ ਗਏ ਹੋ, ਦੂਰ ਬੈਠੀਆਂ ਨੇ, ਏਡਾ ਨਾ ਡਰੋ ਤੁਸੀਂ, ਡਰਨ ਦੀ ਗੱਲ ਕੋਈ ਨਹੀਂ, ਮੈਂ ਗੱਲ ਸੱਚੀ ਪਿਆ ਕਰਨਾ। ਬਾਬਾ ਜੀ ਨਬੀ ਪਾਕ ਨੇ ਫਰਮਾਇਆ, ਜਿਹੜੀ ਔਰਤ ਖਾਵਣ ਦੀ ਨਾ ਫਰਮਾਨ ਹੈ ਉਹ ਜੰਨਤ ਦੀ ਖੁਸ਼ਬੋ ਵੀ ਨਹੀਂ ਸੁੰਘ ਸਕਦੀ। ਬੇਸ਼ੱਕ। ਕਿਬਲਾ ਹਦੀਸ ਹੈ, ਜੰਨਤ ਦੇ ਨੇੜੇ ਵੀ ਨਹੀਂ ਜਾ ਸਕਦੀ। ਅਤੇ ਆ ਜਾਂਦੀਆਂ ਨੇ, ਮੌਤ ਪੈਣਾ ਪਤਾ ਨਹੀਂ ਕਿੱਥੇ ਟੁਰ ਗਿਆ। ਐਸੀ ਐਸੀ ਗਾਲ ਕੱਢਦੀਆਂ ਨੇ, ਅੱਲਾਹ ਦੀ ਕਸਮ ਹੈ, ਬੰਦਾ ਪਰੇਸ਼ਾਨ ਹੋ ਜਾਂਦਾ ਬੰਦੇ ਨੂੰ, ਖਾਵੰਦ ਨੂੰ ਐਸੀ ਐਸੀ ਗਾਲ। ਇੱਧਰ ਤਵੱਜੋ ਕਰਿਓ, ਗੱਲ ਬੜੀ ਸੁਣਨ ਵਾਲੀ ਹੈ। ਕਹਿੰਦਾ ਕਾਰੀ ਸਾਹਿਬ ਮੇਰੀ ਬੀਵੀ ਮੈਨੂੰ ਮਾਰਦੀ ਹੈ। ਉਹ ਯਾਰ ਮਾਰਨ ਤਾਂ ਦੂਰ ਦੀ ਗੱਲ, ਬੀਵੀ ਉੱਚੀ ਵੀ ਬੋਲੇ ਨਾ ਹਾਮਦ ਦੇ ਸਾਹਮਣੇ ਤਾਂ ਉਹਦੀ ਸਾਰੀ ਇਬਾਦਤ ਖਤਮ ਹੋ ਜਾਂਦੀ ਹੈ, ਉਹਦੀ ਸਾਰੀ ਰਿਆਜ਼ਤ ਖਤਮ ਹੋ ਜਾਂਦੀ ਹੈ। ਔਰਤਾਂ ਦਾ ਵੀ ਇੰਤਜ਼ਾਮ ਹੈ ਕਿ ਕੋਈ ਨਹੀਂ? ਕੋਈ ਨਹੀਂ ਜੇ ਇੰਤਜ਼ਾਮ, ਤੁਸੀਂ ਗੱਲ ਮੇਰੇ ਵੱਲ ਤਵੱਜੋ ਕਰੋ। ਇੱਧਰ ਗੱਲ ਸੁਣਿਓ, ਔਰਤ ਉਹ ਚੰਗੀ ਹੈ ਜਿਹੜੀ ਆਪਣੇ ਖਾਵਨ ਦੀ ਇੱਜ਼ਤ ਕਰੇ, ਆਪਣੇ ਖਾਵਨ ਦਾ ਅਦਬ ਕਰੇ, ਅਤੇ ਜਿਹੜੀ ਆਖੇ ਮੈਨੂੰ 10,000 ਦਾ ਸੂਟ ਲੈ ਕੇ ਦੇਣਾ ਤਾਂ ਮੈਂ ਵਿਆਹ ਜਾਣਾ, ਨਹੀਂ ਤਾਂ ਮੈਂ ਤਾਂ ਨਹੀਂ ਜਾਣਾ, ਮੈਂ ਤੇਰਾ ਜਨਾਜ਼ਾ ਕੱਢਾਂਗੀ, ਮੈਂ ਤੇਰੀ ਇੱਜ਼ਤ ਵੇਖੀ ਰੋਲਾਂਗੀ। ਹੈ ਨੇ ਕਿ ਨਹੀਂ ਹੈ ਜੀ? ਐਸੇ ਪਿੰਡ ਵੀ ਹੋਣੀਆਂ ਨੇ ਬਾਬਾ ਜੀ, ਹਰ ਪਿੰਡ ਨੇ। ਅਤੇ ਜਿਹੜੀ ਔਰਤ ਇੰਝ ਕਰੇ ਉਹ ਚੰਗੀ ਹੈ, ਜਿਹੜੀ ਖਾਵਨ ਦੇ ਗਿਰੇ ਬਾਂਹ ਤੂੰ ਪਾਈਏ, ਹਾਵਨ ਦਾ ਗਲਮਾ ਹੀ ਪਾੜ ਛੱਡੇ, ਹਾਵਨ ਦਾ ਗਲਮੇ ਪਾਈਏ, ਉਹ ਚੰਗੀ ਹੈ? ਅਤੇ ਜਿਹੜੀ ਬੰਦੇ ਨੂੰ ਆਖੇ ਮੇਰੇ ਕੋਲ ਨਹੀਂ ਤੇਰੇ ਮਾਂ ਪਿਓ ਦੇ ਕਫਨ ਧੁੱਚਦੇ। ਹੈ ਜੇ ਅਸੀਂ ਇਹ ਵੀਡੀਓ ਬਣ ਰਹੀ ਪੈਗਾਮ ਹੈ, ਰੱਬੇ ਕਾਬਾ ਦੀ ਕਸਮ ਹੈ ਬਾਬਾ ਜੀ, ਗੱਲ ਬੜੀ ਵੱਡੀ ਜੇ। ਉਹਨਾਂ ਬੀਬੀਆਂ ਅੱਗੇ ਗੁਜ਼ਾਰਿਸ਼, ਇਹ ਮੈਂ ਹੱਥ ਪਿਆ ਬਣਦਾ ਜੇ, ਹੁਣ ਜਿਹੜਾ ਦੌਰ ਜਾ ਰਿਹਾ ਨਾ,
ਹੁਣ ਮਾਂ ਵੀ ਪਿੱਛੋਂ ਫੋਨ ਕਰਕੇ ਆਉਂਦੀ ਹੈ, ਡਰਨੇ ਡੁਰਨੇ ਦੀ ਗੱਲ ਕੋਈ ਨਹੀਂ, ਅਸੀਂ ਸਾਂਭ ਲਾਂਗੇ। ਅਤੇ ਜਿਸ ਧੀ ਨੂੰ ਮਾਂ ਨੇ ਕਹਿਣਾ ਵੀ ਅਸੀਂ ਸਾਂਭ ਲਾਂਗੇ, ਉਹ ਫਿਰ ਧੀ ਕਿਸੇ ਕੋਲ ਸਾਂਭੀ ਜਾਏਗੀ? ਉਹ ਵੀ ਨਹੀਂ, ਉਹ ਬੰਦੇ ਕੋਲ ਵੀ ਨਹੀਂ ਸਾਂਭੀ ਜਾਣੀ ਅਤੇ ਸੱਸ ਸਹੁਰੇ ਕੋਲ ਵੀ ਨਹੀਂ ਸਾਂਭੀ ਜਾਣੀ, ਕਿਉਂਕਿ ਉਹਨੂੰ ਪਤਾ ਮੇਰੇ ਪਿੱਛੇ ਆਏ ਨੇ। ਉਹ ਬੰਦੇ ਨੂੰ ਆਉਂਦੀ ਸੀ ਮੈਂ ਬੁਲਾਨੀਆਂ ਭਰਾਵਾਂ ਨੂੰ ਤੈਨੂੰ ਸੈੱਟ ਕਰਦੇ ਨੇ, ਅਤੇ ਜਿਹੜੀਆਂ ਬੁੱਢੀਆਂ ਬੰਦਿਆਂ ਨੂੰ ਸੈੱਟ ਕਰਵਾਉਣ ਨਾ ਉਹ ਚੰਗੀਆਂ ਨਹੀਂ ਹੁੰਦੀਆਂ, ਤਾਂ ਉਹ ਵੱਸਦੀਆਂ ਵੀ ਨਹੀਂ ਜੇ। ਆ ਮੇਰੀ ਗੱਲ ਯਾਦ ਰੱਖਿਓ। ਕਹਿੰਦਾ ਕਾਜੀ ਸਾਹਿਬ ਮੇਰੀ ਬੁੱਢੀ ਮੈਨੂੰ ਮਾਰਦੀ ਹੈ, ਜੁਮੇਰਾਤ ਨੂੰ ਆਉਂਦੀ ਮੇਰੇ ਵਿੱਚ ਕੋਈ ਚੀਜ਼ ਹਾਜ਼ਰ ਹੁੰਦੀ ਹੈ। ਇਹ ਮੈਂ ਤੁਹਾਨੂੰ ਮੱਕਰ ਦੱਸਣ ਲੱਗਾ ਔਰਤਾਂ ਦੇ ਮੱਕਰ, ਕਿ ਮੱਕਰ ਕਿੱਡੇ ਕਿੱਡੇ ਕਰਦੀ। ਮੈਂ ਉਹਨੂੰ ਕਿਹਾ, ਮੈਂ ਕਿਹਾ ਹੁਣ ਜਦੋਂ ਵੀ ਜਿੰਨ ਹਾਜ਼ਰ ਹੋਏ ਨਾ ਤੇਰੀ ਬੀਵੀ 'ਚ, ਇਹ ਕਿਬਲਾ ਗੱਲ ਸੁਣਿਓ, ਗੱਲ ਬੜੀ ਕੀਮਤੀ 'ਚ, ਅਤੇ ਜਦੋਂ ਵੀ ਬਾਬਾ ਜੀ ਜਦੋਂ ਵੀ ਹੁਣ ਤੇਰੀ ਬੀਵੀ ਕੋਈ ਇੰਜ ਦਾ ਕੰਮ ਕਰੇ ਨਾ, ਆਖੇ ਵੀ ਮੇਰੇ 'ਚ ਹਾਜ਼ਰੀ ਹੋਈ ਹੈ, ਅਤੇ ਜਿੱਥੇ ਤੂੰ ਇੱਟਾਂ ਢੋਣਾ ਨਾ ਜਾ ਕੇ ਮਜ਼ਦੂਰੀ ਕਰਨਾ, ਅਤੇ ਆਪਣੀ ਬੁੱਢੀ ਨੂੰ ਉੱਥੇ ਲੈ ਜਾਈ, ਤਾਂ ਉਹਨੂੰ ਕਹਿ ਵੀ ਇਹ ਸਾਰੀਆਂ ਇੱਟਾਂ ਛੱਤ 'ਤੇ ਸੁੱਟ, ਤੂੰ ਕਿਹੜੀਆਂ ਸੁੱਟਣੀਆਂ ਨੇ, ਜਿੰਨ ਨੇ ਸੁੱਟਣੀਆਂ ਨਾ, ਸਾਰੇ ਜਿੰਨ ਨਾ ਨਿਕਲੇ ਤਾਂ ਗੱਲ ਕਰੀ ਵੀ ਤੇਰਾ ਕਿਹੜਾ ਜ਼ੋਰ ਲੱਗਣਾ, ਤੇਰੇ 'ਚ ਤਾਂ ਹਾਜ਼ਰੀ ਹੋਈ ਹੈ, ਉਹਨਾਂ ਅਗਲੀਆਂ ਸੁੱਟ ਛੱਡੀਆਂ ਨੇ। ਉਹ ਆਂਦਾ ਕਾਰੀ ਸਾਹਿਬ ਮੈਂ ਜੇ ਕੀਤਾ ਉਦੋਂ ਦੀ ਬੜੀ ਸੈੱਟ ਹੋਈ ਹੈ। ਇਸ ਵਾਸਤੇ ਗੱਲ ਸੁਣੋ ਯਾਰ, ਇਹ ਮਹਿਫਲ ਹੈ, ਇੱਥੋਂ ਕੁਝ ਸਿੱਖ ਕੇ ਜਾਣਾ ਜੇ, ਆਪਣੀ ਬੀਬੀਆਂ ਨੂੰ ਵੀ ਜਾ ਕੇ ਦੱਸੋ ਵੀ ਅੱਜ ਅਸੀਂ ਮੌਲਵੀ ਸਾਹਿਬ ਦੀ ਗੱਲ ਸੁਣ ਕੇ ਆਏ ਜੇ, ਜਿਹੜੀ ਬੀਵੀ ਖਾਮਦ ਨੂੰ ਗਾਲਾਂ ਕੱਢੇ ਜਾਂ ਉਹਦੀ ਨਾ ਫਰਮਾਨ ਹੋਵੇ, ਉਹਦੀ ਨਮਾਜ਼ ਕਬੂਲ ਨਹੀਂ, ਉਹਦਾ ਮਸੱਲਾ ਚੁੱਕ ਲਿਆ ਕਰੋ। ਜਿਹੜੀ ਖਾਮਦ ਨੂੰ ਤੰਗ ਕਰੇ ਉਹ ਨਮਾਜ਼ ਪੜ੍ਹਨ ਲੱਗੇ, ਉਹਨੂੰ ਮਸੱਲਾ ਚੁੱਕ ਲਿਆ ਵੀ ਤੇਰੀ ਨਮਾਜ਼ ਕੋਈ ਨਹੀਂ, ਉਹ ਆਖੇਗੀ ਉਹ ਕਿਉਂ? ਆਖੇ ਨਬੀ ਪਾਕ ਨੇ ਫਰਮਾਇਆ ਵੀ ਜਿਹੜਾ ਖਾਮਦ ਦੀ ਨਾ ਫਰਮਾਨ ਹੈ ਉਹ ਜੰਨਤ 'ਚ ਜਾ ਹੀ ਨਹੀਂ ਸਕਦੀ, ਤੂੰ ਕਿਹੜੇ ਪਾਸੇ ਟੁਰੀ ਹੈ? ਇਸ ਵਾਸਤੇ ਹਜ਼ਰਾਤ ਜੀ ਵਕਾਰ ਅੱਲਾ ਦੀ ਪਾਕ ਬਾਰਗਾਹ ਦੇ ਅੰਦਰ ਦੁਆ ਕਹਾਂ, ਅੱਲਾ ਕਰੀਮ ਸਾਨੂੰ ਸਾਰਿਆਂ ਨੂੰ ਜੋ ਮੈਂ ਬਿਆਨ ਕੀਤਾ ਜੋ ਤੁਸੀਂ ਸੁਣਿਆ, ਅੱਲਾ ਅਮਲ ਦੀ ਤੌਫੀਕ ਅਤਾ ਫਰਮਾਏ। ਯਾਰ ਅਮਲ ਕਰੋ, ਕੋਈ ਇੱਕ ਗੱਲ ਜਿਹੜੀ ਚਲੋ ਜਿਹੜੀਆਂ ਮੇਰੀਆਂ ਤੁਹਾਨੂੰ ਚੰਗੀਆਂ ਨਹੀਂ ਲੱਗੀਆਂ ਉਹਨਾਂ ਨੂੰ ਨਾ ਯਾਦ ਰੱਖੋ, ਜਿਹੜੀ ਕੋਈ ਚੰਗੀ ਲੱਗੀ ਜੇ ਉਹਦੇ 'ਤੇ ਅਮਲ ਕਰ ਲਓ, ਜ਼ਿੰਦਗੀ ਰਹੀ ਤਾਂ ਫਿਰ ਗੱਲਾਂ ਕਰਾਂਗੇ। ਲੈ ਉਹ ਯਾਰ ਹਵਾਲੇ ਰੱਬ ਦੇ, ਅਤੇ ਮੇਲੇ ਚਾਰ ਦੀ ਨਾ ਦੇ, ਉਸ ਦਿਨ ਈਦ ਮੁਬਾਰਕ ਹੋ ਸੀ, ਜਿਸ ਦਿਨ ਫਿਰ ਮਿਲਾਂਗੇ। ਅੱਲਾ ਮੇਰਾ ਪੜ੍ਹਨਾ ਤੁਹਾਡਾ ਸੁਣਨਾ, ਅੱਲਾ ਇਹ ਮਹਿਫਲ ਸਜਾਉਣ ਵਾਲਿਆਂ ਦੀ ਮਹਿਫਲ ਸਜਾਉਣਾ, ਅੱਲਾ ਆਪਣੀ ਪਾਕ ਬਾਰਗਾਹ ਦੇ ਅੰਦਰ ਕਬੂਲ ਫਰਮਾਏ। ਜ਼ਿੰਦਗੀ ਰਹੀ ਤਾਂ ਫਿਰ ਗੱਲਾਂ ਕਰਾਂਗੇ, ਇਹ ਵਿਹੜਾ ਵੱਸਦਾ ਰਹੇ, ਇਹ ਪਿੰਡ ਆਬਾਦ ਰਹੇ, ਇਹ ਲੋਕ ਮਿਹਰਬਾਨੀ ਜਨਾਬ ਇਹ ਆਬਾਦ ਰਹਿਣ। ਅੱਲਾ ਪਾਕ ਸਾਹਿਬ ਨੂੰ ਸਲਾਮਤੀ ਅਤਾ ਫਰਮਾਏ, ਜਿਹੜੀ ਤਬਲੀਗ ਕੀਤੀ ਹੈ ਮੈਂ ਦੁਆ ਕਰਨਾ ਅੱਲਾ ਇਹ ਮੈਨੂੰ ਵੀ ਅਤੇ ਮੇਰੇ ਤੋਂ ਬਾਅਦ ਇਹਨਾਂ ਸਾਰਿਆਂ ਨੂੰ ਅਮਲ ਦੀ ਤੌਫੀਕ ਅਤਾ ਫਰਮਾਏ। ਆਮੀਨ ਵਾ